ਅਸੀਂ ਲਾਈਨ ਚ ਲੱਗ ਗਏ। ਮਤਲਬ ਮੇਰੀ ਵਾਰੀ ਆ ਗਈ ਤਾਂ ਨੈਕਸਟ ਜਿਹੜੇ ਮੇਰੇ ਤੋਂ ਲੇਡੀ ਸੀਗੇ ਉਹਨਾਂ ਨੇ ਮੱਥਾ ਟੇਕਿਆ ਤਾਂ ਮੈਂ ਦੇਖਿਆ ਗੁਰੂ ਜੀ ਨੂੰ, ਇੰਨੇ ਪਿਆਰੇ ਗੁਰੂ ਜੀ ਮੈਂ ਦੱਸ ਨਹੀਂ ਸਕਦੀ। ਉਹਨਾਂ ਦੀ ਉਹ ਜਿਹੜੀ ਫਰਸਟ ਮੈਨੂੰ ਉਹਨਾਂ ਨੇ, ਮੈਂ ਉਹਨਾਂ ਨੂੰ ਦੇਖਿਆ, ਮਤਲਬ ਮੈਨੂੰ ਉਦੋਂ ਹੀ ਗੁਰੂ ਜੀ ਨਾਲ, ਸੱਚੀ ਕਹਾਂ ਮੈਨੂੰ ਉਦੋਂ ਹੀ ਹੋ ਗਿਆ ਕਿ ਬਸ ਮੇਰੇ ਦਿਨ ਤਕਲੀਫ ਵਾਲੇ ਖਤਮ ਆ। ਮੈਂ ਦੇਖ ਕੇ ਗੁਰੂ ਜੀ ਨੂੰ, ਮੇਰਾ ਮਨ ਇਕਦਮ ਸ਼ਾਂਤ ਹੋ ਗਿਆ। ਮੈਂ ਕਿਹਾ ਬਸ ਠੀਕ ਹੈ, ਮੈਨੂੰ ਮੈਂ ਮੱਥਾ ਟੇਕਿਆ ਤੇ ਮੈਨੂੰ ਕਹਿੰਦੇ ਆ ਗਈ ਲਵ ਮੈਰਿਜ। ਮੈਂ ਕਿਹਾ ਹਾਂਜੀ ਗੁਰੂ ਜੀ। ਕਹਿੰਦੇ ਬੜਾ ਪਿਆਰ ਕਰਦੀ ਉਹਨੂੰ। ਮੈਂ ਕਿਹਾ ਹਾਂਜੀ ਹਾਂਜੀ ਗੁਰੂ ਜੀ। ਕਹਿੰਦੇ ਸੱਚੇ ਪਿਆਰ ਚ ਤਾਂ ਰੱਬ ਜੀ ਦੀ ਤਾਕਤ ਹੁੰਦੀ ਹੈ, ਤੇਰਾ ਪਿਆਰ ਉਹਨੂੰ ਲੈ ਕੇ ਆਏਗਾ। ਮੈਂ ਦੇਖ ਰਹੀ ਹਾਂ ਕਿ ਇਹਨਾਂ ਨੂੰ ਇਹ ਸਭ ਕੁਝ ਕਿੱਦਾਂ ਪਤਾ ਹੈ, ਔਰ ਮੈਂ ਹੈਰਾਨ ਹੋ ਰਹੀ ਹਾਂ। ਔਰ ਗੋਮਾ ਮੈਨੂੰ ਕਹਿੰਦੇ ਬੜੇ ਪੰਡਿਤਾਂ ਬਾਬਿਆਂ ਕੋ ਗਈ ਤੂੰ। ਮੈਂ ਕਿਹਾ ਹਾਂਜੀ ਗੁਰੂ ਜੀ। ਮੇਰਾ ਜਵਾਬ ਇਹੀ ਸੀ ਹਾਂਜੀ ਗੁਰੂ ਜੀ। ਕਹਿੰਦੇ ਪੰਜਾਬ ਦੇ ਬਾਬੇ ਜਾਲੀ ਬਿਲਡਿੰਗਾਂ ਬਣਾਈ ਜਾਂਦੇ ਅੰਦਰੋਂ ਖਾਲੀ। ਔਰ ਇਹ ਸੰਗਤ ਜੀ ਗੱਲ ਬਿਲਕੁਲ ਸੱਚ ਸਾਬਤ ਹੋਈ, ਕਿਉਂਕਿ ਮੈਂ ਕੋਈ ਜਗ੍ਹਾ ਛੱਡੀ ਨਹੀਂ ਸੀਗੀ ਉਦੋਂ ਤੱਕ। ਸਾਲ ਹੋ ਚੁੱਕਾ ਸੀਗਾ ਰਾਣਾ ਨੂੰ ਏਦਾਂ ਹੀ ਪ੍ਰੋਬਲਮ ਚੱਲਦਾ, ਤਾਂ ਮੈਂ ਮੇਰਾ ਕੰਮ ਹੀ ਇਹ ਸੀਗਾ ਕਿ ਮੈਨੂੰ ਜਿਸ ਕੇ ਕਹਿਤਾ ਕਿ ਉੱਥੇ ਵੀ ਆਪਣੀ ਕੁੰਡਲੀ ਦਿਖਾ ਲਓ, ਉੱਥੇ ਆ, ਮੈਂ ਸਭ ਕੁਝ ਕਰਦੀ ਸੀ। ਫਿਰ ਮੈਨੂੰ ਗੁਰੂ ਜੀ ਨੇ ਕਿਹਾ, ਕਹਿੰਦੇ ਜਾ ਕਲਿਆਣ ਕਰ ਦਿੱਤਾ, ਐਸ਼ ਕਰ। ਮੈਨੂੰ ਪਤਾ ਨਹੀਂ ਸੀ ਉਸ ਚੀਜ਼ ਦਾ ਉਸ ਵੇਲੇ ਕਿ ਕੀ, ਪਰ ਮੈਂ ਗੁਰੂ ਜੀ ਚ ਖੋ ਗਈ। ਔਰ ਮੈਂ ਫਿਰ ਵੀ ਸੰਗਤ ਜੀ ਰੋਈ ਜਾ ਰਹੀ ਸੀ, ਔਰ ਮੈਂ ਬੈਠ ਗਈ। ਔਰ ਮੈਨੂੰ ਦੋ ਸਵਰੂਪ ਮਿਲੇ ਜਦੋਂ ਅਸੀਂ ਬੈਠੇ ਦਾ ਸੰਗਤ ਦੇ ਵਿੱਚ, ਕਿਉਂਕਿ ਉਸ ਟਾਈਮ ਤੇ ਸਾਡੇ ਕੋਲ ਸਿਰਫ ਗੁਰੂ ਜੀ ਦਾ ਜਿਹੜਾ ਸਵਰੂਪ ਹੁੰਦਾ ਸੀ ਪ੍ਰਸ਼ਾਦ ਦੇ ਰੂਪ ਚ ਅਸੀਂ ਲੈਂਦੇ ਸੀ। ਅੱਜ ਵੀ ਸਾਡੇ ਫੈਮਿਲੀ ਚ, ਸਾਡੇ ਘਰ ਚ ਕੋਈ ਸਵਰੂਪ ਹੈ ਉਹ ਸਿਰਫ ਪ੍ਰਸ਼ਾਦ ਦੇ ਰੂਪ ਚ ਸਾਡੇ ਘਰ ਆਇਆ। ਨਾ ਅਸੀਂ ਕਿਸੇ ਨੂੰ ਕਿਹਾ ਕਿ ਸਾਨੂੰ ਦਿਓ, ਜਾਂ ਨਾ ਅਸੀਂ ਕਦੀ ਇਹ ਕਿਹਾ। ਜਦੋਂ ਗੁਰੂ ਜੀ ਨੇ ਕਿਰਪਾ ਕਰਨੀ ਹੁੰਦੀ ਉਹ ਭੰਡਾਰੇ ਆਪੇ ਭੇਜ ਦਿੰਦੇ ਆ, ਔਰ ਅਸੀਂ ਖੁਸ਼ ਹੋ ਜਾਂਦੇ ਹਾਂ। ਦੋ ਸਵਰੂਪ ਮੇਰੇ ਕੋਲ ਆਏ ਤਾਂ ਮੈਂ ਉੱਥੇ ਲੰਗਰ ਪ੍ਰਸ਼ਾਦ ਜੋ ਵੀ ਸਭ ਹੋਇਆ ਤੇ ਮੈਨੂੰ ਸ਼ਾਂਤੀ ਹੋ ਗਈ ਕਿ ਕੁਛ ਠੀਕ ਹੋਣ ਵਾਲਾ ਹੈ। ਸੰਗਤ ਜੀ ਉਸ ਤੋਂ ਬਾਅਦ ਮੈਂ ਵਾਪਸ ਆਈ, ਮੈਂ ਆ ਕੇ ਫਟਾਫਟ ਉਹ ਫਰੇਮ ਕਰਵਾ ਲਏ, ਔਰ ਮੈਂ ਇੱਕ ਆਪਣੇ ਰੱਖ ਲਿਆ ਆਪਣੇ ਘਰੇ, ਔਰ ਮੈਂ ਉਹਦੇ ਅੱਗੇ ਜੋਤ ਜਗਾਉਣੀ ਸ਼ੁਰੂ ਕਰ, ਕਿਉਂਕਿ ਮੈਂ ਜੋਤ ਪਹਿਲਾਂ ਹੀ ਜਗਾਉਂਦੀ ਹੁੰਦੀ ਸੀ, ਮੈਨੂੰ ਸ਼ੁਰੂ ਤੋਂ ਹੀ ਸੀਗਾ। ਤਾਂ ਮੈਂ ਜੋਤ ਜਗਾਉਣੀ ਸ਼ੁਰੂ ਕਰ ਦਿੱਤੀ। ਮੈਂ ਕਿਉਂਕਿ ਮੈਂ ਰੱਬ ਮੰਨ ਲਿਆ, ਮੈਂ ਕਿਹਾ ਕਿ ਗੁਰੂ ਜੀ ਕੁਛ ਤਾਂ ਇਹਨਾਂ 'ਚ ਕੁਛ ਅਲੱਗ ਹੈ, ਇਹ ਕੁਛ ਸਧਾਰਨ ਨਹੀਂ ਗੇ, ਬਹੁਤ ਮਹਾਂਪੁਰਸ਼ ਦੇ ਦਰਸ਼ਨ ਕੀਤੇ ਆ ਪਰ ਇਹ ਬਹੁਤ ਅਲੱਗ ਨੇ। ਤੇ ਮੈਂ ਫਿਰ ਇੱਕ ਸਵਰੂਪ ਮੈਂ ਆਪਣੇ ਨਾਲ ਲਿਆ, ਔਰ ਮਾਰਨਿੰਗ 'ਚ ਜਦੋਂ ਮੈਂ ਰਾਣਾ ਨੂੰ ਮਿਲਣ ਗਈ ਤਾਂ ਮੈਂ ਇਹਨਾਂ ਨੂੰ ਫੜਾਇਆ ਤੇ ਮੇਰੇ ਵੱਲ ਦੇਖ ਰਹੇ ਸੀ। ਉਦੋਂ ਤਾਂ ਕਹਿੰਦੇ ਅੱਛਾ ਠੀਕ ਹੈ। ਮੈਂ ਕਿਹਾ ਰਾਣਾ ਇੱਦਾਂ ਦਾ ਗੁਰਜੀ ਆ ਇਹ, ਮਤਲਬ ਬਹੁਤ ਇੱਦਾਂ ਇਹਨਾਂ ਨੇ ਕਿਹਾ। ਕਹਿੰਦੇ ਠੀਕ ਹੈ, ਇਹਨਾਂ ਨੇ ਮੇਰੀਆਂ ਸਾਰੀਆਂ ਗੱਲਾਂ ਸੁਣੀਆਂ, ਪਰ ਰਾਣਾ ਨੇ ਹਜੇ ਦਰਸ਼ਨ ਨਹੀਂ ਕੀਤੇ ਸੀ, ਹਜੇ ਇਹਨਾਂ ਨੂੰ ਪਤਾ ਨਹੀਂ ਸੀਗਾ। ਤੇ ਸੰਗਤ ਜੀ ਨੈਕਸਟ ਡੇ ਜਦੋਂ ਮੈਂ ਰਾਣਾ ਨੂੰ ਮਿਲਣ ਗਈ ਤਾਂ ਰਾਣਾ ਦੱਸੋ ਫਿਰ ਤੁਹਾਨੂੰ ਕੀ ਫੀਲਿੰਗ ਹੋਈ ਸੀਗੀ? ਹਾਂ, ਮੈਂ ਜੈ ਗੁਰੂ ਜੀ ਜਦੋਂ ਸਵਰੂਪ ਲਿਆ ਕੇ ਇਹਨਾਂ ਨੇ ਮੈਨੂੰ ਦਿੱਤਾ ਤੇ ਮੈਂ ਆਪਣੇ ਸੈੱਲ ਚ ਲਾ ਲਿਆ ਸਵਰੂਪ, ਤੇ ਅਗਲੇ ਦਿਨ ਮੈਂ ਜਾ ਰਿਹਾ ਸੀ ਇਹਨਾਂ ਨੂੰ ਮਿਲਣ ਲਈ ਤਾਂ ਮੈਨੂੰ ਗੁਰੂ ਜੀ ਦੀ ਫ੍ਰੈਗਰੈਂਸ ਮੇਰੇ ਨਾਲ ਨਾਲ ਆ ਰਹੀ ਸੀ। ਮੈਂ ਕਿਹਾ ਇਹ ਕਿਸ ਚੀਜ਼ ਦੀ ਖੁਸ਼ਬੂ ਆ? ਮੈਂ ਇੱਧਰ ਉੱਧਰ ਦੇਖਿਆ, ਮੈਂ ਕਿਹਾ ਕੋਈ ਧੂਫ ਵੀ ਨਹੀਂ ਜਲ ਰਹੀ, ਕੋਈ ਹੋਰ ਵੀ ਨਹੀਂ ਹੈਗਾ, ਅੱਗੇ ਪਿੱਛੇ ਬਿਲਕੁਲ ਖਾਲੀ ਜਗ੍ਹਾ। ਸੋ ਗੁਰੂ ਜੀ ਨੇ ਮੈਨੂੰ ਇਸ਼ਾਰਾ ਦੇ ਦਿੱਤਾ ਕਿ ਵੀ ਮੈਂ ਤੇਰੇ ਨਾਲ ਆ, ਮੈਂ ਤੇਰੇ ਅੰਗ ਸੰਗ ਆ। ਤਾਂ ਮੈਂ ਫਿਰ ਗੋਲਡੀ ਨੂੰ ਜਾ ਕੇ ਕਿਹਾ, ਮੈਂ ਕਿਹਾ ਗੋਲਡੀ ਮੈਨੂੰ ਫ੍ਰੈਗਨੈਂਸ ਇੱਦਾਂ ਕੋਈ ਆਈ ਆ ਜਿੱਦਾਂ? ਉਹਨਾਂ ਨੇ ਫਿਰ ਮੈਨੂੰ ਦੱਸਿਆ, ਕਹਿੰਦੇ ਗੁਰੂ ਜੀ ਦੀ ਬੋਡੀ ਚੋਂ ਫ੍ਰੈਗਨੈਂਸ ਆਉਂਦੀ ਅੰਮ੍ਰਿਤ ਦੀ, ਉਹ ਵਾਲੀ ਫ੍ਰੈਗਨੈਂਸ ਆ। ਫਿਰ ਦੋ ਤਿੰਨ ਵਾਰੀ ਮੈਨੂੰ ਫ੍ਰੈਗਨੈਂਸ ਫੀਲ ਹੋਈ ਜਦੋਂ ਜਦੋਂ ਵੀ ਮੈਂ ਕੋਈ ਮਨ ਚ ਸੋਚਦਾ ਸੀ ਕਿ ਕੀ ਬਣੂਗਾ, ਜਾਂ ਕੋਈ ਕਿਸੇ ਚੀਜ਼ ਦਾ ਸਟ੍ਰੈਸ ਹੁੰਦਾ ਸੀਗਾ, ਤਾਂ ਗੁਰੂ ਜੀ ਕਈ ਵਾਰੀ ਐਨ ਫਿਰ ਉਹਨਾਂ ਨੇ 10 ਕੁ ਸੈਕਿੰਡ ਲਈ ਆਪਣੀ ਫ੍ਰੈਗਨੈਂਸ, ਆਪਣਾ ਔਰਾ ਬਿਲਕੁਲ ਮੇਰੇ ਲਾਗੇ ਆ ਜਾਂਦੇ ਸੀ। ਫਿਰ ਦਿਲ ਨੂੰ ਇੱਕ ਹੌਸਲਾ ਹੋ ਜਾਂਦਾ ਕਿ ਹਾਂ ਮੇਰਾ ਗੁਰੂ ਮੇਰੇ ਨਾਲ ਹੈਗਾ। ਸੋ ਇਨ ਬਿਟਵੀਨ ਫਿਰ ਜਦੋਂ ਗੁਰੂ ਜੀ ਨੇ ਬਲੈਸਿੰਗ ਦਿੱਤੀ ਤਾਂ ਥੋੜੇ ਟਾਈਮ ਬਾਅਦ ਹੀ ਇੱਕ ਮੈਡੀਕਲ ਗਰਾਊਂਡ ਤੇ ਇੰਟਰਮ ਬੇਲ ਦਾ ਬਹਾਨਾ ਬਣ ਗਿਆ ਮੇਰੇ ਬਾਹਰ ਆਉਣ ਦਾ। ਮਤਲਬ ਉਸ ਤੋਂ ਪਹਿਲਾਂ ਤਾਂ ਮੈਂ ਲਗਾਤਾਰ ਅੰਦਰ ਹੀ ਸੀਗਾ, ਤਾਂ ਉਹ ਮੈਡੀਕਲ ਗਰਾਊਂਡ ਤੇ ਤਾਂ ਉਹਨਾਂ ਨੇ ਇੰਟਰਮ ਬੇਲ ਮੈਨੂੰ ਮਿਲ ਗਈ ਗੁਰੂ ਜੀ ਦੀ ਕਿਰਪਾ ਨਾਲ। ਤੇ ਫਸਟ ਟਾਈਮ ਜਦੋਂ ਮੈਂ ਗਿਆ ਦਿੱਲੀ, ਐਮਪਾਇਰ ਸਟੇਟ ਗਿਆ ਸੀਗਾ ਮੈਂ, ਉਦੋਂ ਗੁਰੂ ਜੀ ਨੂੰ ਫਸਟ ਟਾਈਮ ਜਦੋਂ ਮੈਂ ਦੇਖਿਆ ਤਾਂ ਗੁਰੂ ਜੀ ਦਾ ਚਿਹਰਾ, ਉਹਨਾਂ ਦੇ ਚਿਹਰੇ ਤੇ ਨੂਰ, ਤੇ ਮੈਂ ਬੈਠਾ ਤੇ ਉਦਾਂ ਹੀ ਸੇਮ ਗੋਲਡੀ ਜੀ ਵਾਂਗੂ ਮੇਰਾ ਵੀ ਰੋਣਾ ਨਿਕਲੀ ਜਾਏ ਰੋਣਾ, ਕਿਉਂਕਿ ਪੂਰਨ ਗੁਰੂ ਨੂੰ ਦੇਖ ਕੇ, ਰੱਬ ਨੂੰ ਦੇਖ ਕੇ ਤੁਹਾਡੀ ਆਤਮਾ ਆਪਣੇ ਆਪ ਰੋਂਦੀ ਆ, ਕਿਉਂਕਿ ਉਹ ਪਹਿਚਾਣ ਲੈਂਦੀ ਹੈ ਨਾ। ਮੈਨੂੰ ਪਤਾ ਹੀ ਨਾ ਲੱਗੇ, ਮੇਰਾ ਦਿਲ ਇੰਨਾ ਭਾਵੁਕ ਹੋ ਗਿਆ ਮੈਂ ਰੋਈ ਜਾਵਾਂ। ਗੁਰੂ ਜੀ ਆਸਣ ਤੇ ਬੈਠੇ ਲਗਾਤਾਰ ਮੈਨੂੰ ਦੇਖ ਰਹੇ ਸੀਗੇ, ਬਾਕੀ ਸੰਗਤ ਨੂੰ ਵੀ ਦੇਖ ਰਹੇ ਸੀ ਤੇ ਬਾਰ ਬਾਰ ਮੈਨੂੰ ਵੀ ਦੇਖ ਰਹੇ ਸੀ। ਹਲੇ ਮੈਂ ਦੇਖ ਹੀ ਰਿਹਾ ਤੇ ਮੈਨੂੰ ਏਦਾਂ ਕਰਕੇ ਬੁਲਾਇਆ ਉਹਨਾਂ ਨੇ, ਮੈਂ ਕਿਹਾ ਪਤਾ ਨੀ ਕਿਸੇ ਹੋਰ ਨੂੰ ਬੁਲਾਇਆ ਹੋਣਾ। ਮੈਨੂੰ ਕਹਿੰਦੇ ਤੂੰ ਆ ਇੱਧਰ, ਤਾਂ ਮੈਂ ਕਿਹਾ ਠੀਕ ਆ ਜੀ। ਮੈਂ ਉੱਠ ਕੇ ਗਿਆ ਤੇ ਹਲੇ ਮੈਂ ਦੂਰ ਹੀ ਸੀਗਾ, ਮੈਨੂੰ ਕਹਿੰਦੇ ਹਾਂ ਵੀ ਕਾਂਗਰਸੀ
ਐਮਐਲਏ ਮੰਤਰੀ ਤੈਨੂੰ ਮੈਂ ਬਣਾਉਣਾ। ਮੈਂ ਬੜਾ ਹੈਰਾਨ, ਮੈਂ ਕਿਹਾ ਗੁਰੂ ਜੀ ਇਹ ਕਹਿਣ ਕਿ ਜੇਲ੍ਹ ਚੋਂ ਬਾਹਰ ਆ ਤੇਰਾ ਕੇਸ ਖਤਮ ਹੋ ਗਿਆ ਤਾਂ ਮੈਨੂੰ ਜ਼ਿਆਦਾ ਖੁਸ਼ੀ ਹੋਣੀ ਸੀ ਵੀ ਮੈਂ ਤਾਂ ਇਸ ਵੇਲੇ ਬੰਦਾ, ਕਿਉਂਕਿ ਅੰਦਰ ਰਹਿਣਾ ਬੜਾ ਔਖਾ ਹੁੰਦਾ ਜੀ, ਜਿਹੜਾ ਬੰਦਾ ਬੇਕਸੂਰ ਵੀ ਹੋਵੇ ਉੱਪਰੋਂ ਅਚਾਨਕ ਏਦਾਂ ਦੀ ਚੀਜ਼ ਇੱਕ ਪੋਲੀਟੀਕਲੀ ਮੈਨੂਪੁਲੇਟਡ ਕੇਸ ਤੁਹਾਡੇ ਤੇ ਪੈ ਜਾਵੇ ਤੇ ਬੜਾ ਔਖਾ ਹੋ ਜਾਂਦਾ ਅੰਦਰਲਾ ਮਾਹੌਲ ਜਿਹੜਾ। ਸੋ ਗੁਰੂ ਜੀ ਨੇ ਬਚਨ ਇਹਨੇ ਵੱਡੇ ਕਰਤੇ ਤੇ ਮੈਨੂੰ ਕਹਿੰਦੇ ਅਰੁਣ ਸ਼ੌਰੀ ਕੋਲੋਂ ਸਤਸੰਗ ਸੁਣ। ਅਰੁਣ ਸ਼ੌਰੀ ਜੀ ਬੈਠੇ ਸੀਗੇ, ਮੈਂ ਉਹਨਾਂ ਕੋਲ ਬਹਿ ਗਿਆ। ਫਿਰ ਅਰੁਣ ਸ਼ੌਰੀ ਜੀ ਨੇ ਮੈਨੂੰ ਆਪਣਾ ਸਤਸੰਗ ਸੁਣਾਇਆ ਕਿ ਉਹਨਾਂ ਦੇ ਵਾਈਫ ਦੇ ਹੱਥ ਪੈਰ ਏਦਾਂ ਬਿਲਕੁਲ ਮੁੜ ਗਏ ਸੀਗੇ, ਚੱਲ ਨੀ ਸਕਦੇ ਸੀਗੇ। ਉਹਨਾਂ ਨੂੰ ਗਨਮੈਨ ਉਠਾ ਕੇ ਲਿਆਉਂਦੇ ਹੁੰਦੇ ਸੀ ਗੁਰੂ ਜੀ ਦੇ ਦਰਬਾਰ ਚ, ਤੇ ਗੁਰੂ ਜੀ ਦੀ ਮਿਹਰ ਦੇ ਨਾਲ ਉਹ 2-3 ਮਹੀਨਿਆਂ ਚ ਬਿਲਕੁਲ ਫਿੱਟ ਹੋ ਗਏ ਸੀਗੇ। ਸੋ ਮਤਲਬ ਉਹਨਾਂ ਨੇ ਆਪਣਾ ਸਤਸੰਗ ਮੈਨੂੰ ਸਾਰਾ ਮੇਰੇ ਨਾਲ ਸ਼ੇਅਰ ਕੀਤਾ ਤੇ ਗੁਰੂ ਜੀ ਨੇ ਇੱਕ ਤਰੀਕੇ ਨਾਲ ਮਿਹਰ ਕੀਤੀ ਕਿ ਇਹਨੂੰ ਪਤਾ ਲੱਗੇ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਤਾਂ ਹਲੇ ਨਵੇਂ ਆ, ਇਹਨਾਂ ਨੂੰ ਅਹਿਸਾਸ ਹੀ ਨਹੀਂ। ਸੋ ਉਸ ਤੋਂ ਬਾਅਦ ਫਿਰ ਏਦਾਂ ਹੀ ਮੇਰੀ ਇੰਟਰਮ ਬੇਲ 2-3 ਵਾਰ ਐਕਸਟੈਂਡ ਹੋਈ। ਜਦੋਂ ਇੰਟਰਮ ਬੇਲ ਖਤਮ ਹੋਣ ਦਾ ਟਾਈਮ ਆਉਣਾ 20 ਦਿਨ ਬਾਅਦ, ਤੇ ਮੈਂ ਗੁਰੂ ਜੀ ਕੋਲ ਜਾਣਾ ਦਿੱਲੀ ਹੱਥ ਜੋੜ ਕੇ। ਮੈਂ ਨਾ ਗੁਰੂ ਜੀ ਉਹ ਹੋ ਗਈ ਐਕਸਟੈਂਸ਼ਨ ਤੇਰੀ, ਐਸ਼ ਕਰ। ਤੇ ਉਹ ਵਾਕਈ ਅਗਲੇ ਦਿਨ ਹਾਈ ਕੋਰਟ ਦੇ ਜੱਜ ਨੇ ਉਹੀ ਐਕਸਟੈਂਸ਼ਨ ਦੇ ਦੇਣੀ। 3 ਵਾਰ ਏਦਾਂ ਮੇਰੀ ਐਕਸਟੈਂਸ਼ਨ ਅੱਗੇ ਵਧੀ 20-20 ਦਿਨ ਲਈ, ਤੇ ਜਦੋਂ ਨਹੀਂ ਵਧਣੀ ਸੀ ਤੇ ਉਸ ਇਨ ਬਿਟਵੀਨ ਮੇਰਾ ਸਾਰਾ ਉਸ ਪਾਰਟੀ ਨਾਲ ਬੈਠ ਕੇ ਸੋਰਟ ਆਊਟ ਹੋ ਗਿਆ, ਤਾਂ ਐਵੀਡੈਂਸ ਆਪਣੇ ਹੱਕ ਚ ਹੋ ਗਿਆ, ਮਤਲਬ ਸਾਰੀ ਗੱਲ ਖਤਮ ਹੋ ਗਈ। ਤੇ ਜਦੋਂ ਥੋੜੇ ਟਾਈਮ ਲਈ ਫਿਰ ਮੈਨੂੰ ਅੰਦਰ ਜਾਣਾ ਪਿਆ ਸੀ, ਜਦੋਂ ਮੈਂ ਅੰਦਰ ਜਾਣਾ ਸੀ ਤੇ ਗੁਰੂ ਜੀ ਨੇ ਕੋਈ ਸ਼ਬਦ ਨਹੀਂ ਬੋਲੇ ਵੀ ਐਕਸਟੈਂਸ਼ਨ ਹੋ ਜੂਗੀ ਜਾਂ ਨਹੀਂ। ਉਹਨਾਂ ਨੂੰ ਪਤਾ ਸੀ ਕਿ ਥੋੜੇ ਟਾਈਮ ਲਈ ਇਹਨੂੰ ਅੰਦਰ ਰਹਿਣਾ। ਤਾਂ ਫਿਰ 2-3 ਮਹੀਨੇ ਚ ਹੀ ਫਿਰ ਉਸ ਤੋਂ ਬਾਅਦ ਐਵੀਡੈਂਸ ਹੋ ਗਿਆ, ਜਦੋਂ ਹੱਕ ਚ ਫਿਰ ਕੋਰਟ ਨੇ ਏਦਾਂ ਛੋਟੀ ਛੋਟੀ ਡੇਟਸ ਪਾ ਰਿਹਾ ਸੀਗਾ ਜੱਜ, ਤੇ ਮੇਰੇ ਦਿਲ ਚ ਡਰ ਸੀਗਾ ਕਿ ਕਿਤੇ ਮਤਲਬ ਉਹੀ ਗੱਲ ਨਾ ਹੋ ਜਾਵੇ, ਹਨਾ, ਕੋਈ ਗਲਤ ਫੈਸਲਾ ਨਾ ਸੁਣਾ ਦੇਣ, ਕਿਉਂਕਿ ਜੱਜ ਸਾਹਿਬ ਬੜੇ ਸਟ੍ਰਿਕਟ ਸੀਗੇ ਬਹੁਤ ਜ਼ਿਆਦਾ। ਤਾਂ ਇਨ ਬਿਟਵੀਨ ਗੁਰੂ ਜੀ ਉਦੋਂ 6-7 ਸਾਲਾਂ ਬਾਅਦ ਜਲੰਧਰ ਵਾਪਸ ਆਏ, ਔਰ ਜਿੱਦਣ ਮੇਰੀ ਡੇਟ ਸੀ ਉਸ ਤੋਂ ਇੱਕ ਦਿਨ ਪਹਿਲਾਂ, ਇੱਕ ਰਾਤ ਪਹਿਲਾਂ ਆਏ, ਤੇ ਜਦੋਂ ਸਾਨੂੰ ਪਤਾ ਲੱਗਾ ਗੋਲਡੀ ਜੀ ਨੂੰ ਕਿ ਗੁਰੂ ਜੀ ਆ ਗਏ ਆ ਤੇ ਅਗਲੇ ਦਿਨ ਡੇਟ ਆ, ਇਹ ਸਵੇਰੇ ਸਵੇਰੇ ਗੁਰੂ ਜੀ ਕੋਲ ਪਹੁੰਚ ਗਈ ਡਿਫੈਂਸ ਕਾਲੋਨੀ। ਤੇ ਜਦੋਂ ਗੁਰੂ ਜੀ ਨੇ ਦੇਖਿਆ ਇਹਨੂੰ, ਕਹਿੰਦੇ ਇੱਥੇ ਕੀ ਕਰਦੀਆਂ? ਇਹ ਕਹਿੰਦੇ ਗੁਰੂ ਜੀ ਅੱਜ ਰਾਣੀ ਦੀ ਡੇਟ ਆ। ਕਹਿੰਦੇ ਜਾ ਇੱਥੇ ਕੀ ਕਰਦੀਆਂ, ਲੈ ਕੇ ਆ ਆਪਣੇ ਰਾਂਝੇ ਨੂੰ ਲੈ ਕੇ ਆ, ਜਾ ਅੱਜ ਤੋਂ ਬਾਅਦ ਕੋਈ ਡੇਟ ਨਹੀਂ ਪੈਣੀ। ਉਹੀ ਗੱਲ ਸੰਗਤ ਜੀ, ਜੱਜ ਸਾਹਿਬ ਏਦਾਂ ਆਰਡਰ ਟਾਈਪ ਕਰਾ ਰਹੇ ਸੀ ਵੀ ਜਿੱਦਾਂ ਅੱਜ ਉਹਨਾਂ ਨੇ ਖਤਮ ਕਰਨਾ ਹੀ ਹੈ। ਸੋ ਜਿੱਦਾਂ ਹੀ ਫਾਈਨਲ ਜੱਜਮੈਂਟ ਉਹ ਦੇਣ ਲੱਗੇ ਤਾਂ ਉਹਨਾਂ ਦੀ ਵਰਡਿੰਗ ਦੇਖੋ ਕੀ ਉਹਨਾਂ ਨੇ ਯੂਜ਼ ਕੀਤੀ। ਕਹਿੰਦੇ ਜਾ ਐਸ਼ ਕਰ, ਤੈਨੂੰ ਪਰੀ ਕੀਤਾ। ਗੁਰੂ ਜੀ ਜਿੱਦਾਂ ਕਹਿੰਦੇ ਸੀ ਜਾ ਐਸ਼ ਕਰ, ਤੋ ਮੈਂ ਹੱਥ ਜੋੜ ਕੇ ਏਦਾਂ ਮਤਲਬ ਥੈਂਕਸ ਕੀਤਾ। ਤਾਂ ਮੈਂ ਸਿੱਧਾ ਉੱਥੋਂ ਨਿਕਲ ਕੇ, ਅਸੀਂ ਸਾਰੇ ਜਾਣੇ ਇਕੱਠੇ ਹੋ ਕੇ ਜਿੰਨੇ ਰਿਲੇਟਿਵ ਵਗੈਰਾ ਆਏ ਹੋਏ ਸੀ, ਦੋਸਤ ਆਏ ਹੋਏ ਸੀਗੇ, ਫਿਰ ਸਿੱਧੇ ਅਸੀਂ ਡਿਫੈਂਸ ਕਾਲੋਨੀ ਗਏ ਤੇ ਗੁਰੂ ਜੀ ਕੋਲ ਲੱਡੂ ਵਗੈਰਾ ਲੈ ਕੇ। ਤੇ ਗੁਰੂ ਜੀ ਬਹੁਤ ਖੁਸ਼, ਕਹਿੰਦੇ ਹਾਂ ਮੇਰੇ ਕੋਲ ਆਇਆ ਸਿੱਧਾ, ਉਹ ਨੀ ਕਿਤੇ ਗਿਆ, ਮੁੰਡਾ ਬਹੁਤ ਚੰਗਾ, ਉਹ ਬਹੁਤ ਪਿਆਰ ਕਰਦੇ ਸੀ ਗੁਰੂ ਜੀ, ਕਰਦੇ ਹੈ। ਸੋ ਫਿਰ ਬੜੇ ਖੁਸ਼ ਹੋ ਕੇ ਫਿਰ ਗੋਲਡੀ ਜੀ ਨੂੰ ਕਿਹਾ ਸੀਗਾ, ਗੋਲਡੀ ਜੀ ਹੁਣ ਅੱਗੇ ਦੱਸਣਗੇ। ਸਿੰਘ ਜੀ ਮੈਂ ਇੱਕ ਹੋਰ ਤੁਹਾਨੂੰ ਦੱਸਦੀ ਹਾਂ, ਜਦੋਂ ਅਜੇ ਰਾਣਾ ਦਾ ਕੇਸ ਦੇ ਮਤਲਬ ਬੇਲ ਨਹੀਂ ਮਿਲੀ ਸੀਗੀ, ਉਸ ਤੋਂ ਪਹਿਲਾਂ ਮੈਂ ਇੱਕ ਵਾਰੀ ਦਿੱਲੀ, ਜਦੋਂ ਅਸੀਂ ਦਿੱਲੀ ਜਾਈਦਾ ਹੀ ਸੀਗਾ, ਮੈਂ ਤਾਂ ਹਰ ਵੀਕ ਅਸੀਂ ਦਿੱਲੀ ਜਾਈਦਾ ਸੀ ਗੁਰੂ ਜੀ ਦੇ ਮਤਲਬ ਆਸ਼ੀਰਵਾਦ ਲੈਣ, ਕਿਉਂਕਿ ਸਾਨੂੰ ਪਤਾ ਸੀ ਕਿ ਅਸੀਂ ਜਿੱਦਾਂ ਉਸ ਦਰ ਤੇ ਜਾ ਕੇ ਆਪਣਾ ਮੱਥਾ ਰਗੜਾਂਗੇ ਓਨੀ ਸਾਡੇ ਤੇ ਕਿਰਪਾ ਹੋਣੀ ਹੈ। ਮੈਂ, ਮੰਮੀ ਔਰ ਮੇਰੀ ਬੇਟੀ ਅਸੀਂ ਗੁਰੂ ਜੀ ਦੇ ਹਜੇ ਆਪਣੇ ਆਸਣ ਤੇ ਆਏ ਨਹੀਂ ਸੀ, ਕੋਈ ਸੰਗਤ ਨਹੀਂ ਸੀ ਉਦੋਂ, ਤੇ ਰਾਣਾ ਦੇ ਮਾਸੀ ਜੀ ਸੀਗੇ ਤੇ ਉਹ ਗੁਰੂ ਜੀ ਦੇ ਅੰਦਰ ਸੇਵਾ ਕਰ ਰਹੇ ਸੀ, ਚਰਨ ਦਬਾ ਰਹੇ ਸੀ, ਤੇ ਮੈਂ ਬਾਹਰ ਬੈਠੀ ਸੀ ਤਾਂ ਮਤਲਬ ਗੁਰੂ ਜੀ ਨੇ ਮੈਸੇਜ ਆਇਆ ਬਾਹਰ ਕਿ ਗੋਲਡੀ ਆਂਟੀ ਨੂੰ ਬੁਲਾ ਕੇ ਲਿਆਓ। ਮੈਂ ਗਈ ਅੰਦਰ ਤਾਂ ਗੁਰੂ ਜੀ ਨੇ ਸੰਗਤ ਜੀ ਨੀਚੇ ਬੈਠੇ ਹੋਏ ਸੀਗੇ, ਔਰ ਜਿੱਦਾਂ ਨਾ ਇੱਕ ਪਿਆਰਾ ਜਿਹਾ ਕੋਈ ਬੱਚਾ, ਇੰਨੇ ਪਿਆਰੇ ਇੰਨੇ ਸੋਹਣੇ ਸ਼ਾਰਟਸ ਪਾਈਆਂ ਸੀ ਗੁਰੂ ਜੀ ਨੇ, ਟੀ ਸ਼ਰਟ ਪਾਈ ਸੀ ਤੇ ਬੈਠੇ, ਤਾਂ ਮੈਨੂੰ ਮਾਸੀ ਜੀ ਕਹਿੰਦੇ ਸੇਵਾ ਕਰ ਲੈ। ਸੰਗਤ ਜੀ ਮੈਂ ਸੱਚੀ ਅੱਜ ਵੀ ਤੁਹਾਨੂੰ ਮੈਂ ਦੱਸਦਾ, ਮੈਨੂੰ ਉਹੀ ਫੀਲਿੰਗ ਆਉਂਦੀ ਹੈ, ਮੈਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਮੈਂ ਇੰਨੇ ਪਿਆਰੇ ਗੁਰੂ ਜੀ ਨੂੰ ਟੱਚ ਕਿੱਦਾਂ ਕਰਾਂ, ਇਹ ਤਾਂ ਰੱਬ ਹੈ, ਮੇਰਾ ਕੋਈ ਨੇਲ ਲੱਗ ਜੂਗਾ, ਮਤਲਬ ਮੇਰੇ ਅੰਸ਼ ਸ਼ੁਰੂ ਹੋ ਗਿਆ ਚੱਲਣਾ। ਤੇ ਗੁਰੂ ਜੀ ਨੇ ਮੈਨੂੰ ਕਹਿੰਦੇ ਬਹਿ ਜਾ ਇੱਥੇ ਬਹਿ ਜਾ, ਮੈਨੂੰ ਬਿਠਾ ਲਿਆ ਕੋਲ। ਸੰਗਤ ਜੀ ਮੈਨੂੰ ਸੱਚੀ ਕਹਾਂ, ਉਸ ਟਾਈਮ ਚ ਮੈਂ ਇੰਨੀ ਤਕਲੀਫ ਸੀਗੀ ਨਾ, ਮੈਨੂੰ ਕਦੀ ਕਿਸੇ ਨੇ ਏਦਾਂ ਨੀ ਪੁੱਛਿਆ ਸੀ ਕਿ ਤੇਰੇ ਮਨ ਚ ਕੀ ਚੱਲਦਾ, ਪਰ ਮੇਰੇ ਸਤਿਗੁਰੂ ਨੇ ਮੈਨੂੰ ਪੁੱਛਿਆ। ਮੈਂ ਅੱਜ ਵੀ ਹਮੇਸ਼ਾ ਸੋਚਦੀ ਹੁੰਦੀ ਹਾਂ, ਗੁਰੂ ਜੀ ਤੁਸੀਂ ਸਾਨੂੰ ਸਿਰਫ ਇੱਕ ਗੁਰੂ ਵਾਲਾ ਪਿਆਰ ਨਹੀਂ ਦਿੱਤਾ,
ਮੈਨੂੰ ਸੰਗਤ ਜੀ ਸੱਚੀ ਕਹਾਂ ਮੇਰੇ ਮੇਰੇ ਮਾਂ ਬਾਪ ਵਾਲਾ ਪਿਆਰ ਵੀ ਗੁਰੂ ਜੀ ਨੇ ਦਿੱਤਾ, ਮੇਰੇ ਭੈਣ ਭਰਾਵਾਂ ਵਾਲਾ ਵੀ ਦਿੱਤਾ, ਜਿੱਥੇ ਮੇਰੀ ਕੋਈ ਮੇਰੇ ਲਈ ਖੜਿਆ ਨਹੀਂ ਉੱਥੇ ਮੇਰੇ ਗੁਰੂ ਜੀ ਖੜੇ। ਔਰ ਮੈਂ ਹਮੇਸ਼ਾ ਕਹੂੰਗੀ ਗੁਰੂ ਜੀ ਕੋਈ ਨਾ ਖੜੇ, ਮੈਂ ਹੁਣ ਵੀ ਅੱਜ ਵੀ ਕਹਿੰਦੀ ਹਾਂ ਮੇਰੇ ਲਈ ਸਿਰਫ ਤੁਸੀਂ ਖੜਿਓ, ਮੈਨੂੰ ਹੋਰ ਕੋਈ ਨਹੀਂ ਚਾਹੀਦਾ। ਤੇ ਸੰਗਤ ਜੀ ਮੈਨੂੰ ਗੁਰੂ ਜੀ ਨੇ ਬਿਠਾ ਲਿਆ ਕੋਲ ਤੇ ਮੈਨੂੰ ਕਹਿੰਦੇ, ਮੈਨੂੰ ਪੁੱਛਣ ਲੱਗ ਗਏ ਤੇਰੇ ਡੈਡੀ ਕੀ ਕਰਦੇ ਆ। ਮੈਂ ਕਿਹਾ ਗੁਰੂ ਜੀ ਖੇਤੀ ਕਰਦੇ ਆ। ਅੱਛਾ, ਕਿਉਂਕਿ ਸੰਗਤ ਜੀ ਗੁਰੂ ਜੀ ਨੂੰ ਨਾ ਦੇਖ ਸੋਚੋ ਨਾ ਵੀ ਅਸੀਂ ਅਰਦਾਸ ਕਰ ਰਹੇ ਹਾਂ, ਅਰਦਾਸ ਤੇ ਆਪਾਂ ਐਵੇਂ ਕਰਦੇ ਹਾਂ, ਮਤਲਬ ਸਹੀ ਗੱਲ ਕਵਾਂ, ਪਤਾ ਉਹਨਾਂ ਨੂੰ ਸਾਰਾ ਹੁੰਦਾ ਪਰ ਬੋਲਦੇ ਆ ਨਾ ਕਿ ਆਪ ਸਹੀ। ਕਈ ਵਾਰੀ ਕਹਿੰਦੇ ਨਾ ਸੰਗਤ, ਗੁਰੂ ਜੀ ਕਹਿੰਦੇ ਸੀ ਨਾ ਮੰਗਿਆ ਨਾ ਕਰੋ ਮੰਨੋ, ਮਤਲਬ ਉਹਨਾਂ ਨੂੰ ਸਭ ਪਤਾ ਹੁੰਦਾ ਕਿ ਇਹਨੂੰ ਕੀ ਚਾਹੀਦਾ ਇਹਨੂੰ ਕੀ ਚਾਹੀਦਾ। ਮੈਂ ਮੈਨੂੰ ਕਹਿੰਦੇ ਪਿਆਸਾ ਲੱਗ ਗਿਆ ਜ਼ਮੀਨ ਤੁਹਾਡੀ? ਮੈਂ ਕਿਹਾ ਹਾਂਜੀ ਗੁਰੂ ਜੀ। ਤਾਂ ਫਿਰ ਮਤਲਬ ਏਦਾਂ ਬਿਨਾਂ ਕੁਛ ਪਰਸਨਲ ਗੱਲਾਂ ਕੀਤੀਆਂ, ਮੈਨੂੰ ਆਪਣੇ ਬਾਰੇ ਕੁਛ ਦੱਸਿਆ ਗੁਰੂ ਜੀ ਨੇ। ਫਿਰ ਇੱਕਦਮ ਬੈਠੇ ਬੈਠੇ ਨਾ ਸੰਗਤ ਜੀ, ਗੁਰੂ ਜੀ ਨੇ ਆਪਣੀ ਸ਼ਰਟ ਚੱਕੀ ਤੇ ਮੈਨੂੰ ਨਾ ਕਹਿੰਦੇ ਸੁੰਘ ਲੈ ਮੇਰੀ ਧੁੰਨੀ ਧੁੰਨੀ ਤੇ ਕਹਿੰਦੇ, ਮੈਂ ਕਿਹਾ ਗੁਰੂ ਜੀ ਮੈਂ ਦੇਖਣ ਲੱਗ ਗਈ, ਕਹਿੰਦੇ ਕਮਲੀਏ ਸੁੰਘ ਲੈ। ਫਿਰ ਮੈਨੂੰ ਸਮਝ ਲੱਗੀ ਕਿ ਗੁਰੂ ਜੀ ਮੈਨੂੰ ਸੁੰਘਣ ਨੂੰ ਕਹਿ ਰਿਹਾ। ਤੇ ਸੰਗਤ ਜੀ ਮੈਂ ਸੁੰਘਿਆ ਔਰ ਗੁਰੂ ਜੀ ਦੀ ਇੰਨੀ ਮਤਲਬ ਨਾਭੀ ਚੋਂ ਇੰਨੀ ਖੁਸ਼ਬੂ ਆਈ, ਮਤਲਬ ਉਹ ਮੇਰੇ ਕੋਲ ਸੰਭਾਲ ਨਹੀਂ ਹੋ ਰਹੀ ਸੀ, ਮਤਲਬ ਮੈਂ ਉਹਨੂੰ ਬਰਦਾਸ਼ਤ ਨਹੀਂ ਕਰ ਪਾ ਰਹੀ ਸੀ ਕਿ ਇੰਨੀ ਖੁਸ਼ਬੂ ਕਿੱਦਾਂ ਹੋ ਸਕਦੀ। ਜਿੱਦਾਂ ਹੁੰਦਾ ਨਾ ਕੋਈ ਇੱਕਦਮ ਪ੍ਰੈਸ਼ਰ ਨਾਲ ਕੋਈ ਚੀਜ਼ ਤੁਹਾਡੇ ਉੱਤੇ ਆਉਂਦੀ ਪਈ ਕਿ ਤੁਸੀਂ ਉਹਨੂੰ ਲੈ ਨਹੀਂ ਪਾ ਰਹੇ, ਇੰਨੀ ਖੁਸ਼ਬੂ। ਤਾਂ ਮੈਂ ਤਾਂ ਪੂਰਾ ਮੇਰਾ ਤਾਂ ਦਿਮਾਗ ਇੱਦਾਂ ਹੋ ਗਿਆ, ਸ਼ਾਇਦ ਉਹਨਾਂ ਦੀ ਬਹੁਤ ਮੈਨੂੰ ਕਿਰਪਾ ਦੀ ਉਸ ਵੇਲੇ ਲੋੜ ਸੀ ਜਿਹੜੀ ਗੁਰੂ ਜੀ ਨੇ ਮੈਨੂੰ ਦਿੱਤੀ, ਕਿ ਸ਼ਾਇਦ ਇਹ ਇਕੱਲੀ ਹੈ ਜਾਂ ਇਹ ਆਪਣਿਆਂ ਨੂੰ ਇਕੱਲੀ ਸੋਚਦੀ ਹੈ। ਤਾਂ ਮੈਂ ਉਹਨਾਂ ਨੇ ਉਸ ਤੋਂ ਬਾਅਦ ਮੈਨੂੰ ਕਦੀ ਇਕੱਲੇ ਹੋਣ ਨਹੀਂ ਦਿੱਤਾ, ਕਿਉਂਕਿ ਸੰਗਤ ਜੀ ਮੈਂ ਇਹ ਚੀਜ਼ ਅਜਮਾਈ ਹੈ। ਜਦੋਂ ਮੈਂ ਕਦੀ ਵੀ ਕਿਤੇ ਇਕੱਲੇ ਹੁੰਦੀ ਸੀ, ਮੈਂ ਕਹਿਣਾ ਮਤਲਬ ਨੈਚੁਰਲੀ ਇਹ ਪੋਲੀਟੀਕਲ ਫੈਮਿਲੀ ਸੀ, ਨਾਲ ਕੋਈ ਨਾ ਕੋਈ ਗਨਮੈਨ ਹੋਣਾ, ਹਮੇਸ਼ਾ ਜਾਣਾ ਕੋਈ ਨਾਲ ਹੋਣਾ। ਤੇ ਸੰਗਤ ਜੀ ਜਦੋਂ ਔਖਾ ਟਾਈਮ ਹੁੰਦਾ ਨਾ, ਤਾਂ ਕਈ ਵਾਰ ਅਸੀਂ ਇਕੱਲੇ ਹੀ ਹੁੰਦੇ ਹਾਂ। ਜਿੱਥੇ ਵੀ ਮੈਂ ਇਹ ਗੱਲ ਸੰਗਤ ਜੀ ਕਹੀ ਹੈ, ਕਦੀ ਜਿੱਦਾਂ ਮੈਂ ਕਿਤੇ ਹਾਈ ਕੋਰਟ ਚ ਖੜੀ ਹਾਂ ਜਾਂ ਮੈਂ ਕਦੀ ਕਿਤੇ ਜਾਂਦੀ ਸੀ ਨਾ, ਤੇ ਮੈਂ ਕਹਿਣਾ ਚਾਹੁੰਦਾ ਕਿਤੇ ਵੇਟ ਕਰਦੀ ਸੀ ਇਹੋ ਜਿਹੀ ਜਗ੍ਹਾ ਤੇ ਕਿ ਜਿੱਥੇ ਕੋਈ ਨੀ ਆਲੇ ਦੁਆਲੇ ਕੋਈ ਵੀ ਨੀ। ਇੰਨੀ ਮਾਰਨਿੰਗ ਚ ਮੈਨੂੰ ਕਈ ਵਾਰ ਨਿਕਲਣਾ ਪੈਂਦਾ ਸੀ ਤੇ ਮੈਨੂੰ ਵੇਟ ਕਰਨੀ ਪੈਂਦੀ ਸੀ ਜਿੱਦਾਂ ਕਿਤੇ ਪੇਪਰ ਸਬਮਿਟ ਕਰਾਉਣੇ ਜਾਂ ਕਿਤੇ। ਤਾਂ ਸੰਗਤ ਜੀ ਗੁਰੂ ਜੀ ਦੀ ਖੁਸ਼ਬੂ ਦਾ ਇੱਕਦਮ ਪੂਰਾ ਸਰਕਲ ਆਉਣਾ, ਮਤਲਬ ਉਹਨਾਂ ਨੇ ਮੈਨੂੰ ਹਮੇਸ਼ਾ ਕਿਹਾ, ਮਤਲਬ ਦੱਸਿਆ ਕਿ ਤੂੰ ਇਕੱਲੀ ਨਹੀਂ ਆ, ਮੈਂ ਹੁਣ ਤੇਰੇ ਨਾਲ ਆ। ਤੇ ਸੰਗਤ ਜੀ ਮੈਨੂੰ ਗੁਰੂ ਜੀ ਨੇ ਖੁਸ਼ਬੂ ਸੰਘਾਈ, ਫਿਰ ਮੈਨੂੰ ਮਤਲਬ ਮੇਰੇ ਬਾਰੇ ਦੱਸਿਆ ਸਾਰਾ। ਫਿਰ ਮੈਨੂੰ ਕਹਿੰਦੇ ਜਾ ਲੈ ਕੇ ਆ ਫੋਟੋ ਲੈ ਕੇ ਆ। ਮੈਂ ਗਈ ਰਾਂਝੇ ਦੀ ਫੋਟੋ ਲੈ ਕੇ ਆ। ਮੈਂ ਕਿਹਾ ਹਾਂਜੀ। ਮੈਂ ਗਈ ਫੋਟੋ ਲੈ ਕੇ ਆਂਦੀ, ਰਾਣਾ ਦੀ ਫੋਟੋ ਹੱਥ 'ਚ ਫੜੀ ਤਾਂ ਦੇਖਿਆ ਤੇ ਕਹਿੰਦੇ ਮੁੰਡਾ ਤੇ ਸੋਹਣਾ ਹੈ। ਮੈਂ ਕਿਹਾ ਮੈਂ ਬਸ ਇੱਕੋ ਹੀ ਗੱਲ ਮੇਰੀ, ਹਾਂਜੀ ਗੁਰੂ ਜੀ, ਤਾਂ ਕਹਿ ਕੇ ਤੇ ਮੈਂ ਇੱਦਾਂ ਕਹਿ ਦੇਣਾ। ਫਿਰ ਮੈਂ ਉਹ ਫੋਟੋ ਰੱਖ ਲਈ। ਫਿਰ ਗੁਰੂ ਜੀ ਨੇ ਮੈਨੂੰ ਕਹਿੰਦੇ ਕਹਿੰਦੇ ਆ ਗੁਰੂ ਜੀ ਉਹ ਚਾਦਰ ਬੰਨਦੇ ਹੁੰਦੇ ਸੀਗੇ ਨਾ, ਤੇ ਉਹਨਾਂ ਨੂੰ ਪਤਾ ਹੁੰਦਾ ਸੀਗਾ ਕਿਹਨੂੰ ਕੀ ਆਉਂਦਾ ਤੇ ਕਿਹਨੂੰ ਕੀ ਨਹੀਂ ਆਉਂਦਾ। ਮੈਨੂੰ ਕਹਿੰਦੇ ਚੱਲ ਹੁਣ ਮੇਰੀ ਗੁਰੂ ਜੀ ਦੇ ਕੱਪੜੇ ਡਰਾਈ ਕਲੀਨ ਹੋ ਕੇ ਆਉਂਦੇ ਸੀ, ਤੁਹਾਨੂੰ ਪਤਾ ਗੁਰੂ ਜੀ ਦੇ ਜਿਹੜੇ ਚੋਲੇ ਇੰਨੇ ਸੋਹਣੇ, ਜਿੱਦਾਂ ਮਤਲਬ ਕਿਤੇ ਦੁਨੀਆ ਇਸ ਦੁਨੀਆ ਚ ਬਣੇ ਹੀ ਨਹੀਂ, ਕਿਸੇ ਹੋਰ ਦੁਨੀਆ ਚ ਬਣ ਕੇ ਆਏ ਆ। ਤਾਂ ਉਹ ਚੋਲਾ ਆਇਆ ਗੁਰੂ ਜੀ ਦਾ, ਗੁਰੂ ਜੀ ਨੇ ਉਸੇ ਸ਼ਾਰਟਸ ਔਰ ਟੀ ਸ਼ਰਟ ਦੇ ਉੱਤੇ ਸ਼ਰਟ ਪਾ ਲਿਆ ਤੇ ਮੈਨੂੰ ਕਹਿੰਦੇ ਬਣਾ ਮੇਰੇ ਨਾਲ। ਮੈਂ ਗੁਰੂ ਜੀ ਦਾ ਉਹ ਚਾਦਰ ਬਣਾਈ। ਫਿਰ ਗੁਰੂ ਜੀ ਕਹਿੰਦੇ ਕਹਿੰਦੇ ਚਲੋ ਹੁਣ ਬੈਠੋ ਚੱਲ ਕੇ ਸੰਗਤ ਚ। ਤੇ ਮਤਲਬ ਬਹੁਤ ਕਲਿਆਣ ਕੀਤਾ, ਮੈਨੂੰ ਨੀ ਪਤਾ ਉਹਨਾਂ ਨੇ ਮੇਰਾ ਕੀ ਕੀਤਾ। ਔਰ ਹੋਰ ਵੀ ਗੱਲਾਂ ਕੀਤੀਆਂ, ਇੱਕ ਛੋਟੀ ਜਿਹੀ ਸੀਨਰੀ ਪਈ ਸੀ ਉਹਦੇ ਬਾਰੇ ਮੇਰੇ ਨਾਲ ਗੱਲਾਂ ਕਰਨ ਲੱਗ ਗਏ, ਮਤਲਬ ਏਦਾਂ ਨਿੱਕੀਆਂ ਨਿੱਕੀਆਂ ਗੱਲਾਂ ਜਿਹਦਾ ਮੈਨੂੰ ਏਦਾਂ ਕਰਾਇਆ ਕਿ ਮਤਲਬ ਮੈਂ ਬਾਪ ਹਾਂ ਤੇਰਾ ਤੇ ਤੈਨੂੰ ਫਿਕਰ ਕਰਨ ਦੀ ਲੋੜ ਨਹੀਂ ਕਿ ਹੁਣ ਤੂੰ ਕੰਫਰਟੇਬਲ ਹੋ ਜਾ। ਤੇ ਸੰਗਤ ਜੀ ਦੇਖ ਲਓ, ਫਿਰ ਉਸ ਤੋਂ ਬਾਅਦ ਨਾ ਮੈਂ ਕਹਿਣਾ ਮੈਂ ਸੋਚਿਆ ਜਿੱਦਾਂ ਮੈਂ ਲੋਕਾਂ ਤੋਂ ਸੁਣਿਆ ਸੀ ਸੰਗਤ ਤੋਂ ਕਿ ਕਹਿੰਦੇ ਗੁਰੂ ਜੀ ਜਿਹੜੀ ਚੀਜ਼ ਨੂੰ ਟੱਚ ਕਰ ਦਿੰਦੇ ਨਾ ਉਹ ਚ ਖੁਸ਼ਬੂ ਆਉਂਦੀ ਹੈ। ਤੇ ਸੰਗਤ ਜੀ ਦੇਖੋ ਦਿੱਲੀ ਤੋਂ ਅਸੀਂ ਵਾਪਸ ਆਏ ਤਾਂ ਜਲੰਧਰ ਆ ਕੇ ਨਾ ਮੇਰੇ ਮਨ ਚ ਐਵੇਂ ਆਇਆ ਖਿਆਲ, ਮੈਂ ਕਿਹਾ ਕਹਿੰਦੇ ਗੁਰੂ ਜੀ ਜਿਹੜੀ ਚੀਜ਼ ਨੂੰ ਹੱਥ ਲਾਉਂਦੇ ਆ ਉਹ ਚ ਖੁਸ਼ਬੂ ਆਉਂਦੀ ਹੈ। ਫਿਰ ਮੈਂ ਕਿਹਾ ਅੱਜ ਤਾਂ ਰਾਣਾ ਦੀ ਫੋਟੋ ਨੂੰ ਹੱਥ ਲਾਇਆ ਦੇਖਾਂ ਭਲਾ। ਸੰਗਤ ਜੀ ਮੈਂ ਪਰਸ ਫੋਟੋ ਕੱਢੀ, ਇੰਨੀ ਖੁਸ਼ਬੂ ਨਾਲ ਭਰੀ ਹੋਈ ਉਹ ਫੋਟੋ, ਮਤਲਬ ਮੈਂ ਹੈਰਾਨ ਹੋ ਗਈ। ਮੈਂ ਕਿਹਾ ਸੱਚੇ ਪਾਤਸ਼ਾਹ ਤੂੰ ਤੂੰ ਕੋਈ ਮਤਲਬ ਸਧਾਰਨ ਨਹੀਂ, ਤੂੰ ਕੁਛ ਹੋਰ ਆ। ਮਤਲਬ ਮੈਨੂੰ ਤਾਂ ਸੰਗਤ ਜੀ ਪਤਾ ਨੀ ਸ਼ੁਰੂ ਤੋਂ ਕੁਛ ਹੋ ਗਿਆ ਸੀਗਾ ਗੁਰੂ ਜੀ ਬਾਰੇ ਕਿ ਗੁਰੂ ਜੀ ਕੋ ਮਤਲਬ ਕੋਈ ਹੋਰ ਹੀ ਰੂਹ ਨੇ ਇਹ, ਕਿਉਂਕਿ ਇੰਨੀ ਸਮਝ ਨਹੀਂ ਸੀ ਕਿ ਮੇਰੀ ਵੀ ਏਜ ਬਹੁਤ ਛੋਟੀ ਸੀ, ਮੈਂ 23-24 ਸਾਲ ਦੀ ਸੀਗੀ ਸਾਰੀ ਉਦੋਂ। ਤੇ ਪਰ ਮੈਨੂੰ ਇੱਦਾਂ ਲੱਗਦਾ ਸੀ ਕਿ ਇਹ ਸਾਡੇ ਰੂਹਾਂ ਨੂੰ ਜਾਣਦੇ ਆ। ਤਾਂ ਉਸ ਤੋਂ ਬਾਅਦ ਫਿਰ ਜਦੋਂ ਮੈਂ ਡਿਫੈਂਸ ਕਾਲਜ ਰਾਣਾ ਨੂੰ ਦੱਸਿਆ ਜਿੱਦਾਂ ਕਿ ਮੈਂ ਉੱਥੇ ਗਈ ਸੀ, ਤਾਂ ਮੈਂ ਵੇਟ ਕਰ ਰਹੀ ਸੀ ਨਾ ਡਿਫੈਂਸ ਕਾਲਜ ਕਿਚਨ ਦੇ ਵਾਲ ਦੇ ਨਾਲ ਬੈਠੀ ਸੀ ਤੇ ਮੈਂ ਵੇਟ ਕਰ ਰਹੀ ਸੀ। ਤਾਂ ਸੰਗਤ ਜੀ ਸੱਚੀ ਗੁਰੂ ਜੀ ਪਤਾ ਨੀ ਕਿੱਧਰੋਂ ਆਏ, ਮੈਂ ਕੋਈ ਦਰਵਾਜ਼ਾ ਨੀ ਖੁੱਲਿਆ ਕੋਈ ਕੁਛ ਨੀ ਹੋਇਆ, ਗੁਰੂ ਜੀ ਮੇਰੇ ਸਾਹਮਣੇ ਇੱਕਦਮ ਬਲੈਕ ਚੋਲੇ ਚ ਖੜੇ ਤੇ ਮੈਨੂੰ ਕਹਿੰਦੇ ਹਾਂ ਕੀ ਕਰਦੀ ਹੈ ਇੱਥੇ? ਮੈਂ ਕਿਹਾ ਗੁਰੂ ਜੀ ਤੁਹਾਡੀ ਵੇਟ ਕਰਦੀ ਹਾਂ। ਕਹਿੰਦੇ ਜਾ ਲੈ ਕੇ ਆ ਆਪਣੇ ਰਾਂਝੇ ਨੂੰ, ਲੱਡੂ ਵੰਡ ਦੀ ਕਚਹਿਰੀ ਉਹ ਨਿਕਲੀ ਤੇ ਪਹਿਲੀ ਪੇਸ਼ੀ ਆ ਛੁੱਟਿਆ। ਸੰਗਤ ਜੀ ਮੈਂ ਗੁਰੂ ਜੀ ਨੂੰ ਫਟਾਫਟ ਟੱਚ ਕੀਤਾ, ਚੰਗੀ ਤਰ੍ਹਾਂ ਗੁਰੂ ਜੀ ਦੇ ਚਰਨ ਘੁੱਟ ਕੇ ਪਿਆਰ ਕੀਤਾ ਤੇ ਮੈਂ ਏਦਾਂ ਕਰ ਲਏ, ਕਿਉਂਕਿ ਮੈਂ ਉਹ ਹੱਥ ਨੀ ਲਾਇਆ
ਮੈਂ ਇੱਦਾਂ ਹੀ ਡਰਾਈਵਰ ਨੂੰ ਕਿਹਾ ਮੇਰੀ ਗੱਡੀ ਖੋਲ ਦੇ, ਮੈਂ ਬਹਿ ਗਈ। ਮੈਂ ਜਾ ਕੇ ਰਾਣਾ ਨੂੰ ਫਿਰ ਹੱਥ ਲਾਏ ਜਦੋਂ ਮੈਂ ਕਹੀ, ਕਿਉਂਕਿ ਉਦੋਂ ਤੱਕ ਨਾ ਮਤਲਬ ਜੱਜ ਇਹਦਾ ਘਰ ਰਹੇ ਸੀ, ਕਦੀ ਬਾਹਰ ਕਦੀ ਅੰਦਰ। ਤੇ ਜਦੋਂ ਮੈਂ ਲਾਏ ਤੇ ਮੈਨੂੰ ਵੀ ਸ਼ਾਂਤੀ ਹੋ ਗਈ, ਕਿਉਂਕਿ ਆਪਾਂ ਨਾ ਇਨਸਾਨ ਆ, ਆਪਾਂ ਨੂੰ ਇਹ ਨੀ ਪਤਾ ਲੱਗਦਾ ਕਿ ਕਿਰਪਾ ਤਾਂ ਕਰ ਚੁੱਕਾ, ਕਿਰਪਾ ਤਾਂ ਵਾਹਿਗੁਰੂ ਨੇ ਕਰ ਦਿੱਤੀ ਹੈ, ਹੁਣ ਤਾਂ ਬਸ ਇੱਕ ਫਾਰਮੈਲਿਟੀ ਹੈ ਕਿ ਕਾਗਜ਼ਾਂ ਚ ਕਿ ਇੱਦਾਂ। ਤਾਂ ਰਾਣਾ ਬਾਹਰ ਆਏ, ਅਸੀਂ ਸਿੱਧੇ ਉੱਥੇ ਪਹੁੰਚੇ। ਫਿਰ ਗੁਰੂ ਜੀ ਨੇ, ਜਦੋਂ ਮੈਂ ਗਈ ਨਾ ਉੱਥੇ, ਤੇ ਫਿਰ ਗੁਰੂ ਜੀ ਨੇ ਮੈਨੂੰ ਆਹ ਮਤਲਬ ਕਿਹਾ, ਕਹਿੰਦੇ ਹਾਂ ਕਿੱਦਾਂ ਲੱਡੂ ਵੰਡ ਦੀ ਕਚਹਿਰੀ ਉਹ ਨਿਕਲੀ ਤੇ ਪਹਿਲੀ ਪੇਸ਼ੀ ਆ ਛੁੱਟਿਆ। ਮੈਂ ਕਿਹਾ ਕਹਾਵਤ ਹਾਂਜੀ, ਮਤਲਬ ਗੁਰੂ ਜੀ ਦਾ ਜਿਹੜਾ ਮਤਲਬ ਆਪਾਂ ਕੋਈ ਇੱਕ ਵਰਡ ਵੀ ਗੁਰੂ ਜੀ ਬੋਲਦੇ ਸੀ ਨਾ, ਉਹ ਸੰਗਤ ਜੀ ਬਹੁਤ ਹੀ ਮਤਲਬ ਵੈਲਿਊ ਉਸ ਚੀਜ਼ ਦੀ। ਤੁਹਾਨੂੰ ਜੋ ਕੋਈ ਲਾਈਫ ਚ ਕੁਛ ਗੁਰੂ ਜੀ ਨੇ ਕਿਹਾ, ਉਹ ਚੀਜ਼ ਨੂੰ ਹੋਣਾ ਹੀ ਹੋਣਾ, ਇਹ ਮੈਂ ਮਤਲਬ ਮੈਨੂੰ ਪੱਕਾ ਆਇਆ ਇਸ ਚੀਜ਼ ਬਾਰੇ। ਫਿਰ ਸੰਗਤ ਜੀ ਇੱਦਾਂ ਹੀ ਅਸੀਂ ਮਤਲਬ ਗੁਰੂ ਜੀ ਆ ਗਏ ਇੱਥੇ ਜਲੰਧਰ, ਕਾਫੀ ਸਾਲਾਂ ਬਾਅਦ ਆਏ ਸੀ, ਸ਼ਾਇਦ 6-7 ਸਾਲ ਬਾਅਦ ਆਏ ਸੀਗੇ, ਤੇ ਗੁਰੂ ਜੀ ਕਾਫੀ ਟਾਈਮ ਰਹੇ। ਤੇ ਸੰਗਤ ਜੀ ਅਸੀਂ ਤਾਂ ਨਾ ਉਸ ਚਾਅ ਚ ਸੀਗੇ ਕਿ ਗੁਰੂ ਜੀ ਮਤਲਬ ਸਭ ਤੇ ਕਿਰਪਾ ਕਰਤੀ ਤੇ ਰਾਣਾ ਬਾਹਰ ਆ ਗਏ। ਤੇ ਮੈਂ ਸੰਗਤ ਜੀ ਕਦੀ ਨੀ ਇਹ ਸੋਚਿਆ ਸੀ ਕਿ ਮਤਲਬ ਹੁਣ ਮੈਨੂੰ ਮਤਲਬ ਕੋਈ ਬੇਬੀ ਚਾਹੀਦਾ ਜਾਂ ਕੁਛ, ਪਰ ਰਾਣਾ ਦੇ ਮੰਮੀ ਅਰਦਾਸ ਕਰਦੇ ਸੀਗੇ। ਤੇ ਗੁਰੂ ਜੀ ਇੱਥੇ ਆ ਗਏ ਤਾਂ ਸਾਡਾ ਸੰਗਤ ਜੀ ਟਾਈਮ ਟੇਬਲ ਇਹੀ ਹੁੰਦਾ ਸੀਗਾ, ਫਟਾਫਟ ਆਪਣੇ ਜਲਦੀ ਜਲਦੀ ਆਪਣੇ ਕੰਮ ਨਿਬੇੜੋ ਔਰ ਟਾਈਮ ਨਾਲ ਗੁਰੂ ਜੀ ਦੇ ਜਾ ਕੇ ਬਹਿਣਾ। ਕਦੀ ਸੰਗਤ ਜੀ ਇੱਧਰ ਉੱਧਰ ਨੇ ਕੋਈ ਪਾਰਟੀ ਨੀ ਦੇਖਣਾ, ਕਦੀ ਦੇਖਣਾ ਨਾ ਕੁਛ, ਦੇਖਿਆ ਹੀ ਨੀ। ਉਹ ਟਾਈਮ ਤਾਂ ਸੀ ਕਿ ਸਾਡਾ ਕੋਈ ਰੁਸਦਾ ਰੁਸ ਜਾਓ, ਸਾਡਾ ਰੱਬ ਆ ਗਿਆ, ਅਸੀਂ ਇੱਥੇ ਬਹਿਣਾ ਜਾ ਕੇ। ਤੇ ਸੰਗਤ ਜੀ ਅਸੀਂ ਰੋਜ਼ ਜਾ ਕੇ ਉੱਥੇ ਬੈਠਣਾ। ਤੇ ਇੱਕ ਦਿਨ ਅਸੀਂ ਜਦੋਂ ਐਂਟਰ ਹੋਏ ਤਾਂ ਉਸ ਤੋਂ ਪਹਿਲਾਂ ਰਾਣਾ ਨੂੰ ਗੁਰੂ ਜੀ ਨੇ ਨਾ ਕਹਿੰਦੇ ਕਹਿੰਦੇ ਚਾਂਦੀ ਦਾ ਨਾ ਕੜਾ ਬਣਾ ਕੇ ਲਿਆ 5.25 ਤੋਲੇ ਦਾ ਬਿਨਾਂ ਟਾਂਕੇ ਤੋਂ। ਤੇ ਰਾਣਾ ਨੇ ਬਣਵਾ ਲਿਆ ਕੜਾ। ਤੇ ਫਿਰ ਅਸੀਂ ਜਦੋਂ ਗਏ ਤਾਂ ਰਾਣਾ ਕਹਿੰਦੇ ਗੁਰੂ ਜੀ ਨੂੰ, ਮੈਂ ਕਿਹਾ ਕੋਈ ਨੀ, ਆਪੇ ਗੁਰੂ ਜੀ ਨੂੰ ਪਤਾ ਹੀ ਹੁੰਦਾ, ਕਿਉਂਕਿ ਉਦੋਂ ਤੱਕ ਪਤਾ ਲੱਗ ਗਿਆ ਸੀ ਕਿ ਗੁਰੂ ਜੀ ਨੂੰ ਪਤਾ ਹੀ ਹੁੰਦਾ। ਤਾਂ ਜਦੋਂ ਮਤਲਬ ਅਸੀਂ ਮੱਥਾ ਟੇਕਣ ਲੱਗੇ ਤੇ ਕਹਿੰਦੇ ਹਾਂ ਲਿਆ ਕੜਾ, ਔਰ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਜੇਬ ਚ ਕੜਾ ਹੈ, ਦੇਖੋ ਕਹਿੰਦੇ ਕੱਢ ਕੜਾ। ਰਾਣਾ ਨੂੰ ਪੁੱਛਿਆ ਡੇਟ ਆਫ ਬਰਥ, ਪੁੱਛਿਆ, ਉਹ ਤੇ ਇੱਕ ਬਹਾਨਾ ਹੁੰਦਾ ਕਿ ਡੇਟ ਆਫ ਬਰਥ ਜਿਹੜਾ ਮਤਲਬ, ਪਰ ਉਹਨਾਂ ਨੂੰ ਤਾਂ ਸਭ ਕੁਛ ਹੀ ਪਤਾ ਸੀ ਜਦੋਂ ਕਦੋਂ ਜੰਮੇ ਆ, ਸਾਡੀ ਜ਼ਿੰਦਗੀ ਚ ਕੀ ਹੋ ਰਿਹਾ, ਇਹ ਤਾਂ ਸਾਨੂੰ ਮਤਲਬ ਤਸੱਲੀ ਦੇਣ ਦੀ ਨਾ। ਤੇ ਗੁਰੂ ਜੀ ਨੇ ਉਹ ਪਾਇਆ। ਉਸ ਤੋਂ ਬਾਅਦ ਫਿਰ ਇੱਕ ਦਿਨ ਅਸੀਂ ਗਏ ਤਾਂ ਆਪਣੇ ਅੰਕਲ ਸੀਗੇ, ਸ਼ਗਨ ਅੰਕਲ ਹੁੰਦੇ ਸੀਗੇ ਨਾ, ਹਾਂ ਸ਼ਗਨ ਅੰਕਲ ਹੁੰਦੇ, ਸ਼ਗਨ ਅੰਕਲ ਮਿਲੇ ਬਾਅਦ, ਕਹਿੰਦੇ ਗੁਰੂ ਜੀ ਨੇ ਪੋਤਾ ਦੇਣਾ, ਪੋਤਾ ਬਲੈਸ ਕਰ ਦਿੱਤਾ, ਕਹਿੰਦੇ ਰੰਧਾਵਾ ਆਂਟੀ ਨੂੰ ਹੁਣ ਪੋਤਾ ਦੇਣਾ, ਕਿਉਂਕਿ ਮੈਂ ਨੀ ਕਿਹਾ ਸੀਗਾ ਨਾ ਰਾਣਾ ਨੇ ਕਿਹਾ ਸੀਗਾ, ਕਿਉਂਕਿ ਰਾਣਾ ਦੇ ਮੰਮੀ ਕਹਿੰਦੇ ਸੀ ਕਿ ਗੁਰੂ ਜੀ ਤੁਸੀਂ ਇੰਨੀਆਂ ਖੁਸ਼ੀਆਂ ਦਿੱਤੀਆਂ ਕਿ ਹੁਣ ਬੱਚਾ ਵੀ ਦੇ ਦਿਓ, ਇੱਕ ਬੇਟਾ ਵੀ ਦੇ ਦਿਓ। ਤਾਂ ਦੇਖੋ ਗੁਰੂ ਜੀ ਨੇ ਪਤਾ ਸੀਗਾ। ਸੰਗਤ ਜੀ ਜਿੱਦਣ ਮੈਂ ਕੰਸੀਵ ਕੀਤਾ, ਮੈਂ ਕਿਸੇ ਨੂੰ ਦੱਸਿਆ ਨੀ, ਮਤਲਬ ਡਾਕਟਰ ਨੇ ਮੈਨੂੰ ਕਿਹਾ, ਤੇ ਜਦੋਂ ਮੈਂ ਜਾ ਕੇ ਮੱਥਾ ਟੇਕਿਆ ਤੇ ਮੈਨੂੰ ਕਹਿੰਦੇ ਹਾਂ ਲਵ ਮੈਰਿਜ, ਕੀ ਕਹਿੰਦੀ ਤੇਰੀ ਡਾਕਟਰ ਨੀ? ਮੈਂ ਕਿਹਾ ਗੁਰੂ ਜੀ ਤੁਹਾਨੂੰ ਪਤਾ ਹੀ ਹੈ। ਕਹਿੰਦੇ ਜਾ ਐਸ਼ ਕਰ। ਬਹੁਤ ਐਸ਼ ਕਰਾਈ ਗੁਰੂ ਜੀ ਨੇ। ਗੁਰੂ ਜੀ ਨੇ ਮਤਲਬ ਮੈਂ 3 ਮੰਥ, ਗੁਰੂ ਜੀ 3 ਮਹੀਨੇ ਇੱਥੇ ਰਹੇ ਸੀਗੇ, ਔਰ ਮੇਰਾ ਰੋਜ਼ ਇਹ ਹੁੰਦਾ ਸੀਗਾ ਕਿ ਅਸੀਂ ਉੱਥੇ ਜਾ ਕੇ ਪ੍ਰਸ਼ਾਦ ਛਕਣਾ, ਔਰ ਗੁਰੂ ਜੀ ਨੇ ਸੰਗਤ ਜੀ ਇੰਨਾ ਪ੍ਰਸ਼ਾਦ ਖਿਲਾਉਣਾ। ਜਿਹੜੀ ਸੰਗਤ ਪੁਰਾਣੀ ਆ ਉਹਨੂੰ ਪਤਾ ਕਿ ਸੰਸਾਰ ਨੂੰ ਪਤਾ ਕਿ ਗੁਰੂ ਜੀ ਦੇ ਹੱਥ ਤਾਂ ਛੋਟੇ ਆ, ਪਰ ਜਿਹਦੇ ਸਾਡੀਆਂ ਐਡੀਆਂ ਵੱਡੀਆਂ ਮਤਲਬ ਸਭ ਦੀਆਂ, ਜਿਹਦਾ ਕਿੰਨਾ ਮਰਜ਼ੀ ਵੱਡਾ ਹੱਥ ਹੋਣਾ, ਢੇਰੀਆਂ ਲੱਗ ਜਾਂਦੀਆਂ ਸੀ। ਇੰਨਾ ਪ੍ਰਸ਼ਾਦ ਅਸੀਂ ਖਾਣਾ, ਔਰ ਡਿਸਿਪਲਿਨ ਬਹੁਤ ਸੀ ਸੰਗਤ ਜੀ ਕਿ ਸਭ ਨੇ ਜਾਣਾ ਬਾਹਰ, ਫਟਾਫਟ ਆਪਣੇ ਹੱਥ ਪ੍ਰਸ਼ਾਦ ਖਾਣਾ, ਹੱਥ ਧੋ ਕੇ ਵਾਪਿਸ ਆਪਣੀ ਜਗ੍ਹਾ ਤੇ ਆ ਕੇ ਬੈਠ ਜਾਣਾ। ਔਰ ਮੈਨੂੰ ਯਾਦ ਹੈ ਕਿ ਇੱਕ ਵਾਰੀ ਮੈਨੂੰ ਗੁਰੂ ਜੀ ਨੇ ਇੱਦਾਂ ਹੀ ਸਮੋਸਾ ਪ੍ਰਸ਼ਾਦ ਗੁਰੂ ਜੀ ਵੰਡ ਰਹੇ ਸੀ, ਦੋ ਦੋ ਸਮੋਸੇ ਦੇ ਰਹੇ ਸੀਗੇ, ਤੇ ਮੈਂ ਟਰਨ ਵਾਈਜ਼ ਅਸੀਂ ਉੱਠੇ, ਪ੍ਰਸ਼ਾਦ ਲਿਆ, ਮੈਂ ਵਾਪਸ ਗਈ ਹੱਥ ਉੱਤੇ, ਫਿਰ ਬੈਠ ਗਈ ਆ ਕੇ, ਤੇ ਗੁਰੂ ਜੀ ਨੇ ਫਿਰ ਆਵਾਜ਼ ਮਾਰੀ। ਮੈਂ ਇੱਧਰ ਉੱਧਰ ਦੇਖਿਆ, ਮੈਂ ਕਿਹਾ ਕੋਈ ਕਿਸੇ ਹੋਰ ਨੂੰ ਬੁਲਾ ਰਹੇ ਹੋਣਗੇ, ਤੇ ਮੈਨੂੰ ਬੁਲਾਇਆ, ਫਿਰ 2 ਸਮੋਸੇ। ਇੱਦਾਂ ਹੀ ਕਰਦੇ ਸੰਗਤ ਜੀ ਮੈਨੂੰ 8 ਸਮੋਸਾ ਪ੍ਰਸ਼ਾਦ ਖਵਾਏ। ਹੁਣ ਮਤਲਬ ਮੈਨੂੰ ਉਹਨਾਂ ਨੇ ਕਿੰਨਾ ਬਲੈਸ ਕੀਤਾ ਹੋਊਗਾ, ਪਤਾ ਨੀ ਮੇਰੇ ਅੰਦਰ ਕੀ ਪ੍ਰੋਬਲਮ, ਕੀ ਦਿੱਕਤ ਚੱਲ ਰਹੀ ਹੋਊਗੀ, ਇਹ ਤਾਂ ਉਹ ਜਾਣਦੇ ਆ ਨਾ। ਫਿਰ ਸੰਗਤ ਜੀ ਜਦੋਂ ਮੈਂ 3 ਮੰਥ ਕੰਪਲੀਟ ਹੋਣ ਨੂੰ ਆਏ ਤਾਂ ਮੈਨੂੰ ਬੜੀ ਪ੍ਰੋਬਲਮ ਹੋ ਗਈ ਕਿ ਮੈਨੂੰ ਮੇਰੇ ਡਾਕਟਰ ਨੇ ਕਹਿ ਦਿੱਤਾ ਕਿ ਮਤਲਬ ਅਬੋਰਸ਼ਨ ਕਰਨਾ ਚਾਹੀਦਾ, ਮਤਲਬ ਨਹੀਂ ਇਹ ਬੱਚਾ ਨਹੀਂ ਕਰ ਸਕਦਾ। ਪਰ ਸੰਗਤ ਜੀ ਮੈਨੂੰ ਇਹ ਪੂਰਾ ਯਕੀਨ ਸੀਗਾ ਕਿ ਮੇਰੇ ਸਤਿਗੁਰੂ ਦੇ ਹੁੰਦਿਆਂ ਮੇਰੇ ਬੱਚੇ ਨੂੰ ਕੁਛ ਨਹੀਂ ਹੋ ਸਕਦਾ। ਤਾਂ ਉਹੀ ਸੰਗਤ ਜੀ ਹੋਇਆ, ਇੱਦਾਂ ਹੀ ਮਤਲਬ ਮੈਨੂੰ ਡਾਕਟਰ ਨੇ ਬੈੱਡ ਰੈਸਟ ਕਹੀ ਤਾਂ ਮੈਨੂੰ ਮੇਰੇ ਡਾਕਟਰ ਨੇ ਬੈੱਡ ਰੈਸਟ ਕਹੀ। ਫਿਰ ਮੈਂ ਉਦਣ ਰਾਣਾ ਗੁਰੂ ਜੀ ਡਿਫੈਂਸ ਕਾਲਨੀ ਸੀਗੇ, ਤੇ ਰਾਣਾ ਦੁਪਹਿਰ ਨੂੰ ਚਲੇ ਗਏ, ਤਾਂ ਗੁਰੂ ਜੀ ਨੇ ਪੁੱਛਿਆ, ਜਾ ਕੇ ਇਹਨਾਂ ਨੇ ਵੇਖਿਆ ਗੁਰੂ ਜੀ ਬੈਠੇ ਹੋਏ ਸੀ, ਤੇ ਕਹਿੰਦੇ ਹਾਂ ਆ ਜਾ। ਤੇ ਗੁਰੂ ਜੀ ਨੇ ਕਿਹਾ ਕਿ ਰਾਣਾ ਨੇ ਕਿਹਾ ਗੁਰੂ ਜੀ ਗੋਲਡੀ ਠੀਕ ਨਹੀਂ ਹੈ, ਤੇ ਡਾਕਟਰ ਇੱਦਾਂ ਕਹਿੰਦੀ ਹੈ, ਕਹਿੰਦੇ ਕੁਛ ਨੀ ਹੁੰਦਾ। ਤੇ ਰਾਣਾ ਨੂੰ ਕਿਹਾ ਕਿ 5.25 ਕਿਲੋ ਚਨੇ ਲੈ ਕੇ ਆ, ਕਾਲੇ ਛੋਲੇ ਲੈ ਕੇ ਆ, ਤੇ ਬਿਆਸ ਪਰਵਾਹ ਕਰਦੇ, ਤੇ ਟਾਈਮ ਦੱਸ ਦੀ ਮੈਨੂੰ ਆ, ਟਾਈਮ ਨੋਟ ਕਰ ਲਈ। ਸੰਗਤ ਜੀ ਰਾਣਾ ਨੇ ਕੀਤਾ, ਮੈਨੂੰ ਨੀ ਪਤਾ ਕਿ ਉਦੋਂ ਫੋਨ ਕਮਿਊਨੀਕੇਸ਼ਨ ਇੰਨਾ ਨਹੀਂ ਹੁੰਦਾ ਸੀਗਾ, ਤੇ ਇਨ ਬਿਟਵੀਨ ਮੈਂ ਉਧਰੋਂ ਆਪਣੇ ਘਰੋਂ ਬੈੱਡ ਤੋਂ ਉੱਠ ਗਈ ਆਪਣੇ ਆਪ। ਅੱਛਾ, ਫੀਲ ਮੈਨੂੰ ਚੰਗਾ, ਇੰਨਾ ਚੰਗਾ ਫੀਲ ਹੋਇਆ ਕਿ ਮੈਂ ਬਿਲਕੁਲ ਠੀਕ ਹਾਂ, ਔਰ ਮੈਂ ਵਾਕ ਤੇ ਚਲੇ ਗਈ।
राणा ने लैंडलाइन ते फोन किया ते मम्मी ने कहा कि कहते गोल्डी कित्थे आ, मतलब गुरु जी ने इदा करवाया ते मतलब ठीक हो जाना। ते मैं मम्मी कहते भी गोल्डी तो कहती मैं ठीक बड़ा लगता, पर उत्थे वॉक करन चले गई संगत जी। शाम नूं सी फिर गुरु जी दे संगत उत्थे, मतलब गुरु जी ने सानू बहुत कृपा की, असी दस नहीं सकते। मैं यही हमेशा कहनी हूं कि सतगुरु जो साड़ी जिंदगी तकलीफ है वो साड़ियां कर्मां दी है, ते जो खुशियां ना वो तेरियां दित्तियां हुई हैं। और मेरी जिंदगी संगत जी, मैं जेड़ी भी संगत जुड़ रही है, मैं तो उन्होंने बहुत उन्होंने मतलब उन्होंने चरणों च मेरा प्रणाम है कि जिन्होंने गुरु जी का स्वरूप गुरु रब मान लिया। सानू तो हौली 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 टाइम ना पता लगा ना कि यह रब है। संगत जी तुम तो बहुत ज्यादा साथी कृपा गुरु जी की, तुम उन्होंने स्वरूप च उन्होंने रब मान लिया। मतलब मैं इदा नहीं, मैं सत्संग सुनती हाँ कि सानू इदा हो गया, इन्नी प्यारी संगत जुड़ रही, इन्नी यूथ जुड़ रहा है और गुरु जी के नाल जुड़ के उन्होंने वेखो किहड़े पासे लगे आ, बड़ी खुशी होंगी है। फिर संगत जी मैनू सानू गुरु जी ने बेटा दिता, और फिर उस तो बाद संगत जी असी जाते सके, मतलब बेटा हो गया थोड़ा वड्डा हो गया, सारी संगत ने उन्होंने बड़ा प्यार, बहुत प्यार दिता। और उन्होंने मतलब जिदा मेरी आदत थी कि जो मैं गुरु जी जो तो मैं गुरु जी असी आ गए ना, तो मैं सवेरे कभी किसी के मत्थे लगती नहीं होंगी, मैंने होना कि मैं गुरु जी का स्वरूप देख के मत्था टेकना, तो फिर मैं किसी को देखना। मेरी आदत हूं तक भी है, मैं कभी किसी के मत्थे नहीं लगती, मैनू बस गुरु जी चाहिए सवेरे अपने सामने, है ना। तो फिर असी ना दिल्ली जा गए से गुरु जी का, मतलब गुरु जी को नाम रखवाने बेटे का, तो सारे कह लग कहते असी गए तो गुरु जी ने वापस भेज, नैक्सट टाइम कहते दोबारा आओ। फिर महाराज फिर गए असी दोबारा स्पेशली दिल्ली, गुरु जी कहते फिर आई दोबारा, फिर भेजता। गुरु जी भी टेस्ट लेंगे ना, देखते भी कि प्यार। सो ਇੱਥੇ ਮੈਨੂੰ ਜਿੰਨੇ ਰਿਲੇਟਿਵ ਆ ਉਹ ਕਹਿਣ ਕਿ ਨਾਮ ਰੱਖ ਲਓ ਯਾਰ, 3-4 ਮਹੀਨੇ ਹੋ ਗਏ ਕੋਈ ਨਾਂ ਹੀ ਨੀ ਰੱਖਿਆ ਮੁੰਡੇ ਦਾ ਤੁਸੀਂ। ਮੈਂ ਕਿਹਾ ਕੋਈ ਨੀ, ਜਿਹਨੇ ਦਿੱਤਾ ਉਹੀ ਰੱਖੂਗਾ ਨਾਂ, ਨਹੀਂ ਤਾਂ ਬਿਨਾਂ ਨਾਂ ਤੋਂ ਹੀ ਰਹੂਗਾ। ਮੈਂ ਕਿਹਾ ਗੁਰੂ ਜੀ ਰੱਖਣਗੇ ਨਾਮ। ਫਿਰ ਮੈਂ ਜਦੋਂ ਤੀਸਰੀ ਵਾਰ ਗਿਆ, ਹਾਲੇ ਗੁਰੂ ਜੀ ਦੇ ਚਰਨਾਂ 'ਚ ਪ੍ਰਣਾਮ ਵੀ ਕੀਤਾ ਐਮਪਾਇਰ ਸਟੇਟ, ਤੇ ਫੱਟ ਦਾ ਨੀ ਬੋਲੇ, ਕਹਿੰਦੇ ਰਣਜੀਤ ਰੱਖਦੇ ਜਾਂ ਜੈ ਸਿੰਘ ਰੱਖਦੇ। ਮੈਂ ਕਿਹਾ ਗੁਰੂ ਜੀ ਕੀ, ਕਿਉਂਕਿ ਗੁਰੂ ਜੀ ਬਹੁਤ ਫਾਸਟ ਬੋਲਦੇ ਸੀਗੇ। ਉਹ ਕਮਲਿਆ ਰਣਜੀਤ ਰੱਖਦੇ ਜਾਂ ਜੈ ਸਿੰਘ ਰੱਖਦੇ। ਮੈਂ ਕਿਹਾ ਤੁਸੀਂ ਦੱਸੋ ਗੁਰੂ ਜੀ। ਅੱਛਾ ਫੇ ਆਰ ਐਸ ਰੰਧਾਵਾ ਵਧੀਆ ਅਫਸਰ ਬਣੂਗਾ, ਰਣਜੀਤ ਰੱਖਦੇ। ਮੈਂ ਕਿਹਾ ਠੀਕ ਆ ਗੁਰੂ ਜੀ। ਤੋ ਇੱਕ ਹੋਰ ਇੰਸੀਡੈਂਟ ਮੈਂ ਤੁਹਾਨੂੰ ਦੱਸਦਾ, ਤੇ ਬੇਟਾ ਦਾ ਗੁਰੂ ਜੀ ਉਹਨਾਂ ਨੇ ਜਿੰਨੇ ਵੀ ਬੱਚੇ ਗੁਰੂ ਜੀ ਨੇ ਬਲੈਸ ਕੀਤੇ ਸੰਗਤ ਚ, ਉਹ ਸਾਰੀਆਂ ਵੱਖਰੀਆਂ ਸੋਲਸ ਆ, ਬਿਲਕੁਲ ਇੰਨੇ ਬਲੈਸਡ ਬੱਚੇ ਆ, ਉਹ ਬਾਕੀਆਂ ਤੋਂ ਅਲੱਗ ਉਦਾਂ ਹੀ ਪਹਿਚਾਣ ਹੋ ਜਾਂਦੇ ਉਹਨਾਂ ਦੇ ਚਿਹਰੇ, ਹਾਈਟਸ ਔਰ ਉਹਨਾਂ ਦਾ ਸੁਭਾਵ ਜਿਹੜਾ ਹੁੰਦਾ। ਮਤਲਬ ਗੁਰੂ ਜੀ ਦੇ ਬਲੈਸਡ ਰੂਹਾਂ ਬੱਚੇ ਸਾਰੇ ਹੀ ਬੜੇ ਅਲੱਗ ਆ। ਸੋ ਇੱਕ ਇੰਸੀਡੈਂਟ ਯਾਦ ਆ ਗਿਆ ਮੈਨੂੰ, ਜਦੋਂ ਅੰਦਰ ਹੀ ਸੀ ਮੈਂ ਜੇਲ੍ਹ ਚੱਲੇ ਇਸ ਕੇਸ 'ਚ, ਤੇ ਮੇਰੇ ਇੱਕ ਹੋਰ ਬੜੇ ਐਂਟੀ ਬੰਦੇ ਪੋਲੀਟੀਕਲ, ਉਹਨਾਂ ਨੇ ਇੱਕ ਹੋਰ ਮੋਟੀਵੇ ਪਲਾਂਟ ਕਰਕੇ ਨਾਭੇ ਵਿੱਚ ਇੱਕ ਮੇਰੇ ਤੇ ਕੇਸ ਪਵਾ ਦਿੱਤਾ। ਮੈਂ ਅੰਦਰ ਸੀਗਾ, ਅੰਦਰ ਹੋਣ ਦੇ ਬਾਵਜੂਦ ਨਾਭੇ ਮੈਂ ਅੱਜ ਤੱਕ ਕਦੀ ਗਿਆ ਹੀ ਨਹੀਂ ਸੀ, ਨਾਭੇ 'ਚ ਇੱਕ ਫਾਲਸ ਕੇਸ 'ਚ ਮੇਰਾ ਨਾਂ ਐਡ ਕਰਵਾ ਦਿੱਤਾ। ਮੈਨੂੰ ਇੱਥੋਂ ਰਿਮਾਂਡ ਤੇ ਜਦੋਂ ਲੈ ਕੇ ਗਏ ਤਾਂ ਇਹਨਾਂ ਨੂੰ ਬੜਾ ਸਟ੍ਰੈਸ ਹੋ ਗਿਆ ਬਾਹਰ ਸਾਰਿਆਂ ਨੂੰ। ਚਲੋ ਤਾਂ ਮਾਸੀ ਜੀ ਨੇ ਫੋਨ ਕੀਤਾ ਦਿੱਲੀ, ਮੈਂ ਮਾਸੀ ਜੀ ਨੂੰ ਕਿਹਾ, ਮੈਂ ਕਿਹਾ ਮਾਸੀ ਜੀ ਗੁਰੂ ਜੀ ਨੂੰ ਅਰਦਾਸ ਕਰੋ ਕਿ ਗੁਰੂ ਜੀ ਮਤਲਬ ਏਦਾਂ ਰਾਣਾ ਬਹੁਤ ਇਨੋਸੈਂਟ ਆ, ਤੇ ਮੈਂ ਕਿਹਾ ਉਹਨਾਂ ਨੂੰ ਬਹੁਤ ਅੱਗੇ ਟੈਨਸ਼ਨ ਆ, ਤੇ ਮੈਂ ਕਿਹਾ ਇਹ ਨਾ ਲੋਕ ਰਾਣਾ ਨੂੰ ਗਲਤ ਕਰਦੇ ਪਏ, ਕਿਉਂਕਿ ਅਸੀਂ ਅੱਗੇ ਬਹੁਤ ਸਟ੍ਰੈਸ ਸੀਗੇ, ਤਾਂ ਸਾਨੂੰ ਉਦੋਂ ਮਤਲਬ ਇੰਨੀ ਟੈਨਸ਼ਨ ਹੋ ਗਈ। ਮੈਂ ਫਟਾਫਟ ਮਾਸੀ ਜੀ ਨੂੰ ਫੋਨ ਕੀਤਾ, ਮੈਂ ਕਿਹਾ ਮਾਸੀ ਟਰਾਈ ਤਾਂ ਕਰੋ, ਗੁਰੂ ਜੀ ਕਿਤੇ ਤਾਂ ਅਵੇਲੇਬਲ ਹੋਊਗੇ, ਕਿਉਂਕਿ ਮੈਂ ਇੰਨੀ ਜਲਦੀ ਦਿੱਲੀ ਵੀ ਨਹੀਂ ਜਾ ਸਕਦੀ। ਤਾਂ ਸੰਗਤ ਜੀ ਮਾਸੀ ਜੀ ਨੇ ਉਹਨਾਂ ਨੇ ਗੁਰੂ ਜੀ ਨੂੰ ਫੋਨ ਕੀਤਾ ਬਾਏ ਸਟੇਟ, ਦੇਖੋ ਸੈਕਿੰਡ ਕਿ ਥਰਡ ਰਿੰਗ ਤੇ ਗੁਰੂ ਜੀ ਨੇ ਫੋਨ ਚੱਕ ਲਿਆ। ਮਾਸੀ ਜੀ ਕਹਿੰਦੇ ਕਿ ਕਹਿੰਦੇ ਹਾਂ ਕੀ ਹੋ ਗਿਆ, ਉਹਨਾਂ ਨੂੰ ਜਿੱਦਾਂ ਪਤਾ ਸੀਗਾ ਕੀ ਹੋ ਗਿਆ ਹਨਾ, ਤੇ ਕਹਿੰਦੇ ਵੀ ਗੁਰੂ ਜੀ ਉਹ ਗੋਲਡੀ ਬੜੀ ਪਰੇਸ਼ਾਨ ਹੈ, ਰਾਣੀ ਨੂੰ ਲੈ ਗਏ ਆ ਕਿਤੇ ਹੋਰ ਰਿਮਾਂਡ ਤੇ, ਕਿ ਕੋਈ ਹੋਰ ਕੇਸ ਪਾਉਣ ਲੱਗੇ, ਤੇ ਕਹਿੰਦੇ ਕੁਛ ਨੀ ਹੋਣਾ, ਡਿਸਚਾਰਜ ਹੋ ਜਾਣਾ। ਇੰਨੀ ਗੱਲ ਕਹਿ ਕੇ ਗੁਰੂ ਜੀ ਨੇ ਫੋਨ ਰੱਖਤਾ, ਮਾਸੀ ਜੀ ਨੂੰ ਮੈਸੇਜ ਆ ਗਿਆ, ਮੈਨੂੰ ਸ਼ਾਂਤੀ ਆ ਗਈ। ਸੰਗਤ ਜੀ ਤੁਸੀਂ ਮੰਨਣਾ ਨਹੀਂ, ਕੁਛ ਵੀ ਮਤਲਬ ਰਾਣਾ ਦਾ ਕੇਸ ਚ ਇੱਧਰ ਉੱਧਰ ਕੋਈ ਗੱਲ ਨੀ ਹੋਈ, ਜਿੱਦਾਂ ਰਾਣਾ ਗਏ ਓਦਾਂ ਹੀ ਵਾਪਸ ਆਏ, ਔਰ ਥੋੜਾ ਚੱਲਿਆ 3 ਕੁ ਮਹੀਨੇ ਉਹ ਚੱਲਿਆ ਸੀਗਾ ਕੇਸ ਚੱਲਿਆ। ਉਹ ਆਫਿਸਰ ਨੇ ਜਦੋਂ ਜਾਂਚ, ਜਦੋਂ ਮੈਂ ਪਹੁੰਚਿਆ ਨਾਭੇ ਤੇ ਉੱਥੇ SP ਸਾਹਿਬ ਸੀਗੇ, ਉਹਨਾਂ ਨੇ ਮੈਨੂੰ ਮਿਲ ਕੇ ਮੈਨੂੰ ਕਹਿ ਦਿੱਤਾ, ਕਹਿੰਦੇ ਯਾਰ ਤੁਹਾਨੂੰ ਗਲਤ ਲੈ ਆਏ ਆ ਇਹ, ਤੇਰਾ ਕੇਸ ਅਸੀਂ ਡਿਸਚਾਰਜ ਦੇਣਾ ਕਰ। ਫਸਟ ਡੇ ਹੀ ਕਹਿ ਦਿੱਤਾ
और 3 महीने च पुलिस ने आप ही एप्लीकेशन देके ते जज साहब ने उन डिस्चार्ज करता। जो गुरु जी ने जो वर्डिंग कही सी के डिस्चार्ज हो जाऊगा, सेम वर्डिंग 3-4 बारी वही रिपीट हुई। एसपी तो लैके ते जज साहब ने सेम वर्डिंग यूज की थी। गुरु जी दे बचन अटल उन्होंने जो थोड़े नाल उन्ना चिर तुहानू कोई नहीं हथ ला सकता, कोई मुश्किल थोड़े सामने नहीं आ सकती, क्योंकि गुरु जी खुद साक्षात परमात्मा महाशिव अकाल पुरख है। और बंदे का जो जीवन का मकसद होंदा यही होंदा कि आपां परमात्मा का नाम मिले, पूरन गुरु मिल जाए जिहड़ा परमात्मा रूप होवे, और एंड विच जदों आपां सारयां ने इत्थों जाणा तां साडा इस जीवन च आउण दा मकसद यही होंदा वी असीं मुक्त होइए, अमर होइए और परमात्मा दे चरणां साडा निवास होवे। सो इस करके गुरु जी आपां नूं मिल गए, गुरु जी ने हाथ फड़ लिया अपना। आपां तां बहुत किस्मत वाले हाँ, सारी संगत जिहड़ी बाद च जुड़ी है उह तां बहुत ज्यादा वड्डे किस्मत वाले आ जिन्हां ने इन्ना भरोसा गुरु जी ते हो गया, और गुरु जी ने आप भी कराया ये, क्योंकि गुरु दे हुक्म तो बिना कुछ नहीं हुंदा। और गुरु जी इन्ना कल्याण कर रहे पूरी दुनिया सारी संगत का, और सारे नूं अपनी शरण च लै रहे हैं। जिहड़े शरण च उन्होंने लै लै उह तां गुरु जी ने आप ही बांह फड़ के लैके जाने हैं आखिरी समय तक, वह गुरु जी की शरण च ही रहने। सो इस करके आपां नूं हुण इह तां फिक्र नहीं ना कोई कि अपना की बनेगा, जो एक हर एक इंसान के मन च सवाल होंदा कि यार मौत तो बाद आपां कित्थे जावांगे, की होगा पुनर्जन्म, तो साडा गुरु जिथे चाहूगा हुण असीं उत्थे गुरु जी की शरण च ही रहांगे। सो इस करके मैं समझदा कि बहुत वड्डे किस्मत वाले हाँ असीं कि एक किसी दुख के बहाने नाल एडे वड्डे रब दे सानूं दर्शन हो गए, ते ये जिहड़ियां मुश्किलां है तो बहुत मैनूं सोहणियां लगदियां कि मेरा गुरु मैनूं मिल गया। सो मैं जदों निकलिया बाहर तां गुरु जी ने तां वचन करते सी तैनूं आह बनाउणा, तां मैं गुरु जी नूं कहा, मैं कहा गुरु जी मैं तुहाडे कोल रहना चाहुंदा, तुहाडे कोल रह के सेवा करनी चाहुंदा, कि मैं नहीं कितें होर जाणा, मतलब मैनूं तां रब मिल गया। शुरू तो मेरा सुभाअ भी थोड़ा धार्मिक पक्षी सीगा, साडे बजुर्गां तों लैके जिद्दां, तां मैं कहा मैनूं रब मिल गया, मैनूं की चाहीदा, मैं 24 घंटे ना घर रहूंगा। गुरु जी हस पे कहिंदे तैनूं मैं रख नहीं सकदा, तेरी ड्यूटी लगी है, तू उही करना। सो उन्हां दा हुक्म मन के ही अज तक मैं पॉलिटिक्स विच और उस पार्टी च अपनी सेवा निभा रहा, क्योंकि मेरे गुरु ते मैनूं माण है। जो मेरे गुरु ने मैनूं हुक्म किया वह पूरा होना ही होना, जिहड़ी उन्होंने ड्यूटी मेरी लाई है मैं उहदा हुक्म समझ के उहनूं निभा रहा। और गोल्डी जी भी जिन्नी श्रद्धा गुरु जी नाल हैगी है या जिन्ना इन्हां दा प्यार आ करके ही मैं अज उस मुश्किल चो बाहर निकल पाया, क्योंकि बेसिकली पहला गुरु जी को तो यही सानू लेके गई और ये कहने ना ही सारा भरोसा बनया। सो एक फैमिली का मैंबर हमेशा गुरु जी को जाता, फिर बाकी भी फैमिली सारी गुरु जी अपनी शरण च जोड़ लेंगे। सो हुण तुसीं दस्सो संगत जी, एक तुहानू होर सत्संग शेयर करते हैं साडा ना, जो गुरु जी इत्थे डिफेंस कॉल लई आए सीगे ना, राणा नूं डॉग्स रखण का बड़ा शौक है सीगा, ते मतलब हुण भी है, हुण भी साडे कोल 3 पेट हैगे आ, तां बड़ा प्यार है इहनां नूं कि मतलब डॉग जरूर होने चाहिए घर च। रॉटवीलर लेके आए राणा तो छोटा जा सीगा, ते मैनूं उदों उदों ही मैं उन्हां दिनां च मैं रणजीत नूं ही कंसीव किया। देखो मतलब ये पता नहीं की लीला है प्रभु दी, मैनूं नहीं पता। वह बीमार हो गया बेचारा, तो राणा कहते बिल्कुल ही ना कुछ खाता ही नहीं, कुछ भी नहीं, इवन पानी भी नहीं खा पी रहा, तो वह वोमिट करी जा रहा है। तो डॉक्टर मैं राणा लै गए, कहते डॉक्टर को लैके जाना पैना है, ठीक नहीं है, लै गए। डॉक्टर ने जवाब देता, कहते राणा भी चल, उन्होंने पहला भी पता से डॉक्टर ने फ्रेंड का भी राणा लै जाए, इन्हें फिर बचना नहीं है कि मतलब इन घर लै जा, हूँ इन्हें कुछ नहीं कर सकते। तो चलो राणा ने घर च पाया और लै आए, तो फिर डिफेंस कॉलेज अगो लंघ रहे थे दोपहर 2 बजे का टाइम। संगत जी इदा मतलब मन च आया राणा के बार मत्था टकाला, मतलब गुरु जी का घर है उन्हें तो सब कुछ ठीक हों। संगत जी पता नहीं गुरु जी कितों केड़े गड्डी एकदम आई कैंट साइड तो और आके रोके। हाँ जी दसो कहते की करना है कि मैं गुरु जी क्योंकि नेचुरली सत्संग का टाइम था शाम का होंगे सी, तो गुरु जी ने मैंने पूछना ही सी, उन्होंने कहते की करना इतने, मैं गुरु जी ओ, छोटा जा बच्चा आ पप था, इन्हू डॉक्टर ने जवाब देता, मैं सोचा कि बार मत्था टका लेना गुरु घर की धूड़े मत्थे ला दूंगा, जो बचना होगा बचूगा। हस पे कहते लै हूं गुरु कुत्ते भी बचाऊगा। गुरु जी ये बच्चों वर्गा है, कहते अच्छा चल कुछ नहीं होंगे, जा ले जा जो मर्जी खिला।
ਮੈਂ ਠੀਕ ਆ ਗੁਰੂ ਜੀ। ਫਿਰ ਘਰ ਘੁਮਾ ਕੇ ਕਿੱਧਰ ਨੂੰ ਚਲੇ ਗਏ, ਮੈਂ ਆਪਣੇ ਘਰ ਆ ਗਿਆ, ਉਹਨੂੰ ਆ ਕੇ ਦਹੀਂ ਪਾਇਆ, ਜੋ ਪਾਇਆ ਸੰਗਤ ਜੀ ਉਹ ਸਾਰਾ ਕੁਛ ਖਾਈ ਗਿਆ। ਔਰ ਪਤਾ 6-7 ਸਾਲ ਆਪਣੀ ਪੂਰੀ ਉਮਰ ਭੋਗ ਕੇ ਉਹਦਾ, ਉਹ ਤੋਂ ਅਗਲੇ ਦਿਨ ਹਲੇ ਗੁਰੂ ਜੀ ਨਾਲ ਮੇਰੀ ਕੋਈ ਗੱਲ ਨਹੀਂ ਹੋਈ, ਕਿਉਂਕਿ ਗੁਰੂ ਜੀ ਕਿਹੜਾ ਫੋਨ ਯੂਜ ਕਰਦੇ ਸੀ ਜਾਂ ਕੋਈ। ਅਗਲੇ ਦਿਨ ਜਦੋਂ ਮੈਂ ਸ਼ਾਮ ਨੂੰ ਸੰਗਤ ਦੇ ਟਾਈਮ ਤੇ ਹਲੇ ਐਂਟਰ ਹੀ ਹੋ ਰਿਹਾ, ਗੁਰੂ ਜੀ ਆਸਣ ਤੇ ਬੈਠੇ ਮੈਨੂੰ ਦੇਖ ਕੇ ਕਹਿੰਦੇ, ਹਾਂ ਬਚਾਤਾ ਕੁੱਤਾ ਫਿਰ ਤੇਰਾ, ਉਹਨਾਂ ਨੂੰ ਦੱਸ ਆਪਣੇ ਨਿਰਮਲ ਆਂਟੀ ਨੂੰ ਦੱਸ, ਸਰਦਾਰ ਉਮਰਾਵ ਸਿੰਘ ਜੀ ਦੇ ਜਿਹੜੇ, ਤੇ ਕਿਉਂਕਿ ਉਹਨਾਂ ਨੂੰ ਵੀ ਡੋਗ ਦਾ ਬਹੁਤ ਸ਼ੌਂਕ ਆ, ਉਹ ਵੀ ਡੋਗ ਲਵਰ ਆ। ਗੁਰੂ ਜੀ ਨੂੰ ਦੇਖੋ ਪਹਿਲਾਂ ਹੀ ਪਤਾ ਸੀਗਾ ਮੇਰੇ ਆਉਣ ਤੋਂ, ਮੇਰੇ ਗੱਲ ਹੋਣ ਤੋਂ। ਉਹ ਤਾਂ ਪੂਰਨ ਅੰਤਰਯਾਮੀ ਖੁਦ ਨੇ, ਉਹ ਤਾਂ ਬਿਲਕੁਲ ਗੁਰੂ ਜੀ ਤੁਹਾਡੀ ਮਤ ਤੇ ਪਰਦਾ ਪਾ ਦਿੰਦੇ ਸੀਗੇ ਕਿ ਜ਼ਿਆਦਾ ਸੋਚਣ ਨਹੀਂ ਦਿੰਦੇ ਸੀ, ਉਹ ਆਪਣੇ ਅਸਲੀ ਰੂਪ ਦੇ ਦਰਸ਼ਨ ਨਹੀਂ ਕਰਾਉਣਾ ਚਾਹੁੰਦੇ ਸਨ। ਨਹੀਂ ਤਾਂ ਉਹ ਤਾਂ ਸਾਰਾ ਕੁਛ ਤਾਂ ਉਹ ਆਪ ਹੀ ਨੇ, ਕਿਉਂਕਿ ਜਦੋਂ ਸਮਾਂ ਆਇਆ ਕਿਸੇ ਨੂੰ ਮਹਾਂਸ਼ਿਵ ਦੇ ਰੂਪ ਚ ਦਰਸ਼ਨ ਕਰਾਏ, ਕਿਸੇ ਨੂੰ ਗੁਰੂ ਨਾਨਕ ਸਾਹਿਬ ਦੇ ਰੂਪ ਚ ਕਰਾਏ, ਜਿਹਨੂੰ ਜਿਹਨੂੰ ਜਿੱਦਾਂ ਜਿੱਦਾਂ ਗੁਰੂ ਜੀ ਨੇ ਗਿਆਨ ਦੇਣਾ ਸੀ ਉਹਨੂੰ ਉਸ ਹਿਸਾਬ ਨਾਲ ਗੁਰੂ ਜੀ ਨੇ ਦਰਸ਼ਨ ਕਰਾਏ। ਉਹ ਤਾਂ ਇਹੀ ਕਹਿੰਦੇ ਸੀਗੇ ਕਿ ਮੈਂ ਕਿਸੇ ਦਾ ਅਵਤਾਰ ਨੀਗਾ, ਮੈਂ ਸ਼ਿਵ ਨਹੀਂ ਹੈਗਾ, ਮਹਾਂਸ਼ਿਵ ਹੈ ਮੈਂ। ਜਦੋਂ ਥੋੜੀ ਸੰਗਤ ਹੁੰਦੀ ਸੀ ਰਾਤ ਨੂੰ ਐਮਪਾਇਰ ਸਟੇਟ ਬੈਠੇ ਹੋਣਾ ਜਾਂ ਬੜੇ ਮੰਦਿਰ, ਰਾਤ ਨੂੰ 2-2:30 ਵਜੇ ਥੋੜੇ 10-15 ਬੰਦੇ, ਉਦੋਂ ਫਿਰ ਗੁਰੂ ਜੀ ਕਈ ਵਾਰੀ ਆਪਣੀ ਮੌਤ ਚ ਆਪਣਾ ਅਸਲੀ ਬਖਾਨ ਹੁੰਦੇ ਸੀ ਕਰਦੇ, ਵਰਨਾ ਤਾਂ ਉਹ ਕਦੀ ਡਿਸਕਲੋਜ਼ ਹੀ ਨੀ ਮਤਲਬ ਹੋਣ ਦਿੰਦੇ ਸੀ ਬੰਦੇ ਨੂੰ, ਬੰਦਾ ਸਮਝ ਹੀ ਨੀ ਪਾਉਂਦਾ ਸੀ ਵੀ ਰੱਬ 2 ਮਿੰਟ ਬਾਅਦ ਬਾਹਰ ਨਿਕਲ ਕੇ ਉਹ ਉਸੀ ਮਾਇਆ ਦੇ ਵਿੱਚ ਫਿਰ ਗੁਆਚ ਜਾਂਦਾ ਸੀ। ਸੋ ਗੁਰੂ ਜੀ ਕਹਿੰਦੇ ਸੀ ਮੈਂ ਆਪਣੀ ਫਾਈਲ ਆਪ ਲੈ ਕੇ ਆਉਂਦਾ ਉਸ ਲਾਈਟ ਵਿੱਚੋਂ, ਉਸ ਪ੍ਰਕਾਸ਼ ਚੋਂ, ਤੇ ਆਪ ਹੀ ਜਾਣਾ ਮੈਂ। ਕਹਿੰਦੇ ਮੈਂ ਕਿਸੇ ਦੇ ਕਹਿਣ ਤੇ ਜਾਂ ਕਿਸੇ ਦਾ ਅਵਤਾਰ ਨਹੀਂ, ਕਹਿੰਦੇ ਐਵੇਂ ਨਾ ਸਮਝੋ ਜਦੋਂ ਮੌਤ ਹੁੰਦੀ ਉਹ ਮਤਲਬ ਇੱਕ ਬੋਡੀ ਚੋਂ ਅੰਮ੍ਰਿਤ ਕੁੰਡ ਆ, ਅੰਮ੍ਰਿਤ ਦਾ ਦਾਤਾ ਮਹਾਂਸ਼ਿਵ ਆਪ ਰੱਬ ਆ। ਸੋ ਗੁਰੂ ਜੀ ਤਾਂ ਹੈ ਹੀ ਪਰਮੇਸ਼ਵਰ ਆ, ਕੋਈ ਉਹਦੇ ਚ ਦੋ ਗੱਲਾਂ ਹੀ ਨਹੀਂ। ਉਹਨਾਂ ਦਾ ਸਮਾਂ ਇਸ ਆ ਕੇ ਉਹਨਾਂ ਨੇ ਚੋਲੇ ਚ ਆਪਾਂ ਨੂੰ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਆਪਣੀ ਸ਼ਰਨ ਚ ਲੈਣਾ ਸੀ। ਏਦਾਂ ਹੀ ਸਮਝਦੇ ਹਾਂ ਕਿ ਸਾਡੇ ਵਰਗੇ ਪਾਪੀਆਂ ਨੂੰ ਔਰ ਨਿਮਾਣੇ ਜੇ ਲੋਕਾਂ ਨੂੰ, ਸੰਗਤ ਨੂੰ ਸ਼ਰਨ ਚ ਲਿਆ, ਇੰਨੀ ਕਿਰਪਾ ਕੀਤੀ ਔਰ ਹੁਣ ਤੱਕ ਕਰ ਰਿਹਾ। ਦੇਸ਼ਾਂ ਵਿਦੇਸ਼ਾਂ ਵਿੱਚ ਇੰਨੀ ਸੰਗਤ ਵੱਧ ਰਹੀ ਆ, ਇੰਨੀ ਖੁਸ਼ੀ ਹੁੰਦੀ ਆ ਜਾਣ ਕੇ, ਬਹੁਤ ਖੁਸ਼ੀ ਹੁੰਦੀ ਕਿ ਗੁਰੂ ਜੀ ਸਾਡੇ ਗੁਰੂ ਜੀ ਦਾ ਇੰਨਾ ਪ੍ਰਤਾਪ ਔਰ ਮਹਾਤਮ ਹੋ ਰਿਹਾ, ਅਸੀਂ ਤਾਂ ਕੁਛ ਉਹਨਾਂ ਨੂੰ ਦੇ ਹੀ ਨਹੀਂ ਪਾਏ। ਦੇਖੋ ਗੁਰੂ ਜੀ ਦੇ ਦਰਬਾਰ ਚ ਕਿੱਡੀ ਵੱਡੀ ਗੱਲ ਆ, ਕੋਈ ਕੋਈ ਗੋਲਕ ਨਹੀਂ, ਕੋਈ ਪੈਸਾ ਨਹੀਂ, ਕੁਛ ਨੀ, ਸਿਰਫ ਫਲਾਵਰਸ ਰੱਖੋ। ਬਾਅਦ ਚ ਗੁਰੂ ਜੀ ਨੇ ਫਲਾਵਰਸ ਵੀ ਬੰਦ ਕਰਤੇ ਸੀ ਕੁਛ ਟਾਈਮ ਬਾਅਦ, ਕੋਈ ਚੜਾਵਾ ਨੀ, ਕੁਛ ਨੀ, ਉਹਨਾਂ ਨੂੰ ਕੁਛ ਚਾਹੀਦਾ ਨੀ ਸੀ, ਸਿਰਫ ਉਹਨਾਂ ਨੂੰ ਪਿਆਰ ਚਾਹੀਦਾ ਸੀ। ਔਰ ਜਿਹੜੇ ਉੱਥੇ ਦੇ ਕੰਮ ਹੁੰਦੇ ਸੀ ਇੰਤਜ਼ਾਮ ਵਗੈਰਾ, ਉਹ ਪਹਿਲਾਂ ਹੀ ਜਿਹੜੀਆਂ ਫੈਮਿਲੀਆਂ ਦੀ ਗੁਰੂ ਜੀ ਨੇ ਡਿਊਟੀ ਲਾਈ ਹੁੰਦੀ ਸੀ ਵੀ ਲੰਗਰ ਤੁਸੀਂ ਲਿਆਉਣਾ, ਕਿਉਂਕਿ ਬੜੇ ਰਿਚਸ ਤੋਂ ਰਿਚਸ ਗੁਰੂ ਜੀ ਦੇ ਸੇਵਕ, ਆਪਾਂ ਤਾਂ ਕੁਛ ਵੀ ਨੀ ਕਿਸੇ, ਪਰ ਸਾਡੀ ਤਾਂ ਵਾਰੀ ਹੀ ਨੀ ਆਉਣੀ ਉੱਥੇ, ਮਤਲਬ ਉਹ ਕੋਈ ਆਪਣੀ ਸੇਵਾ ਛੱਡਣ ਨੂੰ ਨੀ ਤਿਆਰ ਸੀ। ਸੋ ਅੱਜ ਤੱਕ ਅਸੀਂ ਗੁਰੂ ਜੀ ਨੂੰ ਕੀ ਦੇ ਸਕਦੇ, ਮਤਲਬ ਉਹ ਤਾਂ ਦਇਆ ਦੇ ਸਾਗਰ ਆ ਔਰ ਦਿਆਲ, ਕੋਈ ਐਡਵਰਟਾਈਜ਼ਮੈਂਟ ਨੀ। ਗੁਰੂ ਜੀ ਦਿੱਲੀ ਚ ਬੈਠੇ ਸੀਗੇ, ਇੰਨੇ PM CM ਲੈਵਲ ਦੇ ਸੇਨਾ ਦੇ ਵੱਡੇ ਅਫਸਰ ਔਰ ਪੋਲੀਟੀਸ਼ੀਅਨ ਆਉਂਦੇ ਸੀ, ਗੁਰੂ ਜੀ ਕਦੀ ਉੱਠ ਕੇ ਕਿਸੇ ਨੂੰ ਲੈਣ ਨਹੀਂ ਗਏ, ਸਿੰਪਲ ਬਣ ਕੇ ਆਉਂਦੇ ਸੀ, ਨਹੀਂ ਤਾਂ ਗੁਰੂ ਜੀ ਉੱਥੋਂ ਵਾਪਸ ਤੋਰ ਦਿੰਦੇ ਸੀ ਜਿਹੜਾ ਗਨਮੈਨ ਗੁਨਮੈਨ ਲੈ ਕੇ ਆਵੇ, ਗੁਰੂ ਜੀ ਬਿਲਕੁਲ ਨੀ ਪਸੰਦ ਕਰਦੇ ਸੀ। ਔਰ ਬਿਲਕੁਲ ਜੋ ਅਸਲੀ ਇੱਕ ਹੋਣਾ ਚਾਹੀਦਾ ਆਪਾਂ ਪਰਮੇਸ਼ਵਰ ਦਾ ਪੂਰਨ ਗੁਰੂ ਦਾ ਨਿਸ਼ਾਨੀ ਆ, ਮਤਲਬ ਉਹਨਾਂ ਨੇ ਕਿਹਾ ਸੀ ਕਿ ਮੇਰੀ ਫੋਟੋ ਕਿਤੇ ਨੀ ਲੱਗਣੀ ਚਾਹੀਦੀ, ਕੋਈ TV ਚ ਨੀ ਐਡ, ਕੋਈ ਸਤਸੰਗ ਨੀ, ਕੁਛ ਨੀ, ਕਹਿੰਦੇ ਜਿਹਨੂੰ ਮੈਂ ਬੁਲਾਉਣਾ ਮੈਂ ਆਪੇ ਹੀ ਬੁਲਾ ਲੈਣਾ। ਏਦਾਂ ਕੌਣ ਕਰ ਸਕਦਾ? ਅੱਜ ਕੱਲ੍ਹ ਤੁਸੀਂ ਦੇਖਦੇ ਹੋ ਕਿੱਦਾਂ ਐਡਵਰਟਾਈਜ਼ਮੈਂਟ TV ਤੇ ਆਪਣਾ ਪ੍ਰਚਾਰ ਕਰਦੇ, ਸਾਡੇ ਗੁਰੂ ਨੇ ਕੁਛ ਨੀ, ਉਹ ਕਹਿੰਦੇ ਮੈਨੂੰ ਪਤਾ ਮੈਂ ਜਿਹਨਾਂ ਨੂੰ ਬੁਲਾਉਣਾ ਨਾ ਮੈਂ ਆਪੇ ਹੀ ਬੁਲਾ ਲੈਣਾ, ਜਿਹਨੂੰ ਮੈਂ ਸ਼ਰਨ ਚ ਲੈਣਾ ਉਹਨੂੰ ਆਪੇ ਮੈਂ ਮੈਸੇਜ ਦੇ ਕੇ ਬੁਲਾ ਲੈਣਾ। ਔਰ ਸਖ਼ਤ ਆਰਡਰ ਸੀਗਾ ਕਿ ਕੋਈ ਸੋਸ਼ਲ ਮੀਡੀਆ ਤਾਂ ਚਲੋ ਉਦੋਂ ਇੰਨਾ ਹੈ ਵੀ ਨਹੀਂ ਸੀ, ਮੀਡੀਆ ਜਾਂ ਪ੍ਰੈਸ ਚ ਕੋਈ ਗੱਲ ਲੀਕ ਨਹੀਂ ਹੋਣੀ ਚਾਹੀਦੀ, ਜਿਹਨੇ ਡਿਸਿਪਲਿਨ ਤੋੜਿਆ ਗੁਰੂ ਜੀ ਉਹਦੀ ਛੁੱਟੀ ਕਰ ਦਿੰਦੇ ਸੀ। ਹੁਣ ਤਾਂ ਆਪਣਾ ਫਰਜ਼ ਬਣਦਾ ਕਿ ਗੁਰੂ ਜੀ ਸਰੀਰ ਛੱਡ ਗਏ ਤੇ ਆਪਾਂ ਚਲੋ ਸੋਸ਼ਲ ਮੀਡੀਆ ਚ ਆਪਣੇ ਗੁਰੂ ਦਾ ਮਹਾਤਮ ਕਰਨਾ ਹੁਣ ਸਾਡੀ ਡਿਊਟੀ ਆ, ਪਰ ਉਸ ਵੇਲੇ ਗੁਰੂ ਜੀ ਨੇ ਬਿਲਕੁਲ ਸਖ਼ਤ ਮਨਾ ਕੀਤਾ। ਸੋ ਇਸ ਕਰਕੇ ਗੁਰੂ ਜੀ ਬਸ ਤੁਸੀਂ ਉਹਨਾਂ ਦੀ ਸ਼ਰਨ ਚ ਆ ਗਏ, ਹੁਣ ਕਲਿਆਣ ਹੀ ਕਲਿਆਣ ਆ। ਸੰਗਤ ਜਦੋਂ ਗੁਰੂ ਜੀ ਦੇ ਜਿੱਥੇ ਅਸੀਂ ਹੁਣ ਅਸੀਂ ਰਹਿ ਰਹੇ ਹਾਂ ਸਾਡਾ ਘਰ ਹੈ ਵੀ ਗੁਰੂ ਜੀ ਨੇ ਬਲੈਸ ਕਰਕੇ ਦਿੱਤਾ। ਮੈਂ ਇੱਕ ਵਾਰੀ ਗਈ ਤਾਂ ਮੈਨੂੰ ਮੈਂ ਗੁਰੂ ਜੀ ਨੂੰ ਏਦਾਂ ਕਿਹਾ, ਮੈਂ ਕਿਹਾ ਗੁਰੂ ਜੀ ਮਤਲਬ ਜੁਆਇੰਟ ਫੈਮਿਲੀ ਆ ਤਾਂ ਥੋੜਾ ਦਿੱਕਤ ਆਉਂਦੀ ਹੈ, ਤੇ ਮੈਨੂੰ ਕਹਿੰਦੇ ਕਿ ਮੈਂ ਕਿਹਾ ਗੁਰੂ ਜੀ ਘਰ ਬਣਾਉਣਾ, ਇੱਕ ਵਾਰੀ ਨਾ ਨੀ ਕੀਤੀ, ਕਹਿੰਦੇ ਹਾਂ ਬਣਾ ਲਾ। ਮੈਂ ਕਿਹਾ ਗੁਰੂ ਜੀ ਕਿੱਥੇ ਬਣਾਈਏ? ਮੈਂ ਕਿਹਾ ਗੁਰੂ ਜੀ ਪਿੰਡ ਬਣਾਈਏ ਕਿ ਸ਼ਹਿਰ ਬਣਾਈਏ? ਕਿਉਂਕਿ ਸਾਡਾ ਅਸੀਂ ਸੋਚ ਰਹੇ ਸੀ ਦੋਨੋਂ ਕਿ ਅਸੀਂ ਨਾ ਸ਼ਿਫਟ ਹੋ ਜਾਈਏ ਸ਼ਹਿਰ, ਇੱਕ ਘਰ ਬਣਾ ਲਈਏ, ਪਿੰਡ ਤਾਂ ਘਰ ਹੈਗਾ ਹੀ ਹੈ।
ਚਲੋ ਇਹਨੂੰ ਇੱਦਾਂ ਰਹਿਣ ਦੇਵਾਂਗੇ ਤਾਂ ਸਾਡੇ ਬੱਚਿਆਂ ਦੀ ਪੜ੍ਹਾਈ ਵਗੈਰਾ ਦਾ ਕੋਈ ਪ੍ਰੋਬਲਮ ਨਹੀਂ ਹੋਊਗਾ ਹਨਾ। ਅਸੀਂ ਥੋੜਾ ਫਿਊਚਰ ਸੋਚ ਰਹੇ ਸੀਗੇ ਰਾਣਾ ਆਪਣੀ ਪੋਲਿਟਿਕਸ ਬਾਰੇ ਸੋਚ ਰਹੇ ਸੀ ਤਾਂ ਮੈਂ ਆਪਣੇ ਬੱਚਿਆਂ ਦਾ, ਤੇ ਗੁਰੂ ਜੀ ਕਹਿੰਦੇ ਪਿੰਡ ਬਣਾਓ ਸ਼ਹਿਰ ਨਹੀਂ ਚੰਗੇ ਹੁੰਦੇ। ਮੈਂ ਕਿਹਾ ਠੀਕ ਹੈ ਗੁਰੂ ਜੀ, ਤੇ ਮੈਂ ਕਿਹਾ ਗੁਰੂ ਜੀ ਵੀ ਪਿੰਡ ਚ ਬਣਾਈਏ ਕਿ ਆਪਣੇ ਖੂਹ ਤੇ ਜਿਹੜੀ ਜ਼ਮੀਨ ਹੈ। ਕਹਿੰਦੇ ਲੈ ਤੇਰੇ ਪੁਰਾਣੇ ਘਰ ਦੇ ਮੋਹਰੇ ਇੰਨੀ ਥਾਂ ਆ, ਉੱਥੇ ਬਣਾ। ਸੰਗਤ ਜੀ ਇਹ ਗੱਲ ਨਾ ਮਤਲਬ ਜੇ ਮੈਂ ਅੱਜ ਸੋਚਦੀ ਹਾਂ ਤੇ ਮੈਨੂੰ ਬੜਾ ਕਈ ਵਾਰੀ ਲੱਗਦਾ ਕਿ ਸੱਚੇ ਪਾਤਸ਼ਾਹ ਜੇ ਆਪਾਂ ਆਪਣੀ ਅੱਜ ਦੀ ਭਾਸ਼ਾ ਚ ਕਹੀਏ ਕਿ ਗੁਰੂ ਜੀ ਦਾ ਸੈਟੇਲਾਈਟ ਕਿੰਨਾ ਜ਼ਿਆਦਾ, ਪੂਰਾ ਸਕੈਨਰ ਚੱਲ ਮਤਲਬ ਇੱਥੇ ਕਦੀ ਆਏ ਨਹੀਂ, ਕਦੀ ਕਿਸੇ ਨੂੰ ਪੁੱਛਿਆ ਨਹੀਂ, ਪਰ ਮੇਰੇ ਘਰ ਦਾ ਜਿੱਥੇ ਮੈਂ ਰਹਿ ਰਹੀ ਹਾਂ ਉਹਨਾਂ ਨੂੰ ਉਹ ਪਤਾ ਹੈ, ਮੇਰੇ ਰਿਸ਼ਤਿਆਂ ਦਾ ਪਤਾ ਹੈ। ਔਰ ਸੰਗਤ ਜੀ ਮੈਨੂੰ ਤਾਂ ਮੇਰੇ ਇੱਕ ਇੱਕ ਰਿਸ਼ਤੇ ਬਾਰੇ ਗੁਰੂ ਜੀ ਨੇ ਦੱਸ ਦਿੱਤਾ ਸੀਗਾ ਕਿ ਇਹ ਤੇਰਾ ਹੈ ਔਰ ਇਹ ਤੇਰਾ ਹੈ ਨਹੀਂ। ਕਿਉਂ? ਕਿਉਂਕਿ ਮੈਂ ਬੜੀ ਇਮੋਸ਼ਨਲ ਹਾਂ, ਮੈਨੂੰ ਬੜਾ, ਜੇ ਮੈਂ ਉਸ ਚੀਜ਼ ਗੁਰੂ ਜੀ ਨੇ ਮੈਨੂੰ ਕਿਉਂ ਦੱਸਿਆ ਇਹ ਵੀ ਮੈਂ ਦੱਸਦੀ ਹਾਂ ਕਿ ਇਹ ਕਮਲੀ ਨੇ ਮਤਲਬ ਸੋਚੀ ਜਾਣਾ ਔਰ ਇਹਨੇ ਦੁਖੀ ਹੁੰਦੇ ਰਹਿਣਾ ਕਿ ਮਤਲਬ ਕੀ ਹੋ ਗਿਆ, ਇਹ ਮੇਰੇ ਨਾਲ ਕਿਉਂ ਨਹੀਂ ਕਰ ਰਿਹਾ, ਕਿਉਂ ਨਹੀਂ ਕਰ ਰਿਹਾ, ਕਿਉਂਕਿ ਮੇਰਾ ਉਹਨਾਂ ਹੋਊਗਾ ਹੀ, ਹੋਣਾ ਹੀ ਨਹੀਂ, ਕਿਉਂਕਿ ਮੇਰਾ ਕੋਈ ਹੋਊਗਾ ਪੁਰਾਣੇ ਜਨਮਾਂ ਦਾ ਉਸ ਸੰਸਾਰ ਨਾਲ। ਸੰਗਤ ਜੀ ਉਹ ਮੈਨੂੰ ਇੱਕ ਇੱਕ ਗੱਲ ਦੱਸੀ। ਈਵਨ ਜਦੋਂ ਗੁਰੂ ਜੀ ਇੱਥੇ ਡਿਫੈਂਸ ਕਾਲਨੀ ਆਏ ਸੀਗੇ ਨਾ, ਤੇ ਗੁਰੂ ਜੀ ਰਾਣਾ ਨੂੰ ਹਮੇਸ਼ਾ ਕਹਿੰਦੇ ਹੁੰਦੇ ਸੀ ਉਹਨੂੰ ਵੀ ਲੈ ਆਈ, ਉਹਦਾ ਵੀ ਭਲਾ ਕਰਾ ਲਈ, ਕਿਉਂਕਿ ਉਹ ਚਾਹੁੰਦੇ ਸੀ ਕਿ ਮਤਲਬ ਕਿਸੇ ਦਾ ਨੀ ਰਾਣਾ ਦਾ ਭਲਾ ਕਰਨਾ। ਔਰ ਹਮੇਸ਼ਾ ਕਹਿੰਦੇ ਸੀ, ਉਹ ਨੀ ਚਾਹੁੰਦਾ ਸੀ ਤੈਨੂੰ ਬਣਾਉਣਾ, ਮੈਂ ਬਣਾਇਆ ਤੇਰੇ। ਸੰਗਤ ਜੀ ਪੋਲਿਟਿਕਸ ਬਹੁਤ ਅਲੱਗ ਜੀ ਤਰ੍ਹਾਂ ਦੀ ਚੀਜ਼ ਹੈ ਕਿ ਮੈਂ ਕਈ ਵਾਰੀ ਸੋਚਦੀ ਹੁੰਦੀ ਹਾਂ ਕਿ ਰਾਣਾ ਤੁਹਾਡੇ ਲਈ ਇਹ ਚੀਜ਼ ਅਸੀਂ, ਸਾਡੀ ਫੈਮਿਲੀ ਕਹਿੰਦੀ ਹੁੰਦੀ ਕਿ ਸੂਟੇਬਲ ਨਹੀਂ ਤੁਸੀਂ, ਕਿ ਤੁਹਾਨੂੰ ਬਹੁਤ ਤੁਸੀਂ ਸੱਚ ਬੋਲ ਦਿੰਦੇ ਆ, ਕਿਉਂਕਿ ਅਸੀਂ ਹਮੇਸ਼ਾ ਕਹਿ ਦੇਖਿਆ ਕਿ ਰਾਣਾ ਨੇ ਐਜ਼ ਇਟ ਇਜ਼ ਗੱਲ ਰੱਖਣੀ ਹੈ, ਜਿੱਦਾਂ ਦੀ ਹੈਗੀ ਹੈ, ਮਤਲਬ ਬਣਾਉਣੀ ਨਹੀਂ ਤਾਂ ਮੈਂ, ਪਰ ਗੁਰੂ ਜੀ ਨੇ ਜਿਹੜੀ ਡਿਊਟੀ ਲਾਈ ਹੈ ਉਹ ਅਸੀਂ ਨਿਭਾਉਣੀ ਹੈ। ਔਰ ਸੰਗਤ ਜੀ ਦੇਖੋ ਫਿਰ ਮੈਨੂੰ ਆਹ ਗੱਲ ਕਹੀ, ਫਿਰ ਜਦੋਂ ਅਸੀਂ ਰਾਣਾ ਲੈ ਕੇ ਜਾਂਦੇ ਹੁੰਦੇ ਸੀ ਸਾਰਿਆਂ ਨੂੰ, ਔਰ ਗੁਰੂ ਜੀ ਬੋਲ ਦਿੰਦੇ ਹੁੰਦੇ ਸੀਗੇ, ਰਾਣਾ ਨੇ ਆਪਣੇ ਫਰੈਂਡਸ ਵੀ ਲੈ ਕੇ ਜਾਣੇ, ਤਾਂ ਏਦਾਂ ਹੀ ਨਾ ਇੱਕ ਮਤਲਬ ਰਾਣਾ ਦੇ ਫਰੈਂਡ ਦੀ ਵਾਈਫ ਸੀਗੀ, ਤਾਂ ਉਹ ਮੇਰੇ ਮਤਲਬ ਉਹ ਸਭ ਨੂੰ ਕਿਹਾ ਚਲੋ ਗੁਰੂ ਜੀ ਕੋ ਮਤਲਬ ਬਲੈਸਿੰਗ ਲੈ ਲਓ, ਸਾਨੂੰ ਪਤਾ ਸੀ ਕਿ ਗੁਰੂ ਜੀ ਬਹੁਤ ਕਲਿਆਣ ਕਰਨਾ ਚਾਹੁੰਦੇ ਆ, ਤਾਂ ਨਾ ਉਹ ਮੇਰੀ ਜਿਹੜੀ ਉਹ ਫਰੈਂਡ ਨੀ ਮਤਲਬ ਰਾਣਾ ਦੇ ਫਰੈਂਡ ਦੀ ਵਾਈਫ, ਉਹ ਅੱਗੇ ਸੀਗੀ ਤੇ ਉਹ ਮੇਰੇ ਸਰਕਲ ਸੀਗੇ ਜਿੱਦਾਂ, ਤੇ ਮੈਂ ਉਹ ਨਾ ਮੱਥਾ ਟੇਕਿਆ ਉਹ ਚਲੇ ਗਈ, ਤਾਂ ਮੈਨੂੰ ਕਹਿੰਦੇ ਲਵ ਮੈਰਿਜ ਅੰਮ੍ਰਿਤਸਰੀਏ ਅੰਦਰ ਸੜੀਏ, ਮੈਂ ਕਿਹਾ ਹਾਂਜੀ ਗੁਰੂ ਜੀ, ਕਿਉਂਕਿ ਸੰਗਤ ਜੀ ਮਤਲਬ ਉਹ ਅੰਮ੍ਰਿਤਸਰ ਤੋਂ ਸੀਗੀ, ਉਸ ਸਾਈਡ ਤੋਂ ਸੀਗੀ। ਦੇਖੋ ਗੁਰੂ ਜੀ ਨੂੰ ਇੰਨਾ ਪਤਾ ਹੁੰਦਾ ਸੀ ਤੁਹਾਡੇ ਨਾਲ ਜਿਹੜਾ ਬੰਦਾ ਆਇਆ ਉਹ ਕਿੱਥੋਂ ਆਇਆ, ਉਹਦਾ ਨਾਮ ਕੀ, ਉਹ ਕੀ ਕਰਦਾ। ਔਰ ਇੱਕ ਵਾਰੀ ਮੈਨੂੰ ਯਾਦ ਹੈ ਕਿ ਦਿੱਲੀ ਅੰਪਾਇਰ ਸਟੇਟ ਦੀ ਗੱਲ ਆ, ਤੇ ਅਸੀਂ ਬੈਠੇ ਹੋਏ ਸੀਗੇ, ਦੁਨੀਆ ਦਾ ਕੋਈ ਬੰਦਾ ਉਹ ਮਤਲਬ ਗੁਰੂ ਜੀ ਨੂੰ ਬੁਲਾ ਨੀ ਸਕਦਾ ਸੀ, ਜਾਂ ਮਤਲਬ ਏਦਾਂ ਨੀ ਕਰ ਸਕਦਾ ਸੀ ਕਿ ਸਾਡਾ ਐ ਕਰ ਦੋ। ਗੁਰੂ ਜੀ ਮਤਲਬ ਪਤਾ ਨੀ ਗੁਰੂ ਜੀ ਦਾ ਔਰਾ ਏਦਾਂ ਦਾ ਸੀ ਕਿ ਚੁੱਪ ਚਾਪ ਸਭ ਬੱਚੇ ਵੀ ਸਭ ਵੱਡੇ ਸਭ ਬੈਠੇ ਹੁੰਦੇ ਸੀ ਔਰ ਇੱਕਦਮ ਸ਼ਾਂਤੀ ਨਾਲ। ਤੇ ਸੰਗਤ ਜੀ ਮੈਂ ਉਹਨਾਂ ਮਤਲਬ ਏਦਾਂ ਕਰਨ ਲੱਗੀ, ਤੇ ਉਹਨਾਂ ਨੇ ਕਿਹਾ ਮਤਲਬ ਗੁਰੂ ਜੀ ਨੇ ਹਟਾ ਤਾ ਉਹਨਾਂ ਨੂੰ ਏਦਾਂ, ਕਹਿੰਦੇ ਛੱਡ ਦੋ, ਤੇ ਮੈਨੂੰ ਕਹਿੰਦੇ ਇੱਧਰ ਆ ਜਾ, ਮੈਂ ਗਈ ਤੇ ਮੈਂ ਨਾ ਮਤਲਬ ਗੁਰੂ ਜੀ ਨੇ ਦਬਾਉਣ ਲੱਗ ਗਈ ਚਰਨ, ਮੈਨੂੰ ਕਹਿੰਦੇ ਲਵ ਮੈਰਿਜ ਮਸਟ ਨੀ ਹੈ, ਮੈਂ ਕਿਹਾ ਹਾਂਜੀ ਗੁਰੂ ਜੀ, ਕਿਉਂਕਿ ਮੈਨੂੰ ਪਤਾ ਹੁੰਦਾ ਸੀ ਕਿ ਜੋ ਗੁਰੂ ਜੀ ਕਹਿ ਰਹੇ ਹੋ ਬਿਲਕੁਲ ਸਹੀ ਹੈ। ਕਹਿੰਦੇ ਨਿਆਣੇ ਕੁੱਟਦੀ ਰਹੀਏ, ਹੁਣ ਆ ਕੇ ਕਹਿੰਦੇ ਮੈਨੂੰ ਕੁੱਟ ਦਈਏ, ਮਤਲਬ ਕਿ ਗੁਰੂ ਜੀ ਨੂੰ ਉਹਦੇ ਟੱਚ ਤੋਂ ਤਕਲੀਫ ਹੋ ਰਹੀ ਸੀ, ਕਿਉਂਕਿ ਉਹ ਉਹਨੇ ਬੱਚਿਆਂ ਨੂੰ ਕੁੱਟਿਆ ਹੋਊਗਾ, ਕਈ ਮਾਸਟਰ ਨੇ ਬਹੁਤ ਕੁੱਟਦੇ ਆ, ਤਾਂ ਮੈਂ ਤੇ ਫਿਰ ਉਹ ਇਹ ਵੀ ਦੱਸਦਾ ਉਹਨੂੰ ਉਹਦਾ ਘਰ ਕਿੱਥੇ ਆ, ਮਤਲਬ ਕਿੱਦਾਂ ਛੋਟੇ ਬੱਚਿਆਂ ਨੂੰ ਕੁੱਟਣ ਦਾ, ਦੇਖੋ ਰੱਬ ਕਿੰਨਾ ਉਹਦਾ ਉਸ ਚੀਜ਼ ਨੂੰ ਪੂਰਾ ਮਨਾਉਂਦਾ ਵੀ ਬੱਚਿਆਂ ਨੂੰ ਕੁੱਟੋ, ਮਤਲਬ ਮੈਨੂੰ ਮੈਂ ਕਿਹਾ ਹਾਂਜੀ, ਮਤਲਬ ਗੁਰੂ ਜੀ ਨੇ ਇੰਨਾ ਪਿਆਰ ਦਿੱਤਾ ਸੰਗਤ ਜੀ। ਫਿਰ ਘਰ ਆ ਬਲੈਸ ਕੀਤਾ, ਫਿਰ ਉਸ ਤੋਂ ਬਾਅਦ ਗੁਰੂ ਜੀ ਅਸੀਂ ਨਾ ਦਿੱਲੀ ਗਏ, ਮੇਰੀ ਸਿਸਟਰ ਲਾ ਮਤਲਬ ਆਉਣਾ ਸੀਗਾ, ਤੇ ਉਹਨੂੰ ਵੀ ਉਹ ਵੀ ਗੁਰੂ ਜੀ ਨੂੰ ਮਤਲਬ ਜਿੱਦਾਂ ਮੰਨਦੀ ਸੀਗੀ, ਤੇ ਉਹਨੂੰ ਬੇਟਾ ਵੀ ਗੁਰੂ ਜੀ ਨੇ ਦਿੱਤਾ, ਪਹਿਲਾਂ ਕਹਿਤਾ ਸੀਗਾ ਕਿ ਬੇਟਾ ਹੋਣਾ, ਤਾਂ ਸੰਗਤ ਜੀ ਅਸੀਂ ਨਾ ਉਹਨੂੰ ਲੈਣ ਗਏ, ਤਾਂ ਉਦੋਂ ਗੁਰੂ ਜੀ ਨੇ ਚੋਲਾ ਛੱਡਣਾ ਸੀਗਾ, ਤੇ ਉਦੋਂ ਸਾਨੂੰ ਪਤਾ ਨੀ ਸੀਗਾ, ਅਸੀਂ ਉਹਨੂੰ ਲੈਣ ਗਏ ਸੀ, ਅਸੀਂ ਮਤਲਬ ਇੱਕ ਅੱਧਾ ਦਿਨ ਰੁਕਣਾ ਸੀਗਾ ਮੱਥਾ ਟੇਕ ਕੇ ਗੁਰੂ ਜੀ ਦੇ ਦਰਸ਼ਨ ਕਰਕੇ, ਸਾਡਾ ਪ੍ਰੋਗਰਾਮ ਸੀਗਾ, ਹਾਂ, ਤੇ ਅਸੀਂ ਲੈ ਕੇ ਆ ਜਾਣਾ। ਤੇ ਸੰਗਤ ਜੀ ਇਹ ਸਾਡੇ ਗੁਰੂ ਜੀ ਨੂੰ ਪਤਾ ਸੀਗਾ ਨਾ ਕਿ ਹੁਣ ਮੈਂ ਮਤਲਬ ਇਹ ਸਰੀਰ ਛੱਡਣਾ ਆ, ਤੇ ਇਹ ਮੇਰੇ ਬੱਚੇ ਆਏ ਆ, ਤੇ ਇਹਨਾਂ ਨੂੰ ਮੈਂ ਰੱਖਣਾ। ਸੰਗਤ ਜੀ 4 ਦਿਨ ਸਾਨੂੰ, ਜਦੋਂ ਸ਼ਾਮ ਨੂੰ ਅਸੀਂ ਛੁੱਟੀ ਲੈਣ ਦਾ ਕਹਿਣਾ ਕਿ ਗੁਰੂ ਜੀ ਹੁਣ ਸਾਨੂੰ ਕਹਿਣਗੇ ਜਾਓ, ਤੁਸੀਂ ਕੱਲ ਫੇਰ ਆ ਜਾਓ, ਕੱਲ ਫੇਰ ਆ ਜਾਓ। ਗੁਰੂ ਜੀ ਨੇ 4 ਦਿਨ ਸਾਨੂੰ ਰੱਖਿਆ, ਕਿੰਨਾ ਪਿਆਰ ਕਰਦੇ ਹੋਣੇ, ਔਰ ਦਿਲ ਚ ਉਹਨਾਂ ਦੇ ਕੀ ਫੀਲਿੰਗ ਹੋਣੀ ਕਿ ਮੈਂ ਜਾਣਾ, ਪਰ ਸਾਨੂੰ ਨੀ ਕੁਛ ਪਤਾ ਸੀ, ਅਸੀਂ ਉਦਾਂ ਹੀ ਭੋਲੇ ਪਾ ਕੇ ਗੁਰੂ ਜੀ ਪਿਆਰ ਕਰ ਰਹੇ, ਸੋ ਇੰਨਾ ਸੰਗਤ ਨੂੰ ਪਿਆਰ ਕਰਦੇ ਉਹਨਾਂ ਨੂੰ, ਸਾਨੂੰ ਤਾਂ ਸਮਝ ਹੀ ਨਹੀਂ ਸੀ, ਪਰ ਗੁਰੂ ਜੀ ਨੇ ਦੇਖੋ ਸਾਨੂੰ 4-5 ਦਿਨ ਉੱਥੇ ਰੱਖ ਕੇ ਕਿੰਨਾ ਕਲਿਆਣ ਕੀਤਾ ਹੋਊਗਾ, ਆਉਣ ਵਾਲੇ ਸਮੇਂ ਲਈ ਕਿੰਨਾ ਬਲੈਸ ਕੀਤਾ ਹੋਊਗਾ,
ਆਪਣੀ ਸੰਗਤ ਨੂੰ ਇੰਨਾ ਪਿਆਰ ਕਰਦੇ ਆ ਗੁਰੂ ਜੀ, ਇਸ ਸੰਗਤ ਜੀ ਕਰਕੇ ਫਿਕਰ ਕਦੀ ਕਰਨ ਦੀ ਇਹ ਲੋੜ ਨਹੀਂ। ਸੋਚਿਆ ਹੀ ਨਾ ਕਰੋ ਕਿ ਅਸੀਂ, ਮਤਲਬ ਮੈਂ ਬੜਾ ਸੁਣਦੀ ਹਾਂ ਨਾ ਕਿ ਬੜੀ ਕਹਿੰਦੇ ਕਿ ਮਹਾ ਸਤਸੰਗ ਹੈ, ਉਹ ਸਤਸੰਗ ਹੈ, ਨਹੀਂ ਸਤਸੰਗ 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 ਹੁੰਦਾ ਸਤਸੰਗ ਹੈ ਸੰਗਤ ਜੀ, ਭਾਵੇਂ ਚਾਰ ਬੰਦੇ ਚਾਰ ਬੈਠੇ ਆ, ਅਸੀਂ ਦੋ ਬੈਠੇ ਆਪਸ ਗੁਰੂ ਜੀ ਦੀ ਉਸਤਤੀ ਕਰ ਰਹੇ ਹਾਂ, ਉਹ ਸਤਸੰਗ ਹੈ, ਸਤਸੰਗ। ਔਰ ਇਹ ਵੱਡਾ ਛੋਟਾ ਨਹੀਂ, ਕਿ ਕਦੀ ਨਹੀਂ ਸੋਚਣਾ ਸੰਗਤ ਜੀ ਗੁਰੂ ਸਾਨੂੰ, ਸਭ ਲੋਕਾਂ ਨੂੰ ਬਹੁਤ ਲੱਗਦਾ ਹੁੰਦਾ ਸੀ ਕਿ ਗੁਰੂ ਜੀ ਦਾ ਮਤਲਬ ਗੁਰੂ ਜੀ ਕੋਲ ਬਹੁਤ ਵੱਡੇ ਵੱਡੇ ਲੋਕ ਆਉਂਦੇ, ਨਹੀਂ ਸੰਗਤ ਜੀ, ਗੁਰੂ ਜੀ ਕੋਲ ਭਾਵੇਂ ਜਿਹੜਾ ਮਰਜ਼ੀ ਜਾਏ ਨੀਵਾ ਹੋ ਕੇ ਜਾਊਗਾ, ਤੁਹਾਡੀ ਝੋਲੀ ਭਰਨੀ ਹੈ ਸੰਗਤ ਜੀ। ਆ ਜਿਹੜਾ ਆਪਾਂ ਨੇ ਲੋਕਾਂ ਦੇ ਵਿੱਚ ਹੁਣ ਸੰਗਤ ਚ ਬਹੁਤ ਹੋ ਗਿਆ ਨਾ, ਕਿ ਇੱਦਾਂ ਕੋਈ ਲੋਕ ਜਿੱਦਾਂ ਹੁਣ ਅਸੀਂ ਪੁਰਾਣੀ ਸੰਗਤ, ਅਸੀਂ ਕੀ ਕਰੀਏ ਕਿ ਅਸੀਂ ਪੁਰਾਣੀ ਸੰਗਤ ਬਹੁਤ ਮਹਾਨ ਹੋ ਗਏ ਨਾ ਸੰਗਤ ਜੀ, ਤੁਹਾਡੀ ਜੁੱਤੀਆਂ ਦੀ ਅਸੀਂ ਧੂੜ ਹਾਂ, ਗੁਰੂ ਜੀ ਦੇ ਦਰਬਾਰ ਸਭ ਇੱਕੋ ਜਿਹੇ ਆਪਣੀ, ਮੈਂ ਹਮੇਸ਼ਾ ਇੱਕੋ, ਅਸੀਂ ਫੈਮਿਲੀ ਸਾਡੀ ਜਿੱਥੇ ਵੀ ਮਤਲਬ ਸੰਗਤ ਸਾਨੂੰ ਮਿਲਦੀ, ਅਸੀਂ ਹਮੇਸ਼ਾ ਹੀ ਕਹਿੰਦੇ ਹਾਂ ਕਿ ਗੁਰੂ ਜੀ ਦੇ ਮਤਲਬ ਚਰਨਾਂ ਦੇ ਥੱਲੇ ਰਹਿਣ ਦੀ ਕੋਸ਼ਿਸ਼ ਕਰੋ, ਸਾਡੀ ਔਕਾਤ ਨਹੀਂ, ਅਸੀਂ ਮਤਲਬ ਕਿਉਂਕਿ ਅਸੀਂ ਭਿਖਾਰੀ ਲੋਕ ਹਾਂ, ਅਸੀਂ ਜਾਣਦੇ ਹਾਂ ਅਸੀਂ ਕੀ ਕਰਦੇ ਹਾਂ, ਗੁਰੂ ਜੀ ਆਹ ਦੇ ਦਿਓ, ਗੁਰੂ ਜੀ ਆਹ ਦੇ ਦਿਓ, ਤਾਂ ਉਸ ਦੁਨੀਆਂ ਨੂੰ ਬਣਾਉਣ ਵਾਲਾ ਜਿਹੜਾ ਦੁਨੀਆਂ ਨੂੰ ਬਣਾਇਆ ਜਿਹਨੇ, ਜਾਂ ਦੁਨੀਆਂ ਦਾ ਪੂਰਾ ਕੀਤਾ ਹੈ, ਜੋ ਸਭ ਕੁਛ ਉਹਦਾ ਹੈ, ਖਾਣ ਵਾਲੀ ਚੀਜ਼, ਪਹਿਨਣ ਵਾਲੀ ਚੀਜ਼, ਸਾਹ ਲੈਂਦੇ ਹਾਂ, ਤਾਂ ਉਹ ਗੁਰੂ ਜੀ ਨੇ ਦਿੱਤਾ ਹੋਇਆ, ਤੇ ਅਸੀਂ ਉਹਦੇ ਸਾਹਮਣੇ ਵੱਡੇ ਵੱਡੇ ਹੋ ਕੇ ਨਾ ਰਹੀਏ, ਝੁੱਕ ਝੁੱਕ ਕੇ ਸਾਨੂੰ ਨਿਮਾਣੇ ਬਣ ਕੇ ਰਹਿਣਾ ਚਾਹੀਦਾ ਸੰਗਤ ਨੂੰ। ਇਹੀ ਮੇਰੀ ਤੇ ਇਹ ਹੈਗਾ ਕਿ ਹਾਂ ਗਰੀਬ ਦਾ ਭਲਾ ਕਰੋ, ਜੇ ਕੋਈ ਤੁਹਾਨੂੰ ਲੱਗਦਾ ਕਿ ਉਹਨੂੰ ਜ਼ਰੂਰ ਚਾਹੁੰਦੇ ਦੇ, ਕੋਈ ਕੋਈ ਇਹਨਾਂ ਵੱਡੀਆਂ ਵੱਡੀਆਂ ਗੱਲਾਂ ਚ ਪੈਣ ਦੀ ਕੋਈ ਲੋੜ ਨਹੀਂ, ਔਰ ਜਿੰਨੇ ਹੋ ਸਕੇ ਗੁਰੂ ਜੀ ਸੰਗਤ ਜੋੜੋ। ਜਿੱਦਾਂ ਮੰਨ ਲਓ ਅਸੀਂ ਦੁਖੀ ਸੀਗੇ, ਸਾਨੂੰ ਗੁਰੂ ਜੀ ਨੇ ਆਪਣੀ ਸ਼ਰਨ ਚ ਲਿਆ, ਬਹੁਤ ਦੁਨੀਆਂ ਦੁਖੀ, ਔਰ ਇਹ ਵੀ ਨਹੀਂ ਆਪਣਾ ਕਰਮ ਕਰਦੇ ਜਾਓ, ਜੇ ਕੋਈ ਗੁਰੂ ਜੀ ਨੂੰ ਮਤਲਬ ਗੁਰੂ ਜੀ ਦੀ ਕਿਰਪਾ ਹੋ ਜਾਊਗੀ, ਉਹ ਆਪੇ ਆ ਜਾਏਗਾ, ਜੋੜ ਲੈਣਗੇ। ਦੱਸੋ ਜ਼ਰੂਰ ਗੁਰੂ ਜੀ ਬਾਰੇ, ਕਿਉਂਕਿ ਦੁਨੀਆਂ ਤੇ ਤਕਲੀਫਾਂ ਸੰਗਤ ਜੀ ਬਹੁਤ ਜ਼ਿਆਦਾ। ਔਰ ਮੇਰੀ ਦੇਖੋ, ਮੇਰੀ ਡਾਟਰ ਸੀ, ਇਹਨੇ ਜਾਣਾ ਸੀਗਾ, ਮੇਰੀ ਡਾਟਰ ਹੁਣ ਕੈਨੇਡਾ ਆ, ਤੇ ਉਹਨੇ ਜਾਣਾ ਸੀਗਾ, ਤੇ ਮੈਨੂੰ ਮਤਲਬ ਮੇਰਾ ਮੇਰੀ ਸੂਈ ਨਾ ਸਿਰਫ ਗੁਰੂ ਜੀ ਨੇ ਖੜੀ ਦਿੰਦੀ ਆ, ਕੇ ਕੋਈ ਗੱਲ ਹੈ ਮੇਰੀ ਸੂਈ ਗੁਰੂ ਜੀ ਤੇ ਆ, ਗੁਰੂ ਜੀ ਏਦਾਂ ਕਰ ਲਓ, ਗੁਰੂ ਜੀ ਏਦਾਂ ਕਰ ਲਓ, ਗੁਰੂ ਜੀ ਜਿੱਦਾਂ ਕਰਨਾ ਕਰ ਲਓ। ਤਾਂ ਮੈਨੂੰ ਨਾ ਮਤਲਬ ਮੇਰੀ ਬੇਟੀ ਦੀ ਤਿਆਰੀ ਹੋ ਰਹੀ ਹੈ, ਤਾਂ ਇੱਧਰ ਸਭ ਸਮਾਨ ਹੋ ਰਿਹਾ ਵੀ ਹਾਂ ਉਹਨੇ ਜਾਣਾ, ਤੇ ਉਹਨੇ ਮਤਲਬ ਐਡਮਿਸ਼ਨ ਲੈਣੀ ਹੈ, ਤਾਂ ਉਹਨੂੰ ਇਹ ਹੈ ਕਿ ਆਹ ਕਾਲਜ ਮਿਲਦੇ, ਆਹ ਮਿਲਦੇ, ਤਾਂ ਮੈਨੂੰ ਕਹਿ ਰਹੀ ਮੈਨੂੰ ਮੰਮਾ ਅਰਦਾਸ ਕਰੋ ਮੈਨੂੰ ਇੱਦਾਂ। ਮੈਂ ਕਿਹਾ ਮਨੀਤ, ਮੈਨੂੰ ਤਾਂ ਬਸ ਆਹੀ ਫਿਕਰ ਪਿਆ ਕਿ ਜਿੱਥੇ ਤੂੰ ਜਾਵੇਂ ਗੁਰੂ ਦੀ ਸੰਗਤ ਹੋਵੇ, ਤੂੰ ਤਾਂ ਫਿਰ ਇਕੱਲੀ ਹੋ ਜਾਊਗੀ। ਕਹਿੰਦੀ ਯਾਰ ਮੰਮਾ ਤੁਸੀਂ ਕੀ, ਕਿਉਂਕਿ ਬੱਚਿਆਂ ਦਾ ਥੋੜਾ ਜਿਹਾ ਏਜ ਦਾ ਹਿਸਾਬ ਹੁੰਦਾ ਨਾ, ਕਿ ਉਹਨਾਂ ਦੀ ਥਿੰਕਿੰਗ ਹੋਰ ਹੁੰਦੀ, ਤੇ ਕਹਿੰਦੀ ਮੰਮਾ ਏਦਾਂ। ਤੇ ਮੇਰੀ, ਮੈਂ ਨਾ ਕਿਸੇ ਰਿਸ਼ਤੇਦਾਰ ਕੋਲ ਨੀ ਭੇਜਿਆ, ਮੇਰੀ ਫਰੈਂਡ ਹੈ, ਤਾਂ ਮੈਂ ਉਹਦੇ ਕੋਲ ਭੇਜਣਾ ਸੀਗਾ, ਤਾਂ ਮੈਂ ਉਹਦੇ ਗੱਲ ਕਰ ਰਹੀ ਹਾਂ, ਮੈਂ ਕਿਹਾ ਕਿ ਇੱਦਾਂ ਦਾ ਮਤਲਬ ਮਨੀਤ ਨੇ ਆਉਣਾ, ਤੇ ਇੱਦਾਂ ਗੱਲ ਕਰਦੇ ਹਾਂ, ਤੇ ਮੈਨੂੰ, ਮੈਂ ਕਿਹਾ ਏਦਾਂ ਗੱਲ ਹੋਈ, ਮੈਂ ਕਿਹਾ ਬਸ ਬੇਨਤੀ ਹੈ ਵੀ ਗੁਰੂ ਜੀ ਤੁਸੀਂ ਕਿਰਪਾ, ਗੁਰੂ ਜੀ ਕਿਰਪਾ ਕਰਨ, ਜਿੱਥੇ ਉਹਨੂੰ ਮਿਲਣਾ ਉੱਥੇ ਮਿਲ ਜੇ ਐਡਮਿਸ਼ਨ। ਤੇ ਮੈਨੂੰ ਕਹਿੰਦੀ ਗੋਲ ਕਿਹੜੀ, ਕਿਹੜੇ ਗੁਰੂ ਜੀ? ਮੈਂ ਕਿਹਾ, ਕਹਿੰਦੀ ਉਹ ਦਿੱਲੀ ਵਾਲੇ ਗੁਰੂ ਜੀ। ਮੈਂ ਕਿਹਾ ਹਾਂ। ਕਹਿੰਦੀ ਮੇਰੀ ਗੁਆਂਢਣ ਨਾ ਜਿਹੜੀ, ਉਹ ਬਹੁਤ ਮੰਨਦੀ ਆ, ਉਹ ਤਾਂ ਹਰ ਹਫ਼ਤੇ ਸਤਸੰਗ ਹੁੰਦਾ ਹੈ ਸੰਗਤ ਜੀ। ਬਸ ਨਾਲ ਹੀ ਆਹ ਗੱਲ ਹੋਈ ਸਾਡੀ। ਮੈਂ ਕਿਹਾ ਗੁਰੂ ਜੀ ਮੈਨੂੰ ਪਤਾ ਲੱਗ ਗਿਆ ਮਨੀਤ ਦਾ ਐਡਮਿਸ਼ਨ ਕਿੱਥੇ ਹੋਣਾ, ਐਡਮਿਸ਼ਨ ਹੋ ਗਿਆ ਸੰਗਤ ਜੀ, ਮਨੀਤ ਪਹੁੰਚ ਗਈ। ਅੱਜ ਵੀ ਮਨੀਤ ਨੂੰ 2-2.5 ਸਾਲ ਹੋ ਜਾਣੇ ਆ, ਉਸ ਫੈਮਿਲੀ ਦੇ ਨਾਲ ਮਨੀਤ ਇੱਦਾਂ ਜੁੜੀ ਹੋਈ, ਜਿੱਦਾਂ ਪਰਿਵਾਰ ਜੁੜਿਆ, ਸਤਸੰਗ ਅਟੈਂਡ ਕਰਦੀ ਉੱਥੇ, ਸਤਸੰਗ ਅਟੈਂਡ ਕਰਦੀ ਹੈ, ਇੰਨੀ ਸੰਗਤ ਆ ਕਿ ਕੈਨੇਡਾ ਚ ਬਹੁਤ ਬਹੁਤ ਸੰਗਤ ਹੈ, ਔਰ ਜਿੱਥੇ ਵੀ ਉਹਨੂੰ ਲੱਗਦਾ ਕਿ ਮਤਲਬ ਜਾਣਾ ਹੈ। ਤਾਂ ਰੀਸੈਂਟਲੀ ਦੀ ਮੈਂ ਤੁਹਾਨੂੰ ਸਤਸੰਗ ਸੁਣਾਉਂਦੀ ਹਾਂ ਕਿ ਜਿੱਦਾਂ ਨਾ ਲਾਸਟ ਸਤਸੰਗ ਸੀਗਾ ਉਹਨਾਂ ਦੇ ਘਰ ਮਨੀ ਆਂਟੀ ਆ, ਤੇ ਕਹਿੰਦੇ ਕਿ ਮਤਲਬ ਮੈਂ ਆਪਣੀ ਬੇਬੇ ਨੂੰ ਹੁੰਦਾ, ਮੇਰੀ ਬੇਟੀ ਨੂੰ ਕਿ ਸੇਵਾ ਕਰੀ ਜਾ ਕੇ ਉੱਥੇ, ਕੋਈ ਮਤਲਬ ਜਲਦੀ ਪਹੁੰਚੀ, ਮੇਰਾ ਇਹ ਹੁੰਦਾ। ਤਾਂ ਮੈਂ, ਕਹਿੰਦੀ ਠੀਕ ਹੈ ਉਹ ਜਾ ਰਹੀ ਹੈ, ਤੇ ਮੈਂ ਕਿਹਾ ਮੈਂ ਫਲਾਵਰ ਜ਼ਰੂਰ ਲੈ ਕੇ ਜਾਈ, ਮੇਰੇ ਮਾਨ ਚ ਆਉਂਦਾ। ਤੇ ਕਹਿੰਦੀ ਠੀਕ ਹੈ, ਮੈਂ ਕਿਹਾ ਰੈੱਡ ਰੋਜ਼ ਲੈ ਕੇ ਜਾਈ। ਕਹਿੰਦੀ ਠੀਕ ਹੈ ਮੰਮਾ, ਮੈਂ ਰੈੱਡ ਰੋਜ਼ ਲੈ ਜੂੰਗੀ। ਜਦੋਂ ਸੰਗਤ ਜੀ ਸ਼ੋਪ ਤੇ ਗਈ ਤਾਂ ਉਹਨੂੰ ਨਾ ਔਰੇਂਜ ਪਸੰਦ ਆਏ, ਤੇ ਮੈਂ ਕਿਹਾ, ਮੈਨੂੰ ਕਹਿੰਦੀ ਮੰਮਾ ਰੈੱਡ ਰੋਜ਼ ਜ਼ਰੂਰੀ ਆ? ਮੈਂ ਕਿਹਾ ਨਹੀਂ, ਤੂੰ ਜਾਣਾ, ਤੂੰ ਪਸੰਦ ਕਰ, ਜਿਹੜੇ ਤੈਨੂੰ ਚੰਗੇ ਲੱਗ ਤੂੰ ਲੈ ਜਾ। ਸੰਗਤ ਜੀ ਉੱਥੇ ਜਾ ਕੇ ਤਾਂ ਉਹਨੇ ਨਾ ਮਤਲਬ ਆਪਣੇ ਟਾਈਮ ਐਕਚੁਲੀ ਔਡ ਟਾਈਮ ਹੈ, ਤਾਂ ਮੈਂ ਵੇਟ ਕਰਦੀ ਸੀ, ਤੇ ਮੈਂ ਦੇਖਿਆ ਮਨੀਤ ਤੇ ਗੁਰੂ ਜੀ ਦੀ ਉੱਥੇ ਫੋਟੋ ਪਾਈ ਹੋਈ ਹੈ, ਕਿ ਮੈਂ ਮੱਥਾ ਟੇਕਿਆ ਇੱਥੇ ਅਰਦਾਸ ਕੀਤੀ। ਮੈਂ ਕਿਹਾ ਗੁਰੂ ਜੀ ਮਨੀਤ ਤੇ ਬਹੁਤ ਸਾਰੀ ਕਿਰਪਾ ਕਰਿਓ, ਮੈਂ ਕਿਹਾ ਉਹ ਤੁਹਾਡਾ ਬੱਚਾ, ਤੁਹਾਡੇ ਭਰੋਸੇ ਗਿਆ, ਤੇ ਤੁਸੀਂ ਉਹਦਾ ਧਿਆਨ ਰੱਖਿਓ। ਤਾਂ ਇੰਨੇ ਚਿਰ ਨੂੰ ਸਤਸੰਗ ਸੰਗਤ ਜੀ ਉੱਥੇ ਜਿਹੜਾ ਡੋਗ ਵਾਲਾ ਸਤਸੰਗ ਹੈ ਨਾ, ਉਹੀ ਸਤਸੰਗ ਕੋਈ ਕਰ ਰਿਹਾ, ਸਾਡਾ ਹੀ ਸਾਡਾ ਸਤਸੰਗ ਹੀ ਸੁਣਾ ਰਹੇ ਸੀ ਸਾਡੇ ਵੱਲ। ਪਰ ਉਹ ਜਿਹੜੇ ਭਾਜੀ ਕਰ ਰਹੇ ਆ, ਉਹਨਾਂ ਦੇ ਬ੍ਰਦਰ ਜਦੋਂ ਗੁਰੂ ਜੀ ਇੱਥੇ ਸੀਗੇ ਆਏ ਸੀਗੇ, ਉਦੋਂ ਸਾਡੇ ਨਾਲ ਹੀ ਸੀਗੇ ਮਾਟੀ ਭਾਜੀ। ਮਤਲਬ ਗੁਰੂ ਜੀ ਦਾ ਬੜਾ ਮਤਲਬ ਇੰਟਰਨੈਟ ਇੱਦਾਂ ਅਜੀਬ ਤਰੀਕੇ ਨਾਲ ਜੁੜਿਆ ਹੋਇਆ। ਤੇ ਫਿਰ ਮੇਰੀ ਡਾਟਰ ਨਾ ਮਤਲਬ ਇੱਕ ਦੋ ਵਾਰੀ ਕੀਤਾ ਸਤਸੰਗ, ਤੇ ਮੈਨੂੰ ਉਹਨਾਂ ਨੇ ਆਪੇ, ਮੇਰੀ ਬੇਟੀ ਨੇ ਕਿਹਾ ਕਿ ਆਂਟੀ ਮੈਨੂੰ ਸਤਸੰਗ ਕਰਨਾ। ਔਰ ਮੇਰੀ ਬੇਟੀ ਨੇ ਮੈਨੂੰ ਦੱਸਿਆ ਅਗਲੇ ਦਿਨ, ਕਹਿੰਦੀ ਮੰਮਾ ਮੈਂ ਸਤਸੰਗ ਕੀਤਾ, ਮੈਂ ਇੰਨਾ ਰੋਈ ਨਾ, ਮੈਂ ਬੜਾ ਹੀ ਰੋਈ ਆ। ਮੈਂ ਕਿਹਾ, ਕਹਿੰਦੀ ਕਹਿੰਦੀ ਮੈਨੂੰ ਇੱਦਾਂ ਰੋਣਾ ਵੀ ਆਈ ਜਾ ਰਿਹਾ ਹੈ, ਮੈਂ ਸਤਸੰਗ ਵੀ ਕਰੀ ਜਾ ਰਹੀ ਸੀ। ਕਹਿੰਦੀ ਫਿਰ ਮੇਰਾ ਆਂਟੀ ਕੋਲੋਂ ਮੈਡੀਸਨ ਲਈ, ਮੇਰਾ ਸਿਰ ਬਹੁਤ ਦੁਖਿਆ,
और मैं 1 घंटे बाद वापस आई। मैं ठीक है, तो फिर मैं बहुत चंगी गल है, मैं मनीत गुरु जी ने तेरे बहुत कृपा की होनी है। कहती मम्मा एक होर चीज सू दिखाई है, संगत जी इन्ने टाइम तो जा रही, कभी फ्लावर नहीं मिले वापसी आने के। आंटी ने उन्होंने फ्लावर दिते और कलर रेड रोज। कहती यार देख लो मां, तुम कहना गुरु जी लैके जाने, गुरु जी ने मेनू दिते, देखो साढ़े। मैं मनीत नहीं, यह श्रद्धा बेटा अपनी। मैं कहा कि तू आप गुरु जी चाह, गुरु जी जानते सू की चाहिए की नहीं। ਏਦਾਂ ਹੀ ਸਤਸੰਗ ਜੀ, ਬਹੁਤ ਸਤਸੰਗ ਆ ਜਿਹੜੇ ਮਤਲਬ। ਹਾਂ ਮੇਰੇ ਬੇਟੇ ਨੂੰ 10th ਸੀਗਾ ਉਦੋਂ, ਤੇ ਉਹਨੂੰ ਬੈਕ ਦਾ ਇਸ਼ੂ ਹੋ ਗਿਆ, ਬਾਸਕਿਟਬਾਲ ਖੇਲਦਾ ਸੀਗਾ, ਤੇ ਸਾਰੇ ਹੋ ਗਏ ਏਦਾਂ। ਤੇ ਮੈਂ ਵੀ ਥੋੜੀ ਜੀ ਪਹਿਲਾਂ ਹੋਇਆ, ਮੈਂ ਕਿਹਾ ਚਲੋ ਕੋਈ ਨੀ ਗੁਰੂ ਜੀ ਬੈਠੇ ਆ। ਔਰ ਮੈਂ ਹਮੇਸ਼ਾ ਗੁਰੂ ਜੀ ਵਾਲਾ ਟਿੱਕਾ ਜਿਹੜਾ ਹੁੰਦਾ ਉਹ ਲਗਾਉਂਦੀ ਸੀ ਬੈਕ ਤੇ, ਔਰ ਮੈਂ ਉਹਨੂੰ ਜੋੜ ਦੇਣੀ। ਤੇ ਮੈਨੂੰ ਸੰਗਤ ਜੀ ਗੁਰੂ ਜੀ ਨੇ ਸਾਰਾ ਦਿਖਾਇਆ ਕਿ ਰਣਜੀਤ ਦਾ ਟਾਈਮ ਨੀ ਚੰਗਾ। ਤੇ ਸੰਗਤ ਜੀ ਵੇਖ ਲਓ 8-9 ਮਹੀਨੇ ਉਹ ਬੈਠ ਤੇ ਰਿਹਾ, ਔਰ ਮੈਨੂੰ ਪੂਰਾ ਦਿਖਾਇਆ ਕਿ ਇਹਨੂੰ ਆਹ ਪ੍ਰੋਬਲਮ। ਮੈਂ ਕਦੀ ਇਸ ਆਪਣੀ ਫੈਮਿਲੀ ਚ ਵੀ ਸ਼ੇਅਰ ਨਹੀਂ ਕੀਤੀ ਉਹ ਗੱਲ ਕਿ ਉਹਨੂੰ ਉਹ ਪ੍ਰੋਬਲਮ ਹੋਣ ਵਾਲੀ ਸੀ। ਜੇ ਉਹ ਸਕੂਲ ਜਾਂਦਾ ਤੇ ਰੈਗੂਲਰ ਤੇ ਉਹਦਾ ਕੋਈ ਨਾ ਕੋਈ ਉੱਥੇ ਕਲੈਸ਼ ਹੋਣ ਵਾਲਾ ਸੀ, ਐਕਸੀਡੈਂਟ ਹੋਣ ਵਾਲਾ ਸੀ ਕੁਛ, ਤਾਂ ਗੁਰੂ ਜੀ ਨੇ ਉਹਦਾ ਕਸ਼ਟ ਕੱਟਣ ਲਈ ਸਾਰਾ ਉਹਨੂੰ ਆਪ ਹੀ ਇੱਕ ਰੋਗ ਏਦਾਂ ਦਾ ਦਿੱਤਾ, ਇਹਨਾਂ ਨੂੰ ਦਿਖਾ ਲਿਆ, ਸਾਨੂੰ ਨਹੀਂ ਪਤਾ ਸੀ। ਮੈਂ ਕਦੀ ਨੀ ਪੁੱਛ ਲਓ, ਮੈਂ ਕਦੀ ਨੀ ਚਿੰਤਾ ਕੀਤੀ ਉਹਦੀ ਪੈ, ਮੈਂ ਕਹਿੰਦੀ ਠੀਕ ਹੋ ਜਾਣਾ, ਗੁਰੂ ਜੀ ਨੇ ਕੀਤਾ ਹੋਇਆ, ਉਹ ਉਦਾਂ ਹੀ ਹੋਇਆ ਹੌਲੀ ਹੌਲੀ ਉਹ ਠੀਕ ਹੋ ਗਿਆ। ਔਰ ਸੰਗਤ ਜੀ ਹੁਣ ਅੱਜ ਮੰਮੀ ਰਾਣ ਦੇ ਮੰਮੀ ਮੈਨੂੰ ਦੱਸ ਰਹੇ ਸੀ, ਕਹਿੰਦੇ ਮੇਰਾ ਵੀ ਇੱਕ ਸਤਸੰਗ ਜ਼ਰੂਰ ਸ਼ੇਅਰ ਕਰੀ, ਕਿਉਂਕਿ ਜਦੋਂ ਮੰਮੀ ਔਰ ਅਸੀਂ ਲੋਕ ਸਾਰੇ ਨਹੀਂ ਗੁਰੂ ਜੀ ਦੀ ਸੰਗਤ ਸੀਗੇ ਨਾ, ਤਾਂ ਰਾਣਾ ਦੇ ਮਦਰ ਨੂੰ ਬੈਕ ਦੀ ਬਹੁਤ ਗੰਦੀ ਵਾਲੀ ਬੈਕ ਪ੍ਰੋਬਲਮ ਸੀਗੀ। ਉਹਨਾਂ ਨੂੰ ਨਾ ਆਇਰਨ ਬੈਲਟ ਲੱਗੀ ਹੋਈ ਸੀ, ਜਿਹਦਾ ਤੁਹਾਨੂੰ ਪਤਾ ਕਿ ਪੂਰੀ ਪੂਰੀ ਸਿੱਧਾ ਰਹਿਣਾ ਪੈਂਦਾ, ਝੁੱਕ ਨਹੀਂ ਸਕਦੇ ਮਾੜਾ ਜਿਹਾ ਵੀ। ਤਾਂ ਰਾਣਾ ਦੇ ਮਾਸੀ ਜੀ ਨੇ ਮਤਲਬ ਗੁਰੂ ਜੀ ਦਾ ਪ੍ਰਸ਼ਾਦ ਮੰਮੀ ਨੂੰ, ਮੰਮੀ ਬੈਡ ਤੇ ਸੀਗੇ, ਬਹੁਤ ਦਿੱਕਤ ਸੀਗੀ ਇਹਨਾਂ ਨੂੰ, ਮਤਲਬ ਪੂਰਾ ਲਿਖਾਇਆ ਰੱਖਿਆ ਸੀ ਕਿ ਤੁਸੀਂ। ਤੇ ਮਾਸੀ ਜੀ ਨਾ ਕਿਤੇ ਆਏ ਤੇ ਮਾਸੀ ਨੂੰ ਪਤਾ ਲੱਗਾ ਕਿ ਮਤਲਬ ਕਿਉਂਕਿ ਮੰਮੀ ਮਤਲਬ ਰਾਣਾ ਦੇ ਪਾਪਾ ਨੀ ਹੈਗੇ, ਤਾਂ ਮੰਮੀ ਬਹੁਤ ਜ਼ਿਆਦਾ ਇਮੋਸ਼ਨਲ ਜੇ ਆ, ਤਾਂ ਟੈਨਸ਼ਨ ਚ ਵੀ ਬਹੁਤ ਰਹਿੰਦੇ ਸੀਗੇ, ਤੇ ਕਹਿਣਾ ਮੇਰੀ ਭੈਣ ਬਹੁਤ ਦੁਖੀ ਹੈ। ਤਾਂ ਉਹਨਾਂ ਨੇ ਪ੍ਰਸ਼ਾਦ ਲਿਆ ਕੇ ਮਾਸੀ ਜੀ ਨੇ ਮੰਮੀ ਨੂੰ ਦਿੱਤਾ, ਔਰ ਮੰਮੀ ਕਹਿੰਦੇ ਗੋਲਡੀ ਮੈਨੂੰ ਯਾਦ ਹੈ, ਮੈਨੂੰ ਦੇ ਕੇ ਗਏ ਨਾ ਭੈਣ ਜੀ, ਮੈਂ ਉਦਣ ਖਾਇਆ ਔਰ ਮੈਂ ਸਵੇਰ ਨੂੰ ਇੱਕਦਮ ਠੀਕ ਸੀ। ਉਸ ਤੋਂ ਪਹਿਲਾਂ ਨਹੀਂ ਕੋਈ ਆ ਸਕਦਾ ਗੁਰੂ ਜੀ ਦੀ ਸ਼ਰਨ, ਜਦੋਂ ਗੁਰੂ ਜੀ ਨੇ ਫਾਈਨਲ ਕਰ ਲਿਆ ਕਿ ਇਹਨੂੰ ਲੈਣਾ, ਤੇ ਫਿਰ ਕੋਈ ਰੋਕ ਨਹੀਂ ਸਕਦਾ, ਫਿਰ ਉਹ ਜਾਊਗਾ ਜਾਊਗਾ। ਬਸ ਸਾਨੂੰ ਆਪਣਾ ਭਰੋਸਾ ਰੱਖਣਾ, ਕਿਉਂਕਿ ਪਤਾ ਕੀ ਹੁੰਦਾ ਅਸੀਂ ਬੜੀ ਜਲਦੀ ਨਾ ਉਤਾਵਲੇ ਹੋ ਜਾਂਦੇ ਹਾਂ ਕਿੱਦਾਂ, ਕਿਉਂਕਿ ਇਹ ਨੀ ਕਿ ਸਾਨੂੰ ਉਸ ਤੋਂ ਬਾਅਦ ਸਾਨੂੰ ਪ੍ਰੋਬਲਮਸ ਨੀ ਲਾਈਫ ਚ ਆਈਆਂ, ਉਹ ਆਉਂਦੀਆਂ ਰਹਿਣੀਆਂ, ਪਰ ਗੁਰੂ ਜੀ ਨੇ ਸਬਰ ਇੰਨਾ ਦਿੱਤਾ। ਹੁਣ ਪਤਾ ਕਿੱਦਾਂ ਹੁੰਦਾ ਕਿ ਜਿੱਦਾਂ ਕੋਈ ਗੱਲ ਹੋ ਗਈ ਤਾਂ ਕਹਿੰਦਾ ਏਦਾਂ ਏਦਾਂ ਹੋ ਗਿਆ, ਕੋਈ ਨੀ ਗੁਰੂ ਜੀ ਬੈਠੇ ਆ, ਜੋ ਦਿੱਤਾ ਉਹਨਾਂ ਨੇ ਠੀਕ, ਜੋ ਦੁੱਖ ਤੋਂ ਮਤਲਬ ਸਾਡੇ ਲਈ ਠੀਕ ਆ ਉਹੀ ਕੀਤਾ। ਸਾਨੂੰ ਕਦੀ ਨੀ ਹੁੰਦਾ ਅਸੀਂ ਕੋਈ ਕੰਮ ਸ਼ੁਰੂ ਕਰਦੇ ਹਾਂ ਜਿਹੜਾ ਕੰਮ ਨਹੀਂ ਹੋਇਆ ਤੇ ਅਸੀਂ ਕਹਿੰਦੇ ਹਾਂ ਇਹ ਸਾਡੇ ਲਈ ਚੰਗਾ ਨਹੀਂ ਹੋਏਗਾ, ਤਾਂ ਹੀ ਗੁਰੂ ਜੀ ਨੇ ਹੋਣ ਦਿੱਤਾ, ਜਿਹੜਾ ਹੋ ਜਾਂਦਾ ਅਸੀਂ ਕਹਿੰਦੇ ਹਾਂ ਇਹ ਸਾਡੇ ਲਈ ਚੰਗਾ ਹੋ ਗਿਆ। ਆਪਣੇ ਗੁਰੂ ਤੋਂ ਪੂਰਾ ਸਰੈਂਡਰ ਕਰ ਦੋ, ਬਸ ਫਿਰ ਦੇਖੋ ਆਪੇ ਉਹ ਆਪੇ ਤੁਹਾਡਾ ਹੱਥ ਫੜ ਕੇ ਤੁਹਾਨੂੰ ਲੈ ਕੇ ਜਾਣਗੇ। ਤਾਂ ਗੁਰੂ ਜੀ ਬਸ ਪਿਆਰ ਚਾਹੁੰਦੇ ਆ, ਪੂਰਨ ਸਰੈਂਡਰ ਚਾਹੁੰਦੇ ਆ, ਹੋਰ ਕੁਛ ਨੀ ਚਾਹੁੰਦੇ। ਉਹ ਪਿਆਰ ਬਸ ਚਾਹੀਦਾ ਗੁਰੂ ਨੂੰ, ਔਰ ਗੁਰੂ ਜੀ ਨੂੰ ਭਾਵਨਾ ਚਾਹੀਦੀ ਆ, ਬਾਕੀ ਕੋਈ ਜੇ ਵੀ ਜਿੰਨੀ ਸਮਰਥਾ ਆ ਉਹਦੇ ਮੁਤਾਬਕ ਸੇਵਾ ਕਰੇ, ਕੋਈ ਏਦਾਂ ਦੀ ਗੱਲ ਨੀ ਕਿ ਆਪਾਂ ਕੋਈ ਬਾਉਂਡ ਆ ਵੀ ਅੱਜ ਜ਼ਿਆਦਾ ਆਪਾਂ ਉਹ ਚੀਜ਼ਾਂ ਕਰਨੀਆਂ। ਨੋ ਔਰ ਸੰਗਤ ਜੀ ਮਤਲਬ ਇਹ ਵੀ ਨੀ ਸੋਚਣਾ ਕਿ ਅਸੀਂ ਪਾਠ ਕਿੰਨਾ ਕਰਨਾ, ਅਸੀਂ ਸਵੇਰੇ ਤੜਕੇ ਉੱਠਣਾ, ਮਤਲਬ ਅੱਜ ਕੱਲ ਬਹੁਤ ਹੈ ਕਿ ਅੰਮ੍ਰਿਤ ਵੇਲਾ ਕਰਨਾ ਹੈ, ਬਹੁਤ ਲੋਕ ਕਰਦੇ ਆ। ਸੰਗਤ ਜੀ ਗੁਰੂ ਜੀ ਨੇ ਕਦੀ ਨੀ ਕਿਹਾ ਪਾਠ, ਰਾਣਾ ਨੇ ਖੁਦ ਪੁੱਛਿਆ, ਮੈਂ ਪੁੱਛਿਆ, ਮੈਂ ਕਿਹਾ ਗੁਰੂ ਜੀ ਮੈਨੂੰ ਬਹੁਤ ਸੀਗਾ ਕਿ ਪੂਰਨ ਗੁਰੂ ਦੇ ਹੱਥੋਂ ਤੁਹਾਨੂੰ ਕੋਈ ਸ਼ਬਦ ਮਿਲ ਜਾਏ, ਕੋਈ ਸਿਮਰਨ ਤੇ ਤੁਹਾਨੂੰ ਬਹਿਣਾ ਚਾਹੀਦਾ, ਸਮਾਧੀ ਲਾਉਣੀ ਚਾਹੀਦੀ, ਜਿੱਦਾਂ ਫੈਮਿਲੀ ਚ ਸ਼ੁਰੂ ਤੋਂ ਗੱਲਾਂ ਮਿਲੇ, ਸੰਸਕਾਰ ਮਿਲੇ। ਮੈਂ ਗੁਰੂ ਜੀ ਨੂੰ ਪੁੱਛਿਆ ਦਿੱਲੀ, ਮੈਂ ਕਿਹਾ ਗੁਰੂ ਜੀ ਮੈਨੂੰ ਕੋਈ ਸ਼ਬਦ ਕੋਈ ਆਪਣੇ ਮੁੱਖ ਤੋਂ ਦੇ ਦਿਓ ਜਿਹੜਾ ਮੈਂ ਬੰਦਗੀ ਕਰਾਂ। ਕਹਿੰਦੇ ਲੈ ਤੈਨੂੰ ਪਾਠ ਦੀ ਕੀ ਲੋੜ ਆ, ਗੁਰੂ ਜੀ ਕੀ ਕਹਿ ਰਹੇ ਆ, ਕਹਿੰਦੇ ਤੈਨੂੰ ਬਲੈਸ ਕਰਤਾ ਮੈਂ, ਤੇਰਾ ਕਲਿਆਣ ਕਰਤਾ। ਹੁਣ ਦੇਖੋ ਇੱਕ ਰੱਬ ਦੇ ਪੁਆਇੰਟ ਆਫ ਵਿਊ ਤੋਂ ਆਪਾਂ ਸੋਚੀਏ, ਰੱਬ ਤੋਂ ਬਿਨਾਂ ਕੌਣ ਕੌਣ ਕਹਿ ਸਕਦਾ ਇਹ ਗੱਲ ਕਿ ਤੈਨੂੰ ਪਾਠ ਦੀ ਲੋੜ ਨਹੀਂ। ਕਿਉਂਕਿ ਗੁਰੂ ਜੀ ਕਹਿੰਦੇ ਸੀ ਜਿਹਨੇ ਮੈਨੂੰ ਹੱਥ ਲਾ ਲਿਆ, ਇੰਨੀ ਵਾਰੀ ਮੇਰੀ ਬਾਡੀ ਨੂੰ ਟੱਚ ਕਰ ਲਿਆ, ਉਹਨੂੰ ਕਿੰਨੇ 100 ਅਖੰਡ ਪਾਠਾਂ ਦਾ ਫਲ ਮਿਲਦਾ, ਕਿੰਨੇ ਅਸ਼ਵਮੇਧ ਯੱਗ ਦਾ ਫਲ ਮਿਲਦਾ। ਹੁਣ ਜਿਹੜੇ ਗੁਰੂ ਨੂੰ ਇੰਨੀ ਵਾਰੀ ਅਸੀਂ ਟੱਚ, ਉਹਨੇ ਇੰਨੀ ਵਾਰੀ ਸਾਡੇ ਤੇ ਦ੍ਰਿਸ਼ਟੀ ਪਾਈ ਆ, ਤਾਂ ਵਾਕਈ ਉਹ ਇਹੀ ਕਹਿਣਗੇ ਵੀ ਤੇਰਾ ਤਾਂ ਮੈਂ ਸਾਰਾ
ਸਟਾਰਟਿੰਗ ਟੂ ਐਂਡ ਤੱਕ ਤੇਰਾ ਸਾਰਾ ਤਾਂ ਮੈਂ ਸਕੈਨ ਕੀਤਾ ਹੋਇਆ ਹਨਾ। ਸੋ ਫਿਰ ਵੀ ਮੈਨੂੰ ਕਹਿੰਦੇ ਚੱਲ ਏਦਾਂ ਕਰ ਲਿਆ ਕਰ, ਜਿਹੜਾ ਤੈਨੂੰ ਪਸੰਦ ਆ ਉਹ ਕਰ, ਓਮ ਨਮਃ ਸ਼ਿਵਾਏ ਜਾਂ ਇੱਕ ਓਂਕਾਰ ਸਤਨਾਮ, ਜੋ ਤੈਨੂੰ ਕਹਿੰਦੇ ਚੰਗਾ ਲੱਗਦਾ ਸਭ ਸਭ ਠੀਕ ਆ ਕਹਿੰਦੇ। ਉਹ ਗੁਰੂ ਜੀ ਦੀ ਆਪਣੀ ਮਤਲਬ, ਗੁਰੂ ਜੀ ਇਹ ਵੀ ਕਹਿੰਦੇ ਹੁੰਦੇ ਸੀ ਕਹਿੰਦੇ ਕਿ ਮਤਲਬ ਜਿੱਦਾਂ ਗ੍ਰੈਸਟ ਲੇਡੀ ਜਿੱਦਾਂ ਹੁਣ ਜਿਹਦੇ ਬੱਚੇ ਛੋਟੇ ਆ ਘਰ ਚ ਬਜ਼ੁਰਗਾ, ਤੇ ਗੁਰੂ ਜੀ ਕਹਿੰਦੇ ਸੀ ਕਹਿੰਦੇ ਤੁਰਦਿਆਂ ਫਿਰਦਿਆਂ, ਕਹਿੰਦੇ ਗ੍ਰੈਸਟ ਲੇਡੀ ਦੀ ਇਹ ਆ ਕਿ ਉਹਨੇ ਵੀ ਫੈਮਿਲੀ ਨੂੰ ਪੂਰਾ ਭੋਜਨ ਪੱਕਦਾ ਪ੍ਰਸ਼ਾਦ ਬਣਦਾ ਉਹੀ ਭਗਤੀ ਆ। ਤੁਰਦਿਆਂ ਫਿਰਦਿਆਂ ਤੁਸੀਂ ਕੁਛ ਕੁਕਿੰਗ ਕਰਦੇ ਆ ਉਦੋਂ ਤੁਸੀਂ ਸ਼ਬਦ ਕੀਰਤਨ ਸਾਡੇ ਏਦਾਂ ਚੱਲਦਾ, ਕਿਉਂਕਿ ਕਈ ਵਾਰੀ ਬੈਠ ਕੇ ਕਰਨ ਦਾ ਨਹੀਂ ਟਾਈਮ ਮਿਲਦਾ ਕਿ ਹਾਂ ਪੂਰਾ ਦਿਨ ਏਦਾਂ ਨਿਕਲ ਜਾਂਦਾ, ਪਰ ਇਹਦਾ ਮਤਲਬ ਇਹ ਥੋੜੀ ਕਿ ਅਸੀਂ ਏਦਾਂ ਹੋ ਗਏ। ਕਸ਼ਟ ਨੀ, ਜਿਹੜਾ ਕਸ਼ਟ ਦੇ ਕੇ ਪਾਠ ਕੀਤਾ ਉਹ ਸਹੀ ਗੱਲ ਹੈ ਗੁਰੂ ਜੀ, ਤਾਂ ਹੀ ਸਾਨੂੰ ਗੁਰੂ ਜੀ ਨੇ ਸਾਨੂੰ ਅਸਲ ਚ ਵਹਿਮਾਂ ਭਰਮਾਂ ਚੋਂ ਕੱਢਿਆ ਤੇ ਆਪਾਂ ਲੋਕ ਵਾਪਸ ਫੇਰ ਵਾਪਸ ਜਾ ਰਹੀ ਹੈ। ਸੰਗਤ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਏਦਾਂ ਨੀ ਕਰਨਾ, ਜਦੋਂ ਤੁਹਾਡੇ ਲਈ ਕੰਫਰਟੇਬਲ ਹੈ, ਜਦੋਂ ਤੁਸੀਂ ਆਰਾਮ ਨਾਲ ਬੈਠ ਕੇ ਆਪਣੇ ਵਾਹਿਗੁਰੂ ਨਾਲ ਕਹਿੰਦੇ ਨਾ ਵਨ ਟੂ ਵਨ, ਕੋਈ ਨੀ ਵਿੱਚ ਸਾਰੇ ਟਾਈਮ ਠੀਕ ਹੈ, ਚਾਹੇ ਜੇ ਮਾਰਨਿੰਗ ਕਰ ਸਕਦੇ ਬਹੁਤ ਅੱਛੀ ਗੱਲ ਹੈ, ਨਹੀਂ ਤਾਂ ਜਦੋਂ ਮਰਜ਼ੀ ਕਰ ਲਓ। ਔਰ ਬੰਧਨ ਨਹੀਂ ਕਰੀ ਸਾਰੇ ਟਾਈਮ ਉਹ ਕਰ ਰਿਹਾ, ਇਸ ਚੀਜ਼ ਕਦੀ ਨੀ ਸੰਗਤ ਜੀ ਪੈਣਾ। ਆਪਣਾ ਆਪਣਾ ਆਰਾਮ ਨਾਲ ਜਦੋਂ ਤੁਹਾਨੂੰ ਕੰਫਰਟੇਬਲ ਲੱਗਦਾ ਤੁਸੀਂ ਉਦੋਂ ਕਰਿਆ ਕਰੋ, ਕਿਉਂਕਿ ਆਹ ਨੀ ਕਿ ਮਤਲਬ ਟਾਈਮ ਦੀਆਂ ਘਰ ਚ ਬੱਚੇ ਅਸੀਂ ਛੱਡ ਕੇ ਦੌੜ ਰਹੇ ਹਾਂ। ਔਰ ਸਤਸੰਗ ਵੀ ਸੰਗਤ ਜੀ, ਜਿਹੜਾ ਸਤਸੰਗ ਤੁਹਾਨੂੰ ਲੱਗਦਾ ਕਿ ਅਸੀਂ ਅਟੈਂਡ ਕਰਨਾ ਪੂਰੇ ਮਨ ਦੇ ਨਾਲ, ਔਰ ਜੋ ਕੋਈ ਸਤਸੰਗ ਕਰ ਰਿਹਾ ਉਹਨੂੰ ਚੰਗੀ ਤਰ੍ਹਾਂ ਸੁਣੋ, ਔਰ ਸੁਣ ਕੇ ਉੱਤੇ ਅਮਲ ਵੀ ਕਰਨਾ ਕਿ ਹਾਂ ਸਾਨੂੰ ਸਬਰ ਸਿਖਾਉਂਦਾ ਸਾਡਾ ਰੱਬ। ਔਰ ਮੈਨੂੰ ਬਹੁਤ ਕਈ ਵਾਰੀ ਮਿਲੇ ਲੋਕ ਮੈਡੀਟੇਸ਼ਨ ਕਰਦੇ ਹੁੰਦੇ ਆ, ਤੇ ਮੇਰੇ ਨਾ ਬੜਾ ਮਨ ਚਾਹੁੰਦਾ ਹੁੰਦਾ ਸੰਗਤ ਜੀ ਮੇਰੀ ਸਹੀ ਗੱਲ ਕਵਾਂ, ਮੈਂ ਗੁਰੂ ਜੀ ਖੁੱਲੀਆਂ ਅੱਖਾਂ ਨਾਲ ਰੱਬ ਦੇਖ ਲਿਆ, ਮੈਂ ਕਿਹਾ ਹੁਣ ਕੀ ਦੇਖਣਾ, ਕੀ ਆ ਮੈਡੀਟੇਸ਼ਨ, ਇੰਨਾ ਸੋਹਣਾ ਰੱਬ ਦੇਖ ਲਿਆ, ਉਹਦੀਆਂ ਗੱਲਾਂ ਸੁਣ ਲਈਆਂ, ਉਹਨੇ ਸਾਨੂੰ ਇੰਨੀ ਵਾਰੀ ਪਿਆਰ ਨਾਲ ਉਹਨੇ ਦੇਖ ਲਿਆ, ਅਸੀਂ ਕੀ ਕਰਨਾ ਹੁਣ ਰੱਬ ਤੋਂ, ਗੁਰੂ ਜੀ ਤੋਂ ਸੋਹਣਾ ਤਾਂ ਹੋ ਨੀ ਸਕਦਾ। ਮੇਰੀ ਤਾਂ ਇੱਥੇ ਖਤਮ ਹੋ ਜਾਂਦੀ ਸਾਰੀ ਗੱਲ ਕਿ ਰੱਬ ਗੁਰੂ ਜੀ ਤੋਂ ਸੋਹਣਾ, ਖੁਦ ਰੱਬ ਹੈ ਉਹ ਰੱਬ ਹੀ, ਉਹ ਇੰਨੇ ਸੋਹਣੇ ਸਵਰੂਪ ਲੈ ਕੇ ਸਾਡੇ ਕੋਲ ਆਇਆ, ਆਪਣਾ ਰੂਪ ਬਣਾ ਕੇ ਆਇਆ, ਤੇ ਸਾਨੂੰ ਉਹਨੇ ਇੰਨਾ ਮੋਹ ਲਿਆ ਕਿ ਅਸੀਂ ਅੱਜ ਵੀ ਉਹਦੇ ਪਿਆਰ ਚ ਇੱਦਾਂ ਪੂਰੇ ਕਮਲੇ ਹੋਏ ਫਿਰਦੇ ਆ। ਫਿਰ ਦੀ ਤੁਸੀਂ ਦੱਸੋ ਬਸ, ਔਰ ਸਾਡੇ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖੋ ਸੰਗਤ ਜੀ, ਇਹ ਮੰਗਿਆ ਕਰੋ, ਔਰ ਸਭ ਦਾ ਭਲਾ ਮੰਗਣਾ ਜਿੰਨਾ ਹੋ ਸਕੇ, ਸਭ ਦਾ ਭਲਾ ਮੰਗੋ, ਔਰ ਜਿੰਨਾ ਵੀ ਹੋ ਸਕੇ ਜੇ ਕੋਈ ਵੀ ਸਤਸੰਗ ਕਰਦਾ ਬੜੇ ਧਿਆਨ ਨਾਲ, ਬੜੇ ਪਿਆਰ ਨਾਲ, ਰਿਸਪੈਕਟ ਨਾਲ ਸੁਣਿਆ ਕਰੋ, ਕਿਉਂਕਿ ਗੁਰੂ ਜੀ ਦਾ ਸਤਸੰਗ ਦੇ ਵਿੱਚ ਆਪਾਂ ਨੂੰ ਗੁਰੂ ਜੀ ਹਾਜ਼ਰ ਹੁੰਦੇ ਆ ਉਸ ਵੇਲੇ, ਹਰ ਜਗ੍ਹਾ ਗੁਰੂ ਜੀ ਹਾਜ਼ਰ ਹੁੰਦੇ ਆ ਆਪਣੇ ਆਸਣ ਤੇ। ਸਾਨੂੰ ਓਦਾਂ ਹੀ ਸੋਚਣਾ ਚਾਹੀਦਾ ਵੀ ਗੁਰੂ ਜੀ ਸਾਹਮਣੇ ਵਿਰਾਜਮਾਨ ਹੈ, ਔਰ ਓਦਾਂ ਹੀ ਸਾਨੂੰ ਭਾਵਨਾ ਨਾਲ ਪੂਰੇ ਡਿਸਿਪਲਿਨ ਚ ਰਹਿ ਕੇ ਸਾਨੂੰ ਸਾਰਾ ਸਤਸੰਗ ਕਰਨਾ ਚਾਹੀਦਾ। ਏਦਾਂ ਨੀ ਕਿ ਬੱਚੇ ਗੱਲਾਂ ਕਰਦੇ ਰਹਿੰਦੇ, ਲੋਕ ਇੱਧਰ ਉੱਧਰ, ਅੱਜ ਕੱਲ ਬਹੁਤ ਦਿੰਦਾ ਕਿ ਸਤਸੰਗ ਗੁਰੂ ਜੀ ਦੇ ਟਾਈਮ ਕਦੀ ਸੰਗਤ ਜੀ ਸਾਰੇ ਮਿਲ ਜੁਲ ਕੋਈ ਨੀ ਹੁੰਦੀ, ਕੋਈ ਗੱਲਬਾਤ ਨੀ। ਸੋ ਥੋੜਾ ਇਸ ਚੀਜ਼ ਦਾ ਵੀ ਧਿਆਨ ਰੱਖਣਾ ਚਾਹੀਦਾ ਆਪਾਂ ਸਾਰਿਆਂ ਨੂੰ।